अकाल चैनल नू सब्सक्राइब करो, नवी वीडियोस दे नोटिफिकेशन दे ले बेल आइकन नू क्लिक करना ना भूलना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੰਨ ਅਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਆਪਾਂ ਨਿਊਜ਼ ਦੇ ਐਨਾਲਾਈਸਿਸ ਕਰਦੇ ਹਾਂ। ਨਿਊਜ਼ ਦੀ ਤਹਿ ਤੱਕ ਕੀ ਹੈ, ਕੀ ਉਸ ਦੇ ਪਿੱਛੇ ਸਿਚੁਏਸ਼ਨ ਚੱਲ ਰਹੀ ਹੈ, ਉਹ ਸਾਰੀ ਜਿਹੜੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹਾਂ। ਅਤੇ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਨੇ ਸਾਡੇ ਨਾਲ ਜਰਨਲਿਸਟ ਅਵਤਾਰ ਸਿੰਘ ਜੀ, ਆਓ ਇਹਨਾਂ ਦਾ ਸਵਾਗਤ ਕਰੀਏ। ਫਤਿਹ ਦੀ ਸਾਂਝ ਪਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਛ ਵੀਕਾਂ ਤੋਂ ਜਿਹੜੇ ਇਲੈਕਸ਼ਨਸ ਨੇ ਭਾਰਤ ਦੇ ਵਿੱਚ ਜਿਹੜੇ ਨੇ ਚੱਲ ਰਹੇ ਨੇ, ਅਤੇ ਵੱਖ ਵੱਖ ਜਗ੍ਹਾ 'ਤੇ ਇਲੈਕਸ਼ਨਸ ਪੈ ਰਹੇ ਨੇ, ਅਤੇ ਆਪਾਂ ਜਿਹੜੀ ਸ਼ੁਰੂਆਤ ਅੱਜ ਹੈ ਭਾਰਤ ਦੇ ਵਿੱਚ ਚੱਲ ਰਹੇ ਇਲੈਕਸ਼ਨ ਤੋਂ ਹੀ ਕਰਨੀ ਹੈ। ਅਵਤਾਰ ਸਿੰਘ ਜੀ, ਓਵਰਆਲ ਜਿਹੜੀ ਸਿਚੁਏਸ਼ਨ ਹੈ ਉਹ ਕੀ ਬਣਦੀ ਕੀ ਜਾ ਰਹੀ ਹੈ, ਕਿਉਂਕਿ ਜੇ ਆਪਾਂ ਕੁਛ ਲੋਕਲ ਏਜੰਸੀਜ਼ ਦੀ ਗੱਲ ਕਰੀਏ ਅਤੇ ਉਹ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਗੇ ਦੱਸ ਰਹੇ ਨੇ। ਈਵਨ ਕਿ ਕੁਛ ਲੋਕ ਤਾਂ ਇਹ ਵੀ ਕਿਆਸਰੀਆਂ ਲਗਾ ਰਹੇ ਨੇ ਕਿ ਬੀਜੇਪੀ ਦੀਆਂ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਸੀਟਾਂ ਆ ਸਕਦੀਆਂ ਨੇ। ਪਰ ਲੰਡਨ ਦੇ ਵਿੱਚ ਇੱਕ ਨਿਊਜ਼ ਏਜੰਸੀ ਨੇ ਇਹ ਦਾਅਵਾ ਕੀਤਾ ਹੈ ਕਿ ਕਾਂਗਰਸ ਇਸ ਵਾਰ ਸ਼ਾਇਦ ਸਰਕਾਰ ਬਣਾ ਸਕਦੀ ਹੈ। ਕੀ ਚੱਲ ਕੀ ਰਿਹਾ ਹੈ? ਅਸਲ 'ਚ ਜਿੱਦਾਂ ਤੁਸੀਂ ਕਿਹਾ ਵੀ ਦੋ ਤਰ੍ਹਾਂ ਦੇ ਟਰੈਂਡ ਸਾਹਮਣੇ ਆ ਰਹੇ ਆ, ਇੱਕ ਇੱਕ ਫੋਰਨ ਬੇਸਡ ਏਜੰਸੀ ਦਾ ਅਤੇ ਇੱਕ ਲੋਕਲ ਏਜੰਸੀ ਦਾ। ਹੁਣ ਜੇ ਆਪਾਂ ਇਹਨਾਂ ਦਾ ਦੋਹਾਂ ਨੂੰ ਡਾਈਸੈਕਟ ਕਰੀਏ ਤਾਂ ਲੋਕਲ ਏਜੰਸੀਜ਼ ਦਾ ਕਈ ਵਾਰੀ ਉਹ ਹੋ ਜਾਂਦਾ ਵੀ ਆਮ ਤੌਰ 'ਤੇ ਉਹ ਪ੍ਰੋ ਗੌਰਮੈਂਟ ਹੋ ਜਾਂਦੀਆਂ ਨੇ, ਉੱਥੇ ਮੈਨੀਪੁਲੇਸ਼ਨ ਆ ਜਿਹੜੀ ਮੀਡੀਆ ਦੀ ਉਹ ਵੱਡੀ ਪੱਧਰ 'ਤੇ ਹੁੰਦੀ ਆ। ਅਤੇ ਪਰ ਦੂਜੇ ਪਾਸੇ ਜਿਹੜੀਆਂ ਫੋਰਨ ਬੇਸਡ ਹੁੰਦੀਆਂ ਉਹਨਾਂ ਦਾ ਉਨਾ ਡੀਪਲੀ ਹੇਠਲੇ ਲੈਵਲ 'ਤੇ ਜਾ ਕੇ ਉਹਨਾਂ ਦੇ ਅਨੈਲਿਸਿਸ ਦਾ ਜਿਹੜਾ ਉਹ ਕਾਰਜ ਹੈਗਾ ਉਹ ਕਈ ਵਾਰੀ ਸ਼ੱਕੀ ਹੋ ਜਾਂਦਾ। ਹੁਣ ਆਪਾਂ ਦੋਹਾਂ ਨੂੰ ਜੇ ਸ਼ੱਕੀ ਕਿਸਮ ਦੀਆਂ ਨਜ਼ਰਾਂ ਨਾਲ ਦੇਖੀਏ ਤਾਂ ਵੀ ਇੱਕ ਤਰ੍ਹਾਂ ਨਾਲ ਜਰਨਲਿਸਟਿਕ ਤੌਰ 'ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਨਿਆਂ ਨਹੀਂ ਕਰ ਰਹੇ ਹੋਵਾਂਗੇ, ਕਿਤੇ ਨਾ ਕਿਤੇ ਤਾਂ ਆਪਾਂ ਨੂੰ ਉਹ ਪੈਰ ਅੜਾਉਣੇ ਪੈਣਗੇ। ਪਰ ਹਾਲ ਦੀ ਘੜੀ ਜਿਸ ਕਿਸਮ ਦੀ ਵੋਲਾਟਾਈਲ ਪੋਲੀਟੀਕਲ ਸਿਚੁਏਸ਼ਨ ਆ, ਉਹਦੇ 'ਚੋਂ ਪ੍ਰੋਡਿਕਟ ਕਰਨਾ ਵੀ ਇੱਕਦਮ ਹਾਲ ਦੀ ਘੜੀ ਵੀ ਹਵਾ ਕਿਸ ਪਾਸੇ ਜਾ ਰਹੀ ਆ ਥੋੜ੍ਹੀ ਔਖੀ ਆ। ਪਰ ਆਪਾਂ ਜੇ ਇਹ ਦੇਖੀਏ ਵੀ ਇੰਗਲੈਂਡ ਦੀਆਂ ਲੋਕਲ ਇਲੈਕਸ਼ਨਾਂ ਨੇ ਇੱਕ ਤਰ੍ਹਾਂ ਦਾ ਟ੍ਰੈਂਡ ਦਿੱਤਾ ਆਪਾਂ ਨੂੰ। ਪਿਛਲੇ ਦਿਨ ਇੱਥੇ ਕੌਂਸਲਰ ਦੀਆਂ ਲੋਕਲ ਇਲੈਕਸ਼ਨਾਂ ਹੋਈਆਂ, ਜਿਸ ਤਰ੍ਹਾਂ ਉਹਨਾਂ ਨੇ ਰਾਜ ਕਰ ਰਹੀ ਟੋਰੀ ਪਾਰਟੀ ਨੂੰ ਮੂੰਹ ਦੇ ਮੂੰਹ ਸਿੱਟਿਆ ਲੋਕਾਂ ਨੇ, ਤੇ ਉਹਨੇ ਇੱਕ 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 ਜਿਹੜੀ ਲਾਈਵ ਡੈਮੋਕ੍ਰੇਸੀ ਆ, ਜਿਹੜੀ ਜੀਵੰਤ ਡੈਮੋਕ੍ਰੇਸੀ ਆ, ਉਹਨੇ ਆਪਣਾ ਇੱਕ ਤਰ੍ਹਾਂ ਨਾਲ ਹੁਕਮ ਸੁਣਾ ਦਿੱਤਾ, ਆਪਣਾ ਜਿਹੜਾ ਫਤਵਾ ਦੇ ਦਿੱਤਾ ਹੋਇਆ। ਇਸ ਕਿਸਮ ਦਾ ਫਤਵਾ ਆਇਆ ਭਾਰਤ ਦੀ ਜਿਹੜੀ ਵੱਡੀ ਡੈਮੋਕ੍ਰੇਸੀ ਆ ਉਹਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਉਹ ਦੇਖਣ ਵਾਲੀ ਗੱਲ ਹੋਊਗੀ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਕ UK ਬੇਸਡ ਰਿਸਰਚ ਗਰੁੱਪ ਹੈਗਾ, ਉਹਨੇ ਭਾਰਤ ਵਿੱਚ 20 ਤੋਂ 25 ਹਜ਼ਾਰ ਉਮੀਦਵਾਰ ਆਮ ਲੋਕਾਂ ਦਾ ਸਰਵੇ ਕੀਤਾ ਹੈਗਾ ਸਾਰੀਆਂ 24 ਦੀਆਂ 24 ਰਾਜਾਂ ਵਿੱਚ। ਉਹ ਕਹਿੰਦੇ ਵੀ ਜਾ ਕੇ ਉਹਨਾਂ ਦੇ ਰਿਸਰਚ ਬੇਸਡ ਜਿਹੜਾ ਕੀਤਾ ਹੈ, ਅਤੇ ਉਹਦੇ 'ਚ ਉਹਨਾਂ ਨੇ ਸਿੱਟਾ ਕੱਢਿਆ ਵੀ ਕਾਂਗਰਸ ਸਰਕਾਰ ਬਣਾ ਸਕਦੀ ਹੈਗੀ ਆ। ਉਹਨਾਂ ਨੇ ਦੱਸਿਆ ਵੀ ਜਿਹੜੇ ਮੇਨ ਮੁੱਦੇ ਨੇ ਉਹ ਅਨਇੰਪਲਾਇਮੈਂਟ ਦਾ, ਬੇਰੁਜ਼ਗਾਰੀ ਅਤੇ ਜਿਹੜਾ ਆਰਥਿਕ ਮੁੱਦੇ ਨੇ ਉਹ ਇਸ ਕੰਪੇਨ ਵਿੱਚ ਉਹਨਾਂ ਨੂੰ ਜ਼ਿਆਦਾ ਸਾਹਮਣੇ ਆਉਣੇ ਵੀ ਲੋਕਾਂ ਨੇ ਉਹਨਾਂ ਮੁੱਦਿਆਂ ਦੀ, ਉਹ ਆਪਣੇ ਜੀਵਨ ਦੀਆਂ, ਈਵਨ ਐਜੂਕੇਸ਼ਨ ਦਾ। ਅਤੇ ਉਹ ਹੁਣ ਅਸਲ 'ਚ ਇਹਦੇ 'ਚੋਂ ਜਿਹੜੀਆਂ ਆਪਾਂ ਫੋਰਨ ਬੇਸਡ ਏਜੰਸੀਜ਼ ਦਾ ਗੱਲ ਕਰੀਏ ਨਾ, ਫੋਰਨ ਬੇਸਡ ਏਜੰਸੀਜ਼ ਮੇਨਲੀ ਪੜ੍ਹੇ ਲਿਖੇ ਵਰਗ ਨੂੰ ਇੰਟਰਵਿਊ ਕਰਦੀਆਂ ਨੇ। ਕਿਉਂਕਿ ਉਹ ਬੋਲਣ ਲਈ ਸਾਹਮਣੇ ਆ ਜਾਂਦੀ ਆ ਜਾਂ ਕਿਸ ਤਰ੍ਹਾਂ, ਉਹਦੇ 'ਚੋਂ ਜਿਹੜਾ ਬਹੁਤ ਵੱਡਾ ਹਿੱਸਾ ਜਿਹੜਾ ਪਿੰਡਾਂ 'ਚ ਰਹਿ ਰਿਹਾ, ਜਿਹੜੇ ਇੱਕ ਤਾਂ ਬੋਲਣ ਲਈ ਫਿਰ ਸਾਹਮਣੇ ਨਹੀਂ ਆ ਸਕਦੇ ਵਿਚਾਰੇ, ਜਾਂ ਇੱਕ ਤਰ੍ਹਾਂ ਨਾਲ ਉਹਨਾਂ ਕੋਲ ਇੰਨੀ ਉਹ ਵਿਚਾਰਿਆਂ 'ਚ ਉੱਨੀ ਜਿਹੜੀ ਸਮਰੱਥਾ ਨਹੀਂ, ਸਮਰੱਥਾ ਅਤੇ ਸਵੈ ਭਰੋਸਾ ਅਤੇ ਸਵੈ ਸ਼ਕਤੀ ਨਹੀਂ ਹੈਗੀ ਵੀ ਉਹ ਕਿਸੇ ਨਾਲ ਗੱਲ ਕਰ ਸਕਣ। ਸੋ ਉਹਦੇ 'ਚੋਂ ਉਹਦਾ ਇੱਕ ਤਰ੍ਹਾਂ ਨਾਲ ਜਿਹੜਾ ਡੈਫੀਸੈਂਟ ਪੁਆਇੰਟ ਆ ਉਹ ਆਉਂਦਾ ਹੈਗਾ। ਦੂਜਾ ਜਿਹੜੀਆਂ ਲੋਕਲ ਏਜੰਸੀਜ਼ ਆ, ਉੱਦਾਂ ਆਪਾਂ ਲੋਕਲ ਏਜੰਸੀ ਨੂੰ ਬਿਲਕੁਲ ਇਸ ਤਰ੍ਹਾਂ ਨਾ ਸੁੱਟੀਏ ਵੀ ਸਾਰੀਆਂ ਮੈਨੀਪੁਲੇਟ ਹੋਈਆਂ ਹੋਈਆਂ, ਪਰ ਜਿਹੜਾ ਬਿਲਕੁਲ ਲੋਕਲ ਘਰਾਂ 'ਚ ਬੈਠੇ ਹੁੰਦੇ, ਜਿੱਦਾਂ ਹੁਣ ਪੰਜਾਬ ਦਾ ਮੀਡੀਆ, ਪੰਜਾਬ ਦਾ ਮੀਡੀਆ ਪੰਜਾਬ ਬਾਰੇ ਸਭ ਤੋਂ ਵੱਧ ਜਾਣਦਾ, ਹਾਲਾਂਕਿ ਜਿਹੜਾ ਦਿੱਲੀ ਤੋਂ ਆ ਕੇ ਜਿਹੜੇ ਵੱਡੇ ਚੈਨਲ ਆ ਉਹ ਪੰਜਾਬ ਬਾਰੇ ਕਰਨ, ਉਹ ਥੋੜ੍ਹਾ ਜਿਹਾ ਉਹਨਾਂ ਦਾ ਫਰਕ ਪੈ ਜਾਂਦਾ ਹੁੰਦਾ। ਸੋ ਜਿਹੜੀਆਂ ਟੋਟਲੀ ਲੋਕਲ ਹੁੰਦੀਆਂ ਉਹਨਾਂ ਕੋਲ ਜ਼ਿਆਦਾ ਵਧੀਆ ਪਿਕਚਰ ਹੁੰਦੀ ਆ, ਉਹਨਾਂ ਕੋਲ ਜਿਹੜੀਆਂ ਲੋਕਲ ਇੱਕ ਦੂਜੇ ਨਾਲ ਦੁਸ਼ਮਣੀਆਂ, ਵਿਰੋਧਤਾਵਾਂ ਜਾਂ ਨਫ਼ਰਤਾਂ ਨੇ ਉਹਨਾਂ ਦੀ ਸੂਝ ਆ ਜਿਹੜੀ ਬਿਲਕੁਲ ਲੋਕਲ ਬੈਠੇ। ਹੁਣ ਲੁਧਿਆਣੇ ਬੈਠੇ ਜਿਹੜਾ ਮੀਡੀਆ, ਲੁਧਿਆਣੇ ਬੈਠੇ ਮੀਡੀਆ ਨੂੰ ਲੁਧਿਆਣਾ ਬਾਰੇ ਸਭ ਤੋਂ ਵੱਧ ਖਬਰ ਹੋਊਗੀ, ਉਹਨੂੰ ਅੰਮ੍ਰਿਤਸਰ ਬਾਰੇ ਨਹੀਂ ਪਤਾ, ਉਨੀ ਨਹੀਂ ਪਤਾ ਹੋਊਗੀ ਨਾ। ਸੋ ਇਸ ਕਿਸਮ ਦਾ ਜਿਹੜਾ ਟ੍ਰੈਂਡ ਆ ਨਾ ਉਹ ਸਾਹਮਣੇ, ਇਸ ਲਈ ਪ੍ਰੋਡਿਕਟ ਕਰਨਾ ਬਹੁਤ ਹਾਰਡ ਹੈਗਾ, ਹਾਰਡ ਹੈਗਾ। ਹਾਂ, ਉੱਦਾਂ ਵੀ ਜਿਸ ਤਰ੍ਹਾਂ ਦੀ ਵੋਟਿੰਗ ਪੈਟਰਨ ਨੂੰ ਸਾਹਮਣੇ ਆ ਰਿਹਾ ਕਿ ਗੁਜਰਾਤ ਵਿੱਚ
ਵਧਿਆ ਹੈਗਾ ਕਹਿੰਦੇ ਵੀ ਪਿਛਲੀਆਂ ਵਾਰੀ ਨਾਲੋਂ ਗੁਜਰਾਤ ਵਿੱਚ ਵੋਟਾਂ ਵੱਧ ਪਈਆਂ ਨੇ ਔਰ ਇਹ ਖਾਸ ਦੇਖੋ ਵੀ ਪਿੰਡਾਂ ਵਿੱਚ ਵੱਧ ਪਈਆਂ ਨੇ ਹਨਾ ਇਸੇ ਤਰ੍ਹਾਂ ਆਪਾਂ ਪਿਛਲੀ ਵਾਰੀ ਵੀ ਕਰਿਆ ਸੀਗਾ ਵੀ ਸਾਊਥ ਇੰਡੀਆ ਦੇ ਕਰਨਾਟਕਾ ਵਿੱਚ ਉੱਥੇ ਵੋਟਿੰਗ ਦਾ ਪੈਟਰਨ ਜਿਹੜਾ ਵਧਿਆ ਹੈ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਵੋਟਾਂ ਵਧੀਆਂ ਨੇ ਐਤਕੀ ਜਿਹੜੀਆਂ ਪੋਲ ਹੋਈਆਂ ਵੋਟਾਂ ਨੇ ਨਾ ਉਹਨਾਂ ਦੀ ਗਿਣਤੀ ਵਧੀ ਹੈਗੀ ਆ ਉਹਦੇ 'ਚੋਂ ਸ਼ਹਿਰਾਂ ਵਿੱਚ ਵੋਟ ਘੱਟ ਰਹੀ ਆ ਪਿੰਡਾਂ ਵਿੱਚ ਵੱਧ ਰਹੀ ਆ ਸੋ ਕਿਤੇ ਨਾ ਕਿਤੇ ਬੈਲੈਂਸ ਵੀ ਆ ਤੇ ਇੰਬੈਲੈਂਸ ਵੀ ਆ ਵੋਟਾਂ ਤੇ ਆਪਾਂ ਇਹ ਵੀ ਤੇ ਕਹਿ ਸਕਦੇ ਨਾ ਕਿ ਜਿਹੜੇ ਜਿਨ੍ਹਾਂ ਨੇ ਜਿੱਦਾਂ ਤੁਸੀਂ ਕਿਹਾ ਕਿ ਜਿਹੜੀਆਂ ਬਾਹਰ ਬੈਠੀਆਂ ਏਜੰਸੀਆਂ ਹੈਗੀਆਂ ਨੇ ਤੇ ਉਹਨਾਂ ਨੇ ਜਿਹੜਾ ਗਰੀਬ ਤਬਕਾ ਜਾਂ ਜਿਹੜਾ ਉਹਨਾਂ ਦੀ ਵੋਟ ਲਈ ਨਹੀਂ ਤੇ 70% ਲੋਕ ਤਾਂ ਉਹ ਨੇ ਜਿਹਨਾਂ ਨੇ ਡਿਸਾਈਡ ਕਰਨਾ ਕਿ ਸਰਕਾਰ ਕਿਹਦੀ ਆਉਣੀ ਆ ਪਰ ਉਹ ਮਿਸ ਹੋ ਗਿਆ ਆਪਾਂ ਜਿਹੜੇ ਹਾਂ ਉਹ ਕਿਤੇ ਨਾ ਕਿਤੇ ਮਿਸ ਹੋ ਰਿਹਾ ਪਰ ਜਿਹੜੇ ਇਹ ਹੈਗਾ ਵੀ ਅਸਲ 'ਚ ਉਹੀ 70% ਲੋਕ ਨੇ ਜਿਹੜੇ ਇਹਨੂੰ ਟ੍ਰੈਂਡ ਸੈਟਿੰਗ ਨੂੰ ਡਿਫੈਂਡ ਕਰਦੇ ਹੈਗੇ ਆ ਵੀ ਉਹਦੇ 'ਚੋਂ ਫਿਰ ਇਹ ਹੈਗਾ ਵੀ ਉਹ ਨੇ ਜਿਹੜੇ ਇੱਕ ਤਾਂ ਰਡਾਰ ਤੋਂ ਬਾਹਰ ਹੋ ਜਾਂਦੇ ਆ ਜਿਹੜਾ ਅਨੈਲਿਸਿਸ ਹੁੰਦਾ ਉਸ ਰਡਾਰ ਤੋਂ ਬਾਹਰ ਹੋ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਰਿਫਲੈਕਟ ਨਹੀਂ ਹੁੰਦੀ ਤੇ ਉਹਨਾਂ ਦਾ ਇਹ ਹੈਗਾ ਵੀ ਉਹ ਐਜੂਕੇਸ਼ਨ ਨਾ ਹੋਣ ਕਰਕੇ ਅੰਤ ਦੀ ਗਰੀਬੀ ਹੋਣ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਮੋਸ਼ਨਲ ਬਲੈਕਮੇਲ ਹੋ ਜਾਂਦਾ ਉਹਨਾਂ ਦਾ ਵੀ ਰਾਜਸੀ ਲੀਡਰ ਆਉਂਦੇ ਆ ਇੱਕ ਤਾਂ ਉਹਨਾਂ ਕੋਲ ਜਿਹੜਾ ਜਲਾਓ ਖੰਡਾਇਆ ਜਾਂਦਾ ਨਾ ਲੀਡਰਾਂ ਵੱਲੋਂ ਵੀ ਵੱਡੀ ਸਟੇਜ ਲੱਗੀ ਆ ਜੀ ਰੰਗ ਬਿਰੰਗੇ ਕੱਪੜੇ ਪਾ ਕੇ ਲੀਡਰ ਆਇਆ ਵੱਡੇ ਵੱਡੇ ਸਪੀਕਰ ਲੱਗੇ ਹੋਏ ਨੇ ਗਾਣੇ ਚੱਲ ਰਹੇ ਨੇ ਉਹਦੇ ਨਾਲ ਤੁਹਾਨੂੰ ਉਹ ਸਾਈਕੋਲੋਜੀਕਲੀ ਤੁਹਾਨੂੰ ਗੁਲਾਮ ਕਰ ਲੈਂਦਾ ਲੀਡਰ ਉਹ ਜਿਹਦੇ ਕੋਲ ਮਨੀ ਐਂਡ ਮਸਲ ਪਾਵਰ ਹੈਗੀ ਆ ਫਿਰ ਜਦੋਂ ਉਹ ਭਾਸ਼ਣ ਕਰਦਾ ਜਿਹੜਾ ਗਰੀਬ ਬੰਦਾ ਵਿਚਾਰਾ ਰੋਟੇ ਲਈ ਆਤੋਰਾ ਉਹਦੇ ਤੋਂ ਸਾਈਕੋਲੋਜੀਕਲੀ ਉਹ ਇਫੈਕਟ ਹੁੰਦਾ ਹਨਾ ਤੇ ਦੂਜਾ ਵੀ ਜਿਹੜਾ ਪੈਸਾ ਹੈਗਾ ਪੈਸਾ ਬਹੁਤ ਵੱਡੀ ਪੱਧਰ ਤੇ ਚੱਲਦਾ ਮਨੀ ਐਂਡ ਮਸਲ ਪਾਵਰ ਆ ਤੇ ਦੂਜੀ ਜਿਹੜੀ ਤੀਜੇ ਜਿਹੜੇ ਮਸਲ ਪਾਵਰ ਹੈਗੀ ਆ ਉਹ ਸਭ ਤੋਂ ਜ਼ਿਆਦਾ ਇਫੈਕਟ ਗਰੀਬ ਲੋਕਾਂ ਨੂੰ ਕਰਦੀ ਹੈਗੀ ਆ ਉਹ ਗਰੀਬ ਲੋਕ ਹੀ ਫਿਰ ਟ੍ਰੈਂਡ ਸੈਟਰ ਨੇ ਤੇ ਪੋਲੀਟੀਸ਼ੀਅਨਸ ਨੂੰ ਵੀ ਪਤਾ ਵੀ ਗਰੀਬ ਲੋਕਾਂ ਨੇ ਟ੍ਰੈਂਡ ਸੈੱਟ ਕਰਨਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਚਾਹੇ ਹਥਿਆਰਾਂ ਨਾਲ ਚਾਹੇ ਪੈਸੇ ਨਾਲ ਜਾਂ ਉਹ ਲੱਛੇਦਾਰ ਭਾਸ਼ਣ ਕਰਕੇ ਜਿਹੜੇ ਹੋ ਗਏ ਹੁਣ ਤੁਸੀਂ ਦੇਖੋ ਵੀ ਇਹ ਟ੍ਰੈਂਡ ਲਗਾਤਾਰ ਪੰਜਾਬ 'ਚ ਤੇ ਈਵਨ ਇੰਡੀਆ 'ਚ ਆ ਰਿਹਾ ਵੀ ਪੜ੍ਹੇ ਲਿਖੇ ਜਿਹੜੇ ਬੱਚੇ ਨੇ ਉਹ ਸਵਾਲ ਕਰਨ ਲੱਗ ਗਏ ਨੇ ਪੋਲੀਟੀਸ਼ੀਅਨ ਜੀ ਬਿਲਕੁਲ ਬਹੁਤ ਵਧੀਆ ਗੱਲ ਜਿੱਦਾਂ ਆਪਾਂ ਦੇਖ ਰਹੇ ਹਾਂ ਸਾਹਮਣੇ ਖੜ ਕੇ ਸਵਾਲ ਕਰਦੇ ਨੇ ਲੀਡਰ ਭਾਸ਼ਣ ਕਰ ਰਿਹਾ ਹੁੰਦਾ ਸਾਹਮਣੇ ਸਵਾਲ ਹੋ ਰਹੇ ਨੇ ਔਰ ਇਹ ਪੋਜ਼ਿਟਿਵ ਟ੍ਰੈਂਡ ਸ਼ੁਰੂ ਹੋਇਆ ਭਾਰਤ ਦੀ ਰਾਜਨੀਤੀ ਵਿੱਚ ਨਹੀਂ ਤਾਂ ਮਤਲਬ ਕਿ ਲੀਡਰਾਂ ਦੇ ਸਾਹਮਣੇ ਕੋਈ ਬੋਲਦਾ ਹੀ ਨਹੀਂ ਸੀ ਜੀ ਤੁਸੀਂ ਪੰਜਾਬ ਦਾ ਹੀ ਦੇਖ ਲਓ ਵੀ 4 ਵਾਰ ਵਿਨੋਦ ਖੰਨਾ ਗੁਰਦਾਸਪੁਰ ਤੋਂ ਜਿੱਤਿਆ ਕਦੇ 1 ਵਾਰ ਨਹੀਂ ਆਇਆ ਲੋਕਾਂ ਨੇ ਦੇਖਿਆ ਤੱਕ ਨਹੀਂ ਆਪਣਾ MP ਅੰਨੇ ਵਾਹ ਵੋਟ ਪਾ ਦਿੰਦੇ ਸੀ ਵੀ ਬਾਦਲ ਸਾਹਿਬ ਨੇ ਕਿਹਾ ਜੀ ਜਾਣੀ ਸਵਾਲ ਕਰਨ ਦਾ ਤਾਂ ਮਤਲਬ ਹੀ ਨਹੀਂ ਤੁਸੀਂ ਦੇਖਿਆ ਨਹੀਂ ਫਿਜ਼ੀਕਲੀ ਤੇ ਹੁਣ ਜੇ ਆਪਾਂ ਕਹੀਏ ਕਿ ਸਾਰੀਆਂ ਇਹ ਪਾਰਟੀ ਦੀਆਂ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਹੈ ਸੁਖਪਾਲ ਸਿੰਘ ਖਹਿਰਾ ਹੁਣਾਂ ਨੂੰ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਔਰ ਈਵਨ ਕਿ ਬੀਬਾ ਹਰਸਿਮਰਤ ਕੌਰ ਬਾਦਲ ਉਹ ਇੱਕ ਜਗ੍ਹਾ 'ਤੇ ਸਪੀਚ ਕਰ ਰਹੇ ਨੇ ਅਤੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਔਰ ਉੱਥੇ ਥੋੜ੍ਹਾ ਬਹੁਤਾ ਜਿਹੜਾ ਮਾਹੌਲ ਵੀ ਜਿਹੜਾ ਉਹਨੂੰ ਬੰਦੇ ਨੂੰ ਸ਼ਾਂਤ ਕਰਾਉਣ ਦੀ ਵੀ ਧੱਕੇ ਨਾਲ ਵੀ ਕੋਸ਼ਿਸ਼ ਕੀਤੀ ਗਈ ਇਹ ਵੀ ਆ ਰਿਹਾ ਟ੍ਰੈਂਡ ਨਾ ਜਿੱਥੇ ਸਵਾਲਾਂ ਦਾ ਟ੍ਰੈਂਡ ਆ ਰਿਹਾ ਉੱਥੇ ਗੁੰਡਾ ਗਰੋਹਾਂ ਦਾ ਵੀ ਟ੍ਰੈਂਡ ਆ ਰਿਹਾ ਜੀ ਜੀ ਹੁਣ ਵੱਡੀਆਂ ਪਾਰਟੀਆਂ ਨੇ ਨਾਲ ਗੁੰਡਾ ਗਰੋਹ ਵੀ ਰੱਖ ਲਏ ਨੇ ਵੀ ਜਿਹੜਾ ਸਵਾਲ ਕਰੂਗਾ ਉਹਦੇ ਥੱਪੜ ਥੁੱਪੜੇ ਮਾਰ ਕੇ ਉਹਨੂੰ ਬਿਠਾਲ ਦਿਓ ਜਾਂ ਚੱਕ ਕੇ ਬਾਹਰ ਲੈ ਜਾਓ ਇਹ ਟ੍ਰੈਂਡ ਵੀ ਆ ਰਿਹਾ ਹੁਣ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਲੋਕ ਨਾਅਰੇਬਾਜ਼ੀ ਕਰਦੇ ਨੇ ਵੀ ਉਹ ਸਾਰੇ ਮੈਨੀਪੂਲੇਟਡ ਨੇ ਵੀ ਇਹ ਜਿਹੜਾ ਵੱਡੀਆਂ ਪਾਰਟੀਆਂ ਦੇ ਜਿਹੜੇ ਗਰੋਹ ਨੇ ਹੁਣ ਇਹ ਬਿਲਕੁਲ ਇਸ ਕਿਸਮ ਦੇ ਟ੍ਰੈਂਡ ਵੀ ਚੱਲ ਰਹੇ ਨੇ ਇੱਕ ਦੂਜੀ ਪਾਰਟੀ 'ਚ ਵੀ ਭੇਜਣਾ ਸ਼ੁਰੂ ਹੋ ਗਏ ਮਤਲਬ ਆਪਾਂ ਇਹਦਾ ਅਥਾਰਟੇਰੀਅਨ ਟ੍ਰੈਂਡ ਵੀ ਹੈਗਾ ਜਿਹੜਾ ਨੈਗੇਟਿਵ ਆ ਜਿਹੜਾ ਸਵਾਲ ਕਰਨ ਦਾ ਪੋਜ਼ਿਟਿਵ ਟ੍ਰੈਂਡ ਆ ਉਹ ਆਪਾਂ ਉਹਦਾ ਸਵਾਗਤ ਕਰਦੇ ਹਾਂ ਅਸੀਂ ਸੋ ਇਹ ਨਵੀਂ ਕਿਸਮ ਦਾ ਵੀ ਜਿਹੜੇ ਗਰੀਬ ਲੋਕ ਸੀ ਹੁਣ ਗਰੀਬ ਲੋਕ ਆ ਹਾਲੇ ਉਹਨਾਂ ਵਿੱਚ ਜਜ਼ਬਾ ਨਹੀਂ ਪੈਦਾ ਹੋਇਆ ਸਵਾਲ ਕਰਨ ਦਾ ਹਾਲੇ ਵੀ ਜਿਹੜਾ ਪੜ੍ਹਿਆ ਲਿਖਿਆ ਯੂਥ ਹੈ ਉਹ ਸਾਹਮਣੇ ਆਉਣ ਲੱਗਿਆ ਤੇ ਅਸੀਂ ਕਹਿੰਦੇ ਹਾਂ ਵੀ ਇਹ ਪੋਜ਼ਿਟਿਵ ਟ੍ਰੈਂਡ ਹੈ ਹੋ ਸਕਦਾ ਅਗਲੇ 5-10-20 ਸਾਲਾਂ ਨੂੰ ਜਿਹੜਾ ਅਨਪੜ੍ਹ ਲੋਕ ਆ ਜਿਹੜੇ ਹਾਲੇ ਵਿਚਾਰੇ ਡਰੇ ਹੋਏ ਨੇ ਉਹ ਜਜ਼ਬਾ ਪੈਦਾ ਹੋਵੇ ਤੇ ਉਹ ਗਰੀਬ ਲੋਕ ਉਹ ਪੋਲੀਟੀਸ਼ੀਅਨਸ ਨੂੰ ਸਵਾਲ ਕਰਨ ਲੱਗ ਜਾਣ ਬਿਲਕੁਲ ਜੀ ਔਰ ਜੇ ਆਪਾਂ ਲੋਕਲ ਦੀ ਗੱਲ ਕਰਦੇ ਹਾਂ ਤੇ ਲੋਕਲ ਜਿਹੜੇ ਇਸ ਤਰ੍ਹਾਂ ਦੀਆਂ ਏਜੰਸੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਕਿ ਜਦੋਂ ਇਲੈਕਸ਼ਨ ਜੇ ਕਾਫੀ ਸਾਰੇ ਪਏ ਹੁੰਦੇ ਆ ਤੇ ਜਦੋਂ ਇਸ ਤਰ੍ਹਾਂ ਦੇ ਜਿਹੜੇ ਅੰਕੜੇ ਸਾਹਮਣੇ ਲਿਆਂਦੇ ਜਾਂਦੇ ਆ ਤੇ ਉਹ ਬਾਕੀ ਦੇ ਇਲੈਕਸ਼ਨ ਦੇ ਉੱਤੇ ਵੀ ਕਾਫੀ ਸਾਰਾ ਇੰਪੈਕਟ ਪਾਉਂਦੇ ਆ ਇਹ ਜਾਣ ਬੁੱਝ ਕੇ ਕੀਤਾ ਜਾਂਦਾ ਤਾਂ ਕਿ ਜਿਹੜੀ ਸਰਕਾਰ ਚਲਾ ਰਹੀ ਹੁੰਦੀ ਆ ਜਿਹਦੇ ਵੱਲ ਉਹ ਇਨਫਲੂਐਂਸਡ ਨੇ ਏਜੰਸੀਆਂ ਫਿਰ ਉਹ ਇਹ ਇੱਕ ਪੱਤਾ ਖੇਲਦੀਆਂ ਵੈਸੇ ਤਾਂ ਕੋਡ ਆਫ ਕੰਡਕਟ ਆ ਉਹਨਾਂ ਨੂੰ ਅਲਾਓ ਨਹੀਂ ਕਰਦਾ ਪਰ ਫਿਰ ਵੀ ਉਹ ਦੇਣ ਪਰ ਜਦੋਂ ਹੁੰਦਾ ਹੁਣ ਜਿੱਦਾਂ ਦੋ ਗੇੜ ਹਲੇ ਰਹਿ ਗਏ ਹੋਏ ਆ ਜਦੋਂ ਉਹਨਾਂ ਕੋਲ ਇੰਟਰਨਲ ਰਿਪੋਰਟ CID ਦੀ ਜਾਂ ਇੰਟੈਲੀਜੈਂਸ ਦੀ ਆਉਣੀ ਵੀ ਫਲਾਣੀ ਪਾਰਟੀ ਹਾਰ ਰਹੀ ਆ ਜਾਂ ਜਿੱਤ ਰਹੀ ਆ ਤਾਂ ਕਿਸੇ ਨਾ ਕਿਸੇ ਤਰ੍ਹਾਂ ਲੂਪ ਹੋਲ ਦਾ ਸਹਾਰਾ ਲੈ ਕੇ
ਉਹ ਟ੍ਰੈਂਡ ਸ਼ੋਅ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਕਿੱਧਰ ਜਾ ਰਿਹਾ, ਤਾਂ ਕਿ ਜਿਨ੍ਹਾਂ ਚਰਨਾਂ 'ਚ ਹਲੇ ਰਹਿ ਰਹੀਆਂ ਨੇ ਉਹਦੇ ਵੋਟਰ ਨੂੰ ਇਨਫਲੂਐਂਸ ਕਰਕੇ ਉਹ ਇੱਕ ਪਾਰਟੀ ਦੇ ਹੱਕ ਵਿੱਚ ਭੁਗਤਾਇਆ ਜਾ ਸਕੇ। ਲੋਕਲ ਏਜੰਸੀ ਦਾ ਇਹ ਚੱਲਦਾ, ਉਹ ਕਰਪਟ ਹੋ ਚੁੱਕੀਆਂ ਨੇ, ਜਿਹੜੇ ਜਰਨਲਿਜ਼ਮ ਦੇ ਐਥਿਕਸ ਆ ਉਹ ਤੋਂ ਗਿਰ ਚੁੱਕੀਆਂ ਨੇ। ਬਿਲਕੁਲ ਜੀ, ਔਰ ਜ਼ਰੂਰ ਇਸ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਧਿਆਨ ਹੈ ਸਰਕਾਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਅਤੇ ਜੇ ਹੁਣ ਆਪਾਂ ਗੱਲਬਾਤ ਕਰੀਏ ਕਿ ਪੰਜਵੇਂ ਚਰਨ ਦੇ ਵਿੱਚ ਜਿਹੜੀ ਵੋਟਿੰਗ ਹੈ 6 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ, ਉਹਨਾਂ ਦੇ ਵਿੱਚ ਮੱਧ ਪ੍ਰਦੇਸ਼, ਝਾਰਖੰਡ ਅਤੇ ਯੂਪੀ ਦੇ ਵਿੱਚ ਜਿਹੜੀਆਂ ਵੋਟਾਂ ਹੋਣਗੀਆਂ, ਅਤੇ ਕਾਫ਼ੀ ਇੰਟਰਸਟਿੰਗ ਰਹੇਗਾ ਕਿਉਂਕਿ ਇਹਨਾਂ ਰਾਜਾਂ ਦੇ ਵਿੱਚ ਕਾਫ਼ੀ ਸਾਰੀਆਂ ਸੀਟਸ ਨੇ ਜਿਨ੍ਹਾਂ 'ਤੇ ਵੋਟਿੰਗ ਹੋਣੀਆਂ ਨੇ। ਅਤੇ ਇਸ ਦੇ ਨਾਲ ਨਾਲ ਇਸ 'ਤੇ ਇੱਕ ਹੋਰ ਇੰਟਰਸਟਿੰਗ ਫੈਕਟ ਇਹ ਹੈ ਕਿ 126 ਕੈਂਡੀਡੇਟਸ ਜੋ ਪੰਜਵੇਂ ਚਰਨ ਦੇ ਵਿੱਚ ਵੋਟਿੰਗ ਹੋਣੀਆਂ ਨੇ, 126 ਕੈਂਡੀਡੇਟਸ ਇਸੇ ਚਰਨ ਦੇ ਵਿੱਚ ਹੋ ਰਹੀਆਂ ਵੋਟਿੰਗ ਨੇ, ਉਹਨਾਂ ਦੇ ਉੱਤੇ ਕੋਈ ਨਾ ਕੋਈ ਪਰਚਾ ਜਿਹੜਾ ਹੈ ਜ਼ਰੂਰ ਦਰਜ ਹੈ, ਕੋਈ ਨਾ ਕੋਈ ਕ੍ਰਿਮੀਨਲ ਅਫੈਂਸ ਉਹਨਾਂ ਨੇ ਜ਼ਰੂਰ ਕੀਤਾ ਹੋਇਆ ਹੈ। ਅਵਤਾਰ ਸਿੰਘ ਜੀ, ਕੀ ਕਹੋਗੇ ਦੋਨਾਂ ਦੇ ਬਾਰੇ, ਇੱਕ ਤਾਂ ਵੋਟਿੰਗ ਹੋਣੀ ਆ ਔਰ ਦੂਜੀ 126 ਬੰਦਿਆਂ ਦੇ ਉੱਤੇ ਕ੍ਰਿਮੀਨਲ ਕੇਸਿਸ ਨੇ? ਤੁਸੀਂ ਦੇਖ ਲਓ ਵੀ ਕਿਹੜੇ ਲੋਕ ਨੇ ਜਿਹੜੇ ਸਾਡੇ ਕਾਨੂੰਨਦਾਨ ਬਣ ਕੇ ਆ ਰਹੇ ਨੇ, ਵੀ ਕੋਈ ਸਾਫ ਸੁਥਰਾ ਕੁਛ ਨਹੀਂ ਹੈਗਾ ਨਾ। ਇੱਕ ਤਾਂ ਅਨਪੜ੍ਹ ਲੋਕ ਆ ਰਹੇ ਨੇ, ਜਾਂ ਜਿਹੜੇ 10ਵੀਂ ਜਾਂ 12ਵੀਂ ਪਾਸ ਹੈਗੇ ਆ, ਉਹ ਫਿਰ ਉਹ ਟ੍ਰੈਂਡ ਸੈੱਟ ਕਰਦੇ ਆ ਵੀ ਦੇਸ਼ ਦਾ ਕਾਨੂੰਨ ਕੀ ਹੋਊਗਾ, ਗਰੀਬ ਲੋਕ ਕੀ ਕਰਨ, ਇਕਨੋਮੀ ਕਿਸ ਟ੍ਰੈਂਡ 'ਚ ਜਾਵੇ, ਇੰਟਰਨੈਸ਼ਨਲ ਪੋਲੀਟਿਕਸ ਦਾ ਕੀ ਹੋਵੇ, ਹੈ ਨਾ। ਅਤੇ ਦੂਜਾ ਹੈਗਾ, ਮੈਂ ਇੱਕ ਬਹੁਤ ਦੇਰ ਪਹਿਲਾਂ ਸੀ ਰਜਨੀਸ਼ ਦਾ ਨਾ, ਜਿਹੜਾ ਆਚਾਰਿਆ ਰਜਨੀਸ਼ ਸੀ, ਉਹਨਾਂ ਦੀ ਇੱਕ ਵੀਡੀਓ ਸੀਗੀ, ਉਹ ਕਹਿੰਦਾ ਵੀ ਇੰਡੀਆ ਦੇ ਪੋਲੀਟੀਸ਼ੀਅਨਸ ਦਾ ਇਹ ਹੈਗਾ ਵੀ ਇਨਕੈਪੇਬਲ ਨੇ, ਉਹ ਪੋਲੀਟਿਕਸ ਕਰਨ ਦੇ ਕੈਪੇਬਲ ਨਹੀਂ ਹੈਗੇ। ਉਹ ਕਹਿੰਦਾ ਵੀ ਤਾਂ ਹੀ ਸਮੱਸਿਆਵਾਂ ਖੜੀਆਂ ਰੱਖਦੇ ਨੇ, ਵੀ ਜੇ ਸਮੱਸਿਆਵਾਂ ਖੜੀਆਂ ਰਹਿਣਗੀਆਂ ਉਹਨਾਂ ਦੀ ਗੱਲ ਚੱਲਦੀ ਰਹੂਗੀ। ਕਹਿੰਦਾ ਵੀ ਜੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣ ਤਾਂ ਪੋਲੀਟੀਸ਼ੀਅਨ ਕੀ ਕਰੂਗਾ, ਇੱਕ ਰੇੜੀ ਲਾਉਣ ਜੋਗੀ, ਕਹਿੰਦਾ ਉਹਦੇ 'ਚ ਪਾਓ ਹੋ ਹੈਗੀ ਆ ਵੀ ਕੈਪੇਬਿਲਿਟੀ। ਹੁਣ ਤੁਸੀਂ ਇੱਥੋਂ ਦੇਖੋ, ਆਪਣੇ ਡੇਵਿਡ ਕੈਮਰੋਨ ਆ, ਪ੍ਰਾਈਮ ਮਿਨਿਸਟਰਸ਼ਿਪ ਛੱਡੀ, ਇਸ ਵੇਲੇ ਕਿਸੇ ਵੱਡੀ ਰਿਸਰਚ ਸੈਂਟਰ ਲਈ ਉਹ ਕੰਮ ਕਰ ਰਹੇ ਨੇ ਜਿਹੜਾ ਪੋਲੀਟਿਕਸ ਦੀ ਵਰਲਡ ਟ੍ਰੈਂਡਸ ਨੂੰ ਉਹ ਸੈਟਲ ਕਰਦਾ ਹੈਗਾ, ਵੀ ਕੋਈ ਕੈਪੇਬਿਲਿਟੀ ਆ ਨਾ। ਸਹੀ ਗੱਲ ਹੈ। ਇਸੇ ਤਰ੍ਹਾਂ ਨਿਕ ਕਲੈਗ ਸੀਗੇ, ਉਹਨਾਂ ਨੂੰ ਫੇਸਬੁੱਕ ਦਾ ਮਤਲਬ ਕਿ ਸੈਕਿੰਡ ਜਾਂ ਥਰਡ ਹੈੱਡ ਦੇ ਤੌਰ ਤੇ, ਜਿਹੜੀ ਇੰਟਰਨੈਸ਼ਨਲ ਫੇਸਬੁੱਕ ਦੀ ਉਹ ਹੈ ਨਹੀਂ ਵਰਕਿੰਗ ਆ, ਉਹਦਾ ਜਿੱਦਾਂ ਹੈੱਡ ਲਾ ਦਿੱਤਾ ਹੋਇਆ। ਸਹੀ ਹੈ, ਕਿਉਂਕਿ ਉਹ ਕਿੰਨੀ ਕੈਪੇਬਿਲਿਟੀ ਆ ਬੰਦਿਆਂ 'ਚ, ਵੀ ਏਡੀ ਵੱਡੀ ਟੈਲੈਂਟ ਮਤਲਬ ਬੰਦਿਆਂ 'ਚ ਹੈਗਾ, ਇੰਨੀ ਐਜੂਕੇਸ਼ਨ ਪਾਵਰ ਹੈਗੀ, ਪਾਵਰ ਹੈਗੀ ਆ, ਵੀ ਹਾਂ ਉਹ ਟ੍ਰੈਂਡ ਸੈੱਟ ਕਰ ਸਕਦੇ ਆ ਗਲੋਬਲ ਪੋਲਿਟਿਕਸ ਦਾ ਤੇ ਟੈਕਨੋਲੋਜੀ ਦਾ। ਇਸ ਤਰ੍ਹਾਂ ਡੇਵਿਡ ਮਿਲਮੈਂਡ ਸੀਗੇ, ਫੋਰਨ ਸੈਕਟਰੀ ਰਹੇ ਆ, ਹੈ ਨਾ, ਉਹ ਅਮਰੀਕਾ 'ਚ ਬਹੁਤ ਦੇਰ ਤੋਂ ਸੈਟਲ ਆ, ਉਹ ਕਿਸੇ ਬਹੁਤ ਵੱਡੀ ਸਿਲੀਕੋਨ ਕੰਪਨੀ ਲਈ ਕੰਮ ਕਰ ਰਹੇ ਹੈਗੇ ਆ। ਟੋਨੀ ਬਲੇਅਰ ਆ, ਪ੍ਰਾਈਮ ਮਿਨਿਸਟਰਸ਼ਿਪ ਛੱਡੀ, ਉਹਨਾਂ ਦਾ ਆਪਣਾ ਇੱਕ ਇੰਨਾ ਵੱਡਾ ਲਾਅ ਫਰਮ ਹੈਗੀ ਆ ਜਿਹੜੀ ਇੰਟਰਨੈਸ਼ਨਲ ਜਿਹੜੇ ਮੁਲਕਾਂ ਨੂੰ ਰੀਪ੍ਰਜੈਂਟ ਕਰਦੀ ਆ, ਹੈ ਨਾ, ਵੀ ਜੇ ਉਹ ਇਸ ਤਰ੍ਹਾਂ ਈਵਨ ਆ ਬ੍ਰੈਕਸਿਟ ਦੇ ਮਾਮਲੇ ਵਿੱਚ ਵੀ ਉਹਨਾਂ ਦੀ ਵੱਡੀ ਸੀ ਰਹੀ ਹੈਗੀ ਆ, ਅਤੇ ਹੋਰ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਈਵਨ ਯੂਰਪੀਅਨ ਕੰਟਰੀਜ਼ ਨੂੰ ਯੂਰਪੀਅਨ ਯੂਨੀਅਨ ਵਿੱਚ ਰਲਾਉਣ ਲਈ ਜਿਹੜੀਆਂ ਨਵੀਆਂ ਕੰਟਰੀਜ਼ ਆਉਣੀਆਂ ਨੇ, ਉਹਨਾਂ ਦੀ ਲੋਬਿੰਗ ਆ ਜਿਹੜੀ ਟੋਨੀ ਬਲੇਅਰ ਕਰਦੇ ਆ। ਸੋ ਕਿੱਥੇ ਇਹ ਸਟੇਟਸ ਆ, ਕਿੱਥੇ ਆਪਣੇ ਵਾਲਿਆਂ ਦਾ ਹੈਗਾ ਸਟੇਟਸ ਆ, ਵੀ 126 ਬੰਦਿਆਂ ਤੇ ਕੇਸ ਦਰਜ ਨੇ, ਕ੍ਰਿਮੀਨਲ ਆਫੈਂਸ ਦੇ ਕੇਸ ਦਰਜ ਨੇ। ਸੋ ਅਸੀਂ ਇਹ ਗੈਪ ਕਿੰਨਾ ਹੈਗਾ, ਵੀ ਜਿਹੜੇ ਡੈਮੋਕ੍ਰੈਟਿਕ ਐਥਿਕਸ ਦਾ ਗੈਪ ਕਿੰਨਾ ਹੈਗਾ, ਇਹ ਤੋਂ ਸਮਝ ਆਉਂਦੀ ਹੈ ਵੀ ਅਸੀਂ ਕਿੱਥੇ ਖੜੇ ਹੈਗੇ। ਬਿਲਕੁਲ, ਔਰ ਕਿਤਨਾ ਕਿਤੇ ਜਿਹੜਾ ਸਵਾਲਿਆ ਜੀ ਨੇ ਪੜ੍ਹੇ ਲਿਖਿਆ ਵਰਗ ਜਿਹੜਾ ਹੁਣ ਅੱਗੇ ਆ ਰਿਹਾ, ਉਹਦੇ ਤੇ ਵੀ ਲੱਗ ਰਿਹਾ ਕਿ ਉਹ ਇਹਨੂੰ ਬਦਲੇਗਾ ਜਾਂ ਕਿ ਉਹ ਵੀ ਇਹਨਾਂ ਦੇ ਵਿੱਚ ਹੀ ਹੋ ਤੁਰੇਗਾ। ਹੁਣ ਜਿਹੜੀਆਂ ਵੋਟਾਂ ਪੈ ਰਹੀਆਂ ਨੇ, ਆਪਾਂ ਜੇ ਉਹਦਾ ਕਰ ਲਈਏ, ਉੱਤਰ ਪ੍ਰਦੇਸ਼ ਅਮੇਠੀ ਔਰ ਰਾਏਬਰੇਲੀ ਸਣੇ ਜੀ, ਉੱਥੇ ਉੱਤਰ ਪ੍ਰਦੇਸ਼ ਦੀਆਂ ਕੁਛ ਸੀਟਾਂ ਤੇ 6 ਮਈ ਨੂੰ ਜਿਹੜੀਆਂ ਉਹ ਵੋਟਾਂ ਪੈਣੀਆਂ, ਉਹਦੇ 'ਚ ਬੀਬੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਖੜੇ ਨੇ। ਅਮੇਠੀ ਦਾ ਇਹ ਆ ਰਿਹਾ ਵੀ ਰਾਹੁਲ ਗਾਂਧੀ ਲਈ ਥੋੜਾ ਚੈਲੰਜ ਆ, ਪਰ ਉਹ ਹਾਰਨਗੇ ਨਹੀਂ, ਵੀ ਉਹ ਜਿੱਤ ਜਾਣਗੇ। ਵੀ ਹਾਂ, ਬੀਬੀ ਸਮਰਤੀ ਇਰਾਨੀ ਨਾਲ ਜਿੱਦਾਂ ਪਿਛਲੀ ਵਾਰੀ ਵੀ ਸੀਗਾ, ਵੀ ਉਹਨਾਂ ਨੂੰ ਵੋਟਾਂ ਪਈਆਂ ਸੀ, ਕਾਫੀ ਵੱਡੀ ਗਿਣਤੀ 'ਚ ਪਈਆਂ, ਪਰ ਉਹ ਕਹਿੰਦੇ ਵੀ ਰਾਹੁਲ ਦਾ ਔਰ ਬੀਬੀ ਸੋਨੀਆ ਗਾਂਧੀ ਦਾ ਉਹਦਾ ਨਾਂ ਹੀ ਕਾਫੀ ਆ। ਹਾਲਾਂਕਿ ਬਹੁਤ ਸਾਰੇ ਇੰਗਲਿਸ਼ ਦੇ ਅਖਬਾਰ ਉੱਥੇ ਗਏ ਨੇ ਤੇ ਉਹ ਕਹਿੰਦੇ ਵੀ ਡਿਵੈਲਪਮੈਂਟ ਪੱਖੋਂ ਇੰਨਾ ਕੁਛ ਨਹੀਂ ਆ। ਈਵਨ ਜਿਹੜਾ ਰਾਹੁਲ ਗਾਂਧੀ ਨੇ ਗੋਦ ਲਿਆ ਸੀ ਪਿੰਡ, ਉਹਦੇ 'ਚ ਵੀ ਡਿਵੈਲਪਮੈਂਟ ਨਹੀਂ ਹੋਈ। ਅੱਛਾ ਜੀ, ਪਰ ਫਿਰ ਵੀ ਵੋਟ ਆ ਜਿਹੜੀ ਇੱਕ ਡਾਇਨੈਸਟਿਕ ਪੋਲਿਟਿਕਸ ਕਰਕੇ ਇਹਨਾਂ ਨੂੰ ਪੈਂਦੀ ਆ। ਇਸੇ ਤਰ੍ਹਾਂ ਰਾਏਬਰੇਲੀ ਤੋਂ ਬੀਬੀ ਸੋਨੀਆ ਗਾਂਧੀ ਆ ਜਿਹੜੀ, ਜੀ ਜੀ ਜੀ, ਉਹਨੂੰ ਲਗਾਤਾਰ ਉਹਨਾਂ ਦੇ ਨਾਂ ਨੂੰ ਹੀ ਵੋਟ ਪੈ ਜਾਂਦੀ ਆ। ਬਾਕੀ ਜਿਹੜੀਆਂ ਸੀਟਾਂ ਤੇ ਹੋਣਾ, ਉਹਦੇ ਵਿੱਚ ਮੱਧ ਪ੍ਰਦੇਸ਼ ਦੀਆਂ 6-7 ਸੀਟਾਂ ਨੇ, ਝਾਰਖੰਡ ਦੀਆਂ ਨੇ ਤੇ ਹੋਰ ਕੁਛ ਮਤਲਬ ਕਿ ਇਲਾਕਿਆਂ ਦੀਆਂ ਨੇ। ਜਿਹੜੀਆਂ ਮੱਧ ਪ੍ਰਦੇਸ਼ ਦੀਆਂ ਜਿਨ੍ਹਾਂ ਸੀਟਾਂ ਤੇ ਹੁਣ ਵੋਟਿੰਗ ਹੋ ਰਹੀ ਆ ਤੇ ਝਾਰਖੰਡ ਦੀਆਂ 4 ਸੀਟਾਂ ਤੇ, ਉਹਦੇ 'ਚ ਇਹ ਸਾਰੀਆਂ ਬੀਜੇਪੀ ਕੋਲ ਸੀਗੀਆਂ। ਠੀਕ, ਤੇ ਮੱਧ ਪ੍ਰਦੇਸ਼ ਦਾ ਇਹ ਆ ਰਿਹਾ ਵੀ ਜੇ ਤਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਦਲੀ ਆ, ਵੀ ਜੇ ਤਾਂ ਉਹ ਬਦਲੀ ਹੋਈ ਸਰਕਾਰ ਦਾ ਕੋਈ ਅਸਰ ਹੋਇਆ, ਫਿਰ ਤਾਂ ਇਹ ਹੈਗਾ ਵੀ ਕਾਂਗਰਸ ਕੁਝ ਸੀਟਾਂ ਲੈ ਜਾਊਗੀ, ਵਰਨਾ ਜੇ ਈਵਨ ਵਿਧਾਨ ਸਭਾ 'ਚ ਜਿਸ ਕਿਸਮ ਦੀ ਵੋਟਿੰਗ ਹੋਈ ਆ, ਜੇ ਉਸ ਤਰ੍ਹਾਂ ਦੇ ਟ੍ਰੈਂਡ ਰਹੇ ਤਾਂ ਸਾਰੀਆਂ ਸੀਟਾਂ ਬੀਜੇਪੀ ਲੈ ਕੇ ਜਾ ਸਕਦੀ ਆ। ਇਹ 4 ਦੀਆਂ 4, ਮੈਂ ਸਾਰੇ ਮੱਧ ਪ੍ਰਦੇਸ਼ ਦੀ ਗੱਲ ਨਹੀਂ ਕਰ ਰਿਹਾ,
ਪਰ ਝਾਰਖੰਡ 'ਚ ਸਿਚੁਏਸ਼ਨ ਇਹ ਹੈਗਾ ਵੀ ਚੈਲੰਜਿੰਗ ਆ, ਉਹ ਕੋਨਫਲਿਕਟਿੰਗ ਆ, ਦੋਹੇ ਧਿਰਾਂ ਜਿੱਦਾਂ ਮਜ਼ਬੂਤ ਸਥਿਤੀ 'ਚ ਨੇ। ਉਹ ਝਾਰਖੰਡ 'ਚ ਕਿਉਂਕਿ ਇੱਕ ਤਾਂ ਸਰਕਾਰਾਂ ਤਬਦੀਲ ਹੋਈਆਂ ਨੇ ਜਾਂ ਇੱਕ ਤਰ੍ਹਾਂ ਦਾ ਮੌਸਮ, ਸਿਆਸੀ ਮੌਸਮ ਆ ਜਿਹੜਾ ਉਹ ਵੀ ਤਬਦੀਲ ਹੋਇਆ, ਤੇ ਉਹਦੇ 'ਚੋਂ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ। ਹਾਂ, ਮੱਧ ਪ੍ਰਦੇਸ਼ 'ਚ ਬੀਜੇਪੀ ਦਾ ਹਲੇ ਵੀ ਸਟਰੋਂਗ ਹੋਲਡ ਹੈਗਾ ਤੇ ਕਾਫੀ ਜਿਸ ਤਰ੍ਹਾਂ ਉੱਥੇ ਟਫ ਫਾਈਟ ਆ ਜਿਹੜੀ ਉਹ ਸਾਹਮਣੇ ਆ ਰਹੀ ਆ। ਬਿਲਕੁਲ ਜੀ, ਕਾਫੀ ਇੰਟਰਸਟਿੰਗ ਰਹੇਗਾ ਕਿਉਂਕਿ ਇਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਸੀਟਸ ਨੇ ਉਹਨਾਂ ਨੇ ਜਿਹੜਾ ਹੈ ਆਪਾਂ ਕਹੀਏ ਕਿ ਕਾਫੀ ਸਾਰੀਆਂ ਸੀਟਸ ਜਿਹੜੀਆਂ ਨੇ ਉਹਨਾਂ 'ਤੇ ਕੀ ਅਸਰ ਹੋਏਗਾ ਜਾਂ ਉਹ ਕੌਣ ਜਿੱਤੇਗਾ ਉਸ ਤੋਂ ਹੀ ਜਿਹੜਾ ਹੈ ਅੱਗੇ ਜਾ ਕੇ ਜਿਹੜਾ ਦੱਸਿਆ ਜਾਏਗਾ, ਉਸ ਤੋਂ ਹੀ ਅੱਗੇ ਜਾ ਕੇ ਪਤਾ ਲੱਗੇਗਾ ਕਿ ਸਰਕਾਰ ਜਿਹੜੀ ਹੈ ਉਹ ਕਿਸ ਦੀ ਬਣਦੀ ਹੈਗੀ ਆ। ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਲੈ ਕੇ ਸਮੇਂ ਸਮੇਂ 'ਤੇ ਜਿਹੜੇ ਸਵਾਲੀਆ ਚਿੰਨ ਨੇ ਉਹ ਲੱਗਦੇ ਰਹਿੰਦੇ ਨੇ, ਪਰ ਇਸ ਦੇ ਨਾਲ ਨਾਲ ਕੁਝ ਲੋਕ ਉਹ ਵੀ ਨੇ ਕਿ ਜੋ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਜਾਂ ਉਹਨਾਂ ਦੀ ਟੈਕਨੀਕਸ ਨੂੰ ਲੈ ਕੇ ਕਾਫੀ ਸਾਰਾ ਜਿਹੜਾ ਉਹਨਾਂ ਦੀ ਸ਼ਲਾਘਾ ਕਰਦੇ ਨੇ। ਅਵਤਾਰ ਸਿੰਘ ਜੀ, ਕੀ ਕਹੋਗੇ ਜਿਹੜਾ ਨਵਾਂ ਆਰਟੀਕਲ ਆਇਆ ਹੈਗਾ? ਹਾਂਜੀ, ਇਹ ਹੈਗਾ ਵੀ ਆਪਣੇ ਇੱਕ ਤਾਂ ਆਪਾਂ ਹੁਣੇ ਗੱਲ ਕਰਕੇ ਹਟਿਆ ਵੀ 126 ਦਾਗੀ ਵਿਅਕਤੀ ਨੇ, ਹੈਨਾ ਜੀ, ਤੇ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਵੀ ਕ੍ਰਿਮੀਨਲ ਜਿਹੜਾ ਐਲੀਮੈਂਟ ਆ ਉਹ ਪੋਲਿਟਿਕਸ ਵਿੱਚ ਆ ਰਿਹਾ, ਤਾਂ ਹਰੇਕ ਬੰਦੇ ਦੇ ਮਨ ਵਿੱਚ ਇਹ ਆਉਂਦਾ ਵੀ ਜਿਹੜੀ ਲੀਡਰਸ਼ਿਪ ਆ ਜੀ ਉਹ ਹੰਬਲ ਹੋਣੀ ਚਾਹੀਦੀ ਆ, ਸਹਿਜ ਹੋਣਾ ਚਾਹੀਦਾ, ਪੜ੍ਹੀ ਲਿਖੀ ਔਰ ਕ੍ਰੀਏਟਿਵ ਹੋਣੀ ਚਾਹੀਦੀ ਆ। ਹੁਣ ਸਾਡੇ 'ਚ ਈਵਨ ਭਾਰਤ ਦੇ ਮਤਲਬ 90% ਲੋਕਾਂ 'ਚ ਹਾਲੇ ਵੀ ਇੱਕ ਲੀਡਰ ਦਾ ਇਮੇਜ ਬਣਿਆ ਹੋਇਆ ਵੀ ਜਿਹੜਾ ਬਹੁਤਾ ਰੌਲਾ ਪਾਵੇ, ਜਿਹੜਾ ਬਹੁਤ ਉੱਚਾ ਉੱਚਾ ਭਾਸ਼ਣ ਕਰੇ, ਹਨਾ, ਇੱਕ ਤਰ੍ਹਾਂ ਨਾਲ ਖੁੰਖਾਰੂ ਜੇ ਕਿਸਮ ਦਾ ਹੋਵੇ, ਲੀਡਰ ਬਣਦੇ ਆ, ਅਸੀਂ ਉਹਨੂੰ ਲੀਡਰ ਮੰਨਦੇ ਆ, ਜਿਹੜਾ ਪੋਲਾਈਟਲੀ ਗੱਲ ਕਰਦਾ ਹੋਵੇ, ਹਨਾ, ਜਾਂ ਜਿਹੜਾ ਫੈਕਟਸ ਨਾਲ ਗੱਲ ਕਰਦਾ ਹੋਵੇ, ਵੈਲ ਐਜੂਕੇਟਡ ਹੋਵੇ, ਅਸੀਂ ਲੱਗਦਾ ਵੀ ਯਾਰ ਇਹਦੇ ਵਿੱਚ ਲੀਡਰ ਬਣਨ ਵਾਲੇ ਗੁਣ ਨੇ, ਵੀ ਉਸ ਤਰ੍ਹਾਂ ਦਾ ਖੁੰਖਾਰੂ ਜਿਹਾ ਤਾਂ ਹੈ ਨੀ ਜਿੱਦਾਂ ਦੇ ਲੀਡਰ ਹੁੰਦੇ, ਚੁੱਪ ਜਿਹਾ ਰਹਿੰਦਾ ਵੀ ਮਤਲਬ ਕਿ ਆਪਣੀ ਗੱਲ ਵੀ ਨੀ ਆ, ਹਨਾ। ਹੁਣ ਡਾਕਟਰ ਮਨਮੋਹਨ ਸਿੰਘ ਤੇ ਇਹੀ ਦੋਸ਼ ਲਾ ਰਹੇ ਸੀ ਨਾ ਬੀਜੇਪੀ ਵਾਲੇ ਵੀ ਉਹ ਬੜਾ ਕੁਆਇਟ ਹੈਗਾ, ਉਹ ਇਨਐਫੀਸ਼ੀਐਂਟ ਪ੍ਰਧਾਨ ਮੰਤਰੀ ਆ, ਹਾਲਾਂਕਿ ਮੇਰੇ ਖਿਆਲ ਵਰਲਡ ਲੈਵਲ ਦਾ ਇਕਨੋਮਿਸਟ ਆ ਉਹ, ਹਨਾ। ਇਹ ਨਹੀਂ ਹੁੰਦਾ ਵੀ ਲੀਡਰ ਬਹੁਤ ਸ਼ੇਰ ਵਾਂਗੂ ਗਰਜੇ, ਹਨਾ, ਕਿਉਂਕਿ ਜਿਹੜਾ ਈਵਨ ਜੰਗ ਦੇ ਮੈਦਾਨ 'ਚ ਵੀ ਜਿਹੜਾ ਨਾ ਸਿੱਖੀ ਦਾ ਕੰਸੈਪਟ ਹੈ ਨਾ, ਵੀ ਜਿਹੜਾ ਸੂਰਮਾ ਹੈ ਨਾ, ਸੂਰਮਾ, ਸਿੱਖ ਸੂਰਮਾ, ਉਹ ਜੰਗ ਦੇ ਮੈਦਾਨ 'ਚ ਵੀ ਉਹ ਦਹਾੜਾ ਨਹੀਂ ਮਾਰਦਾ, ਉਹ ਇੱਕ ਸਿਮਰਨ ਦੇ ਲੇਵ 'ਚ ਜਾਂਦਾ ਤੇ ਜੰਗ ਲੜ ਕੇ ਆਪਣਾ ਵਾਪਸ, ਜਿੱਦਾਂ ਬੜੇ ਸਹਿਜ ਨਾਲ ਜੰਗ ਦੇ ਮੈਦਾਨ 'ਚ ਜਾਂਦਾ। ਸੋ ਉਸ ਅਸੀਂ ਸਮਝਦੇ ਵੀ ਲੀਡਰਸ਼ਿਪ ਦਾ ਵੀ ਕੰਸੈਪਟ ਉਹ ਹੋਣਾ ਚਾਹੀਦਾ, ਮਤਲਬ ਸਹਿਜ ਅਵਸਥਾ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ, ਸਹਿਜ ਅਵਸਥਾ ਜਿਹੜੀ ਉਹ ਲਗਾਤਾਰ ਹੋਣੀ ਚਾਹੀਦੀ ਆ। ਸੋ ਆਮ ਤੌਰ ਤੇ ਈਵਨ ਸਾਡੇ ਵੀ ਮਨ 'ਚ ਕਈ ਵਾਰ ਆਉਂਦਾ ਵੀ ਰਾਹੁਲ ਗਾਂਧੀ 'ਚ ਲੀਡਰ ਬਣਨ ਵਾਲੇ ਗੁਣ ਨਹੀਂ ਹੈਗੇ, ਲੱਗਦਾ ਵੀ ਜਿਸ ਤਰ੍ਹਾਂ ਦਾ ਮੁਲਕ ਆ ਨਾ ਉਹ ਦੇਸ਼ ਹੈ, ਉਹਦੇ 'ਚ ਵੀ ਉਹ ਉੱਥੇ ਦਾ ਚਾਹੀਦਾ ਵੀ ਜਿਹੜਾ ਇੱਕ ਕਾਫੀ ਖਤਰਨਾਕ ਕਿਸਮ ਦਾ ਹੋਵੇ। ਮੈਨੂੰ ਇਹਦੇ 'ਚੋਂ ਇੱਕ ਹੋਰ ਗੱਲ ਆਉਂਦੀ ਆ, ਮਿਸਟਰ ਕਿਰਪਾਲ ਢਿੱਲੋਂ ਨੇ ਜੀ, ਹਨਾ, ਉਹ DGP ਰਿਟਾਇਰ ਹੋਏ ਆ, ਪੰਜਾਬ ਪੁਲਿਸ ਦੇ ਵੀ ਉਹ DGP ਰਹੇ ਆ 1984 ਤੋਂ ਬਾਅਦ, ਇੱਕਦਮ ਜੁਲਾਈ 'ਚ ਹੀ ਉਹਨਾਂ ਦੀ ਐਜ਼ ਏ DGP ਪੰਜਾਬ ਸਿਲੈਕਸ਼ਨ ਹੁੰਦੀ ਆ ਜੀ 84 ਵਾਲੀ ਘਟਨਾ ਤੋਂ। ਉਹਨਾਂ ਦੀ ਇੱਕ ਕਿਤਾਬ ਆ ਆਈਡੈਂਟੀ, ਸਿੱਖ ਆਈਡੈਂਟੀ ਬਾਰੇ, ਜਿਹੜਾ ਸਿੱਖ ਸਟਰਗਲ ਚੱਲੀ ਹੈ ਨਾ, ਉਹ ਕਹਿੰਦਾ ਵੀ ਸਿੱਖ ਆਈਡੈਂਟੀ ਕ੍ਰਾਈਸਿਸ ਸੀਗੀ ਤਾਂ ਕਰਕੇ ਸਾਰਾ ਰਿਵੋਲਟ ਹੋਇਆ, ਤੇ ਉਹ ਇੱਕ ਬੜੇ ਰਿਨੋਨਡ ਕਿਸਮ ਦੇ ਬੰਦੇ ਨੇ। ਉਹ ਕਹਿੰਦਾ ਵੀ ਜਦੋਂ ਮੇਰੀ ਮੀਟਿੰਗ ਹੋਈ ਨਾ ਇੰਦਰਾ ਗਾਂਧੀ ਨਾਲ DGP ਲੱਗਣ ਵੇਲੇ, ਤਾਂ ਮੈਨੂੰ ਇੰਦਰਾ ਗਾਂਧੀ ਕਹਿੰਦੀ ਵੀ ਤੇਰਾ ਤਾਂ ਰਿਕਾਰਡ ਹੀ ਬਿਲਕੁਲ ਹੋਰ ਤਰ੍ਹਾਂ ਦਾ, ਵੀ ਤੂੰ ਤਾਂ ਬੜਾ ਪੋਲਾਈਟ ਔਰ ਬੜਾ ਸੈਂਸੀਬਲ ਔਰ ਬੜਾ ਕਾਨੂੰਨਦਾਨ ਜਿਹਾ ਬੰਦਾ, ਵੀ ਤੂੰ ਪੰਜਾਬ ਨੂੰ ਸੰਭਾਲ ਲੂੰਗਾ, ਕਹਿੰਦਾ ਮੈਨੂੰ ਇਹ ਕੁਐਸਚਨ ਕਰਿਆ ਇੰਦਰਾ ਗਾਂਧੀ ਨੇ। ਹੁਣ ਉਹ ਆਪਣੀ ਕਿਤਾਬ 'ਚ ਲਿਖਦਾ ਬਾਅਦ 'ਚੋਂ ਨਾ, ਕਹਿੰਦਾ ਇਹਦਾ ਮਤਲਬ ਉਦੋਂ ਮੈਨੂੰ ਇਹ ਹੋਇਆ ਵੀ ਤੁਹਾਨੂੰ ਇਸ ਤਰ੍ਹਾਂ ਦੇ ਬੰਦਿਆਂ ਦੀ ਲੋੜ ਹੀ ਨਹੀਂ ਹੈਗੀ, ਵੀ ਜਿਹੜੇ ਮੇਰੇ ਤਾਂ ਸਵਾਲ ਇੰਦਰਾ ਗਾਂਧੀ ਨੇ ਉਠਾਏ, ਵੀ ਤੂੰ ਤਾਂ ਬੜਾ ਪੋਲਾਈਟ ਹੈ, ਸੈਂਸੀਬਲ ਆ, ਕਾਨੂੰਨਦਾਨ ਆ, ਕਹਿੰਦਾ ਇਹਦਾ ਮਤਲਬ ਪੁਲਿਸ 'ਚ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ, ਪੁਲਿਸ ਤਾਂ ਜ਼ਾਲਮ ਬੰਦਿਆਂ ਦੀ ਲੋੜ ਆ, ਵਿਰੂਲੈਂਟ ਬੰਦਿਆਂ ਦੀ ਲੋੜ ਆ ਜਿਹੜੇ ਆ ਕੇ ਪੰਜਾਬ 'ਚ ਉਹਨਾਂ ਨੂੰ ਜ਼ਾਲਮ ਕਿਸਮ ਦੇ ਬੰਦੇ ਚਾਹੀਦੇ ਸੀ, KPS ਗਿੱਲ ਸਟਾਈਲ ਚਾਹੀਦਾ ਸੀ ਜੀ ਜੀ ਜੀ, ਹੈ ਨਾ। ਤੇ ਇਸੇ ਤਰ੍ਹਾਂ ਦਾ ਆਪਣਾ ਪੋਲਿਟਿਕਸ ਦਾ ਮਾਡਲ ਆ ਰਿਹਾ ਵੀ ਬੜੇ ਖੁੰਖਾਰੂ ਜਿਹੇ ਪੋਲੀਟੀਸ਼ੀਅਨ ਚਾਹੀਦੇ ਨੇ। ਹੁਣ ਇਹ ਇੰਡੀਆ ਟੂਡੇ 'ਚ ਇੱਕ ਲੱਗਿਆ ਹੈਗਾ, ਉੱਥੋਂ ਦਾ ਵੈਸੇ ਤਾਂ ਕਾਂਗਰਸ ਪਾਰਟੀ ਦਾ ਹੀ ਉਹ ਬੰਦਾ ਯੂਥ ਕਾਂਗਰਸ ਦਾ ਕੋਈ ਲੀਡਰ ਹੈਗਾ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਹਨੇ ਆਪਣੇ ਲੀਡਰ ਦੇ ਹੱਕ 'ਚ ਉਹ ਕਰਿਆ, ਪਰ ਉਹ ਕਹਿੰਦਾ ਵੀ ਮੇਰਾ ਵੀ ਕਹਿੰਦਾ ਲੀਡਰਸ਼ਿਪ ਬਾਰੇ ਨਾ ਇੱਕ ਬਿਲਕੁਲ ਡਿਫਰੈਂਟ ਵਿਊ ਸੀ, ਇਸ ਤਰ੍ਹਾਂ ਦਾ ਵੀ ਲੀਡਰ ਖਾੜਕੂ ਜਿਹਾ ਹੋਣਾ ਚਾਹੀਦਾ, ਖਾਸਾ ਖੁੰਖਾਰੂ ਜਿਹਾ ਹੋਣਾ ਚਾਹੀਦਾ। ਕਹਿੰਦਾ ਵੀ ਪਿਛਲੇ ਦਿਨ ਹੀ ਉਹ ਰਾਹੁਲ ਗਾਂਧੀ ਨੇ ਉੱਥੇ ਨਾਸਿਕ ਦੇ ਲਾਗੇ ਰੈਲੀ ਲਈ ਆਉਣਾ ਸੀ, ਮੌਸਮ ਖਰਾਬ ਹੋਣ ਕਰਕੇ ਉਹ ਲੇਟ ਹੋ ਗਏ, ਉਹਨਾਂ ਦਾ ਜਿਹੜਾ ਪਲੇਨ ਸੀਗਾ ਲੇਟ ਆਇਆ, ਹਨਾ, ਪਰ ਕਹਿੰਦਾ ਫਿਰ ਵੀ ਲੋਕ ਉਹਨਾਂ ਨੂੰ ਸੁਣਨ ਲਈ 50-60 ਹਜ਼ਾਰ ਦਾ ਇਕੱਠ ਸੀਗਾ ਆਏ, ਤੇ ਫਿਰ ਕਹਿੰਦਾ ਉਹ ਕੋਈ ਆਉਣ ਵੇਲੇ ਕੋਈ ਇਸ ਤਰ੍ਹਾਂ ਦਾ ਨਹੀਂ ਵੀ ਕੋਈ ਉਚੇਚ ਆ ਜਾਂ ਕਿਸ ਤਰ੍ਹਾਂ, ਸਾਨੂੰ ਸਾਰਿਆਂ ਨੂੰ ਜੱਫੀਆਂ ਪਾ ਕੇ ਕਹਿੰਦਾ ਉਹ ਮਿਲੇ, ਹਨਾ, ਬੜਾ ਪੋਲਾਈਟਲੀ ਬੋਲਿਆ, ਹੰਬਲ ਢੰਗ ਨਾਲ ਬੋਲਿਆ, ਤੇ ਕਹਿੰਦਾ ਵੀ ਫਿਰ ਕਿਉਂਕਿ ਮੌਸਮ ਖਰਾਬ ਸੀ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡਾ ਪਲੇਨ ਆਫ ਨਹੀਂ ਕਰਨਾ, ਵੀ ਤੁਹਾਨੂੰ ਇੱਥੇ ਕਿਤੇ ਰਹਿਣ ਦਾ ਇੰਤਜ਼ਾਮ ਕਰਨਾ ਪੈਣਾ, ਹਨਾ, ਤੇ ਕਹਿੰਦਾ ਸਾਨੂੰ ਹੁਕਮ ਹੋਇਆ ਵੀ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਕਰਨਾ,
ਤੇ ਕਹਿੰਦਾ ਅਸੀਂ ਪੁੱਛਿਆ ਵੀ ਇੱਕ ਤਾਂ ਖਾਣਾ ਕੀ ਆ, ਉਹ ਕਹਿੰਦਾ ਵੀ ਬਸ ਦਾਲ ਫੁਲਕਾ ਜਿਹੜਾ ਵੀ ਹੈ। ਕਹਿੰਦਾ ਮੈਨੂੰ ਹੋਇਆ ਵੀ ਮਤਲਬ ਕਿ ਏਡਾ ਵੱਡਾ ਲੀਡਰ ਹੈ ਵੀ ਮਤਲਬ ਕਿ ਜਸਟ ਜਿਹੜੀ ਉੱਥੋਂ ਦੀ ਨੋਰਮਲ ਕੋਈ ਜਿਹੜੀ ਡਿਸ਼ ਆ ਨਾ ਉਹ ਉਹਨੇ ਕਿਹਾ ਵੀ ਆਹ ਲੈ ਆਓ ਬਸ ਨਾ ਵੀ ਆਪਾਂ ਦੋ ਫੁਲਕੇ ਹੀ ਛਕਣੇ ਹੈਗੇ। ਤੇ ਫਿਰ ਕਹਿੰਦਾ ਉਹਦੇ ਰਹਿਣ ਦਾ ਪ੍ਰੋਗਰਾਮ ਅਤੇ ਉਹਨੂੰ ਦੱਸਿਆ ਗਿਆ ਵੀ ਕਹਿੰਦਾ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਕਿਸੇ ਹੋਟਲ 'ਚ ਠਹਿਰਾਈਏ। ਕਹਿੰਦਾ ਨਾ 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 ਹੋਟਲ 'ਚ ਨਹੀਂ, ਕਿਸੇ ਵੀ ਕੋਈ ਸਾਫ਼ ਜਿਹਾ ਕਮਰਾ ਹੋਵੇ, ਇੱਕ ਸਾਫ਼ ਜਿਹਾ ਬੈੱਡ ਹੋਵੇ ਅਤੇ ਬਸ ਕਹਿੰਦਾ ਮੱਛਰ ਨਾ ਹੋਣ, ਥੋੜ੍ਹਾ ਜਿਹਾ ਮੈਂ ਮੱਛਰਾਂ ਤੋਂ ਮੈਨੂੰ ਅਲਰਜੀ ਹੈਗੀ ਵੀ ਬੈੱਡ ਸਾਫ਼ ਹੋਵੇ, ਹੋਰ ਕੋਈ ਨਹੀਂ ਕੋਈ ਵੀ ਘਰ ਹੋਵੇ ਮੈਂ ਉਹਦੇ 'ਚ ਹੀ ਰਹਿ ਸਕਦਾ ਹੈ। ਅਤੇ ਫਿਰ ਕਹਿੰਦਾ ਵੀ ਉਹ ਪਲੇਨ ਜਦੋਂ ਲੇਟ ਹੋਇਆ ਤਾਂ ਉਹਦੇ ਕੱਪੜੇ ਵੀ ਨਹੀਂ ਸੀ ਆਏ, ਕੱਪੜਿਆਂ ਵਾਲਾ ਬੈਗ ਉੱਥੇ ਹੀ ਰਹਿ ਗਿਆ ਸੀ ਅਤੇ ਅਸੀਂ ਕਿਹਾ ਵੀ ਤੁਹਾਡੇ ਕੱਪੜਿਆਂ ਵਗੈਰਾ ਦਾ ਕਿੱਦਾਂ? ਕਹਿੰਦਾ ਵੀ ਹਲੇ ਦੁਕਾਨਾਂ ਖੁੱਲ੍ਹੀਆਂ ਹੋਣੀਆਂ ਵੀ ਕਹਿੰਦਾ ਕੋਈ ਮੈਨੂੰ ਨਾਈਟ ਸੂਟ ਲੈ ਆਓ, ਮੇਰਾ ਆਹੀ ਕੁੜਤਾ ਪਜਾਮਾ ਧੋ ਕੇ ਸੁੱਕਣਾ ਪਾ ਦਿਓ, ਸਵੇਰੇ ਮੈਂ ਆਹੀ ਪਾ ਕੇ ਚੱਲਿਆ ਜਾਊਂਗਾ। ਸੋ ਕਹਿੰਦਾ ਵੀ ਇਹ ਮੈਨੂੰ ਹੰਬਲ ਸਾਈਡ ਜਿਹੜੀ ਲੀਡਰ ਦੀ ਹੈ ਨਾ, ਵੀ ਨਹੀਂ ਤਾਂ ਹੁੰਦਾ ਵੀ 10-10 ਲੱਖ ਦੇ ਲੋਕ ਸੂਟ ਪਾਉਂਦੇ ਨੇ, ਉਹਨਾਂ ਦੇ ਆਪਣੇ ਐਟੀਕੇਟਸ ਆ, ਐਟੀਚਿਊਡਸ ਆ, ਉਹਨਾਂ ਵੀ ਮੈਨੂੰ ਆਹ ਸ਼ਾਮ ਨੂੰ 10-15 ਜੋੜੇ ਕਹਿੰਦਾ ਸ਼ੂਜ਼ ਦੇ ਆਏ ਹੁੰਦੇ, 10-15 ਕੱਪੜਿਆਂ ਦੇ ਆਏ ਹੁੰਦੇ ਆ ਅਟੈਚੀ ਭਰ ਕੇ, ਉਹਦੇ 'ਚ ਫਿਰ ਉਹ ਚੂਜ਼ ਕਰਦਾ ਵੀ ਕਿਹੜਾ ਆਪਣਾ ਟਾਈ ਕਿਹੜੀ ਲਾਉਣੀ ਆ। ਕਹਿੰਦਾ ਵੀ ਉਹ ਕਹਿੰਦਾ ਆਹੀ ਧੋ ਕੇ ਸੁੱਕਣਾ ਪਾ ਦਿਓ, ਸਵੇਰੇ ਪ੍ਰੈਸ ਕਰਕੇ ਆਪਾਂ ਇਹਦੇ 'ਚ ਚੱਲਿਆ ਜਾਣਾ। ਸੋ ਇੱਕ ਉਹ ਕਹਿੰਦਾ ਵੀ ਨਵੀਂ ਕਿਸਮ ਦਾ ਟ੍ਰੈਂਡ ਆ ਜਿਹੜਾ ਰਾਜਨੀਤੀ 'ਚ ਲੀਡਰਸ਼ਿਪ ਦਾ ਉੱਭਰ ਰਿਹਾ, ਅਤੇ ਉਹਨੇ ਮੈਨੂੰ ਕਹਿੰਦਾ ਕਾਫ਼ੀ ਇਨਫਲੂਐਂਸ ਕੀਤਾ। ਹੁਣ ਇਹ ਦੇਖੋ ਵੀ ਇਸ ਕਿਸਮ ਦਾ ਉਹ ਭਾਰਤੀ ਸੋਸਾਇਟੀ ਐਕਸੈਪਟ ਕਰਦੇ ਆ ਜਾਂ ਨਹੀਂ ਕਰਦੇ। ਇਹ ਹੈਗਾ ਬਿਲਕੁਲ ਜੀ, ਇੰਟਰਸਟਿੰਗ ਰਹੇਗਾ ਕਾਫ਼ੀ ਕੀ ਲੋਕ ਐਕਸੈਪਟ ਇਹਨੂੰ ਕਰਦੇ ਹੈਗੇ ਆ ਰਾਹੁਲ ਗਾਂਧੀ ਲੀਡਰਸ਼ਿਪ ਨੂੰ ਜਾਂ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਕਲੀਅਰ ਹੋ ਜਾਣਾ ਹੈ। ਜਾਵੇਦ ਅਖਤਰ ਜੋ ਕਿ ਭੋਪਾਲ ਜਾ ਕੇ ਆਏ ਨੇ, ਉੱਥੇ ਉਹਨਾਂ ਨੇ ਰੈਲੀ ਵੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਫਿਰਕੂ ਲੋਕਾਂ ਨੂੰ ਜਿਹੜੀ ਵੋਟ ਹੈ ਭੋਪਾਲ ਦੇ ਲੋਕ ਨਾ ਪਾਉਣ, ਕਿਉਂਕਿ ਭੋਪਾਲ ਇੱਕ ਆਰਟਿਸਟਿਕ ਜਿਹੜੀ ਹੈ ਜਗ੍ਹਾ ਹੈਗੀ ਹੈ। ਅਵਤਾਰ ਸਿੰਘ ਜੀ ਕੀ ਕਹੋਗੇ, ਐਡਾ ਵੱਡਾ ਜਿਹੜਾ ਭਾਰਤ ਦਾ ਆਰਟਿਸਟ ਹੈ ਉਸ ਦੇ ਵੱਲੋਂ ਸਪੈਸ਼ਲੀ ਉੱਥੇ ਰੈਲੀ ਕੀਤੀ ਜਾਂਦੀ ਹੈ ਔਰ ਇਹ ਉਹੀ ਜਗ੍ਹਾ ਹੈ ਜਿੱਥੇ ਪ੍ਰਗਿਆ ਸਿੰਘ ਜਿਹੜੀ ਹੈ ਉਹ ਖੜੀ ਹੈਗੀ ਹੈ। ਹਾਂਜੀ ਹਾਂਜੀ, ਇਹ ਕਾਫ਼ੀ ਰਿਨੋਨਡ ਪੋਇਟ ਹੈਗੇ ਆ ਭਾਰਤ ਦੇ, ਮੇਰੇ ਖਿਆਲ ਰਾਜ ਸਭਾ ਦੇ ਮੈਂਬਰ ਵੀ ਰਹੇ ਹੈਗੇ ਆ ਜਾਂ ਹੁਣ ਵੀ ਹੈਗੇ ਹੈਗੇ ਜੀ। ਅਤੇ ਪਿਛਲੇ ਦਿਨੀ ਉਹਨਾਂ ਦੀ ਇੱਕ ਕਵਿਤਾ ਵੀ ਆਈ ਆ ਸੋਸ਼ਲ ਮੀਡੀਆ 'ਤੇ ਨਾ, ਉਹ ਜਿਸ ਤਰ੍ਹਾਂ ਜਿਹੜੀ ਅਥੋਰੀਟੇਰੀਅਨਿਜ਼ਮ ਆ ਮੋਦੀ ਸਰਕਾਰ ਦਾ ਉਹਦੇ 'ਤੇ ਜਿਸ ਤਰ੍ਹਾਂ ਉਹ ਟਿੱਪਣੀਆਂ ਕਰ ਰਹੇ ਨੇ। ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਭੋਪਾਲ ਤੋਂ ਪ੍ਰਾਗਿਆ ਸਿੰਘ ਠਾਕੁਰ ਨਾਂ ਦੀ ਜਿਹੜੀ ਇੱਕ ਟੈਰਰਿਸਟ ਹੈਗੀ ਆ ਲੇਡੀ, ਉਹਨੂੰ ਬੀਜੇਪੀ ਨੇ ਟਿਕਟ ਦਿੱਤੀ ਆ, ਤਾਂ ਉੱਥੇ ਗਏ ਨੇ। ਉਹ ਕਹਿੰਦਾ ਵੀ ਮੈਂ ਭੋਪਾਲ 'ਚ ਬਹੁਤ ਦੇਰ ਰਿਹਾ, ਮੇਰੀ ਐਜੂਕੇਸ਼ਨ ਦਾ ਇੱਥੇ ਸਾਰਾ ਹੋਇਆ ਅਤੇ ਮੈਂ ਕਾਲਜ ਦੇ ਦਿਨਾਂ ਵਿੱਚ ਇੱਥੇ ਰਿਹਾ, ਅਤੇ ਭੋਪਾਲ ਆ ਕਹਿੰਦਾ ਵੀ ਬਹੁਤ ਇੱਕ ਆਰਟਿਸਟਿਕ ਸਿਟੀ ਹੈਗਾ, ਇੱਕ ਤਾਂ ਮਿਕਸ ਕਲਚਰ ਹੈਗਾ ਮੁਸਲਿਮ ਅਤੇ ਹਿੰਦੂ ਸਾਰੇ ਕਹਿੰਦਾ ਵੀ ਵਧੀਆ ਢੰਗ ਨਾਲ ਰਹਿ ਰਹੇ ਨੇ। ਅਤੇ ਉਹ ਉਹਨੇ ਫਿਰ ਅਪੀਲ ਕੀਤੀ ਆ ਵੀ ਇਸ ਜਿਹੜਾ ਇੱਕ ਜਿਹੜਾ ਬਲੈਂਡ ਹੈਗਾ ਕਮਿਊਨਿਟੀਜ਼ ਦਾ ਅਤੇ ਸੁਸਾਇਟੀ ਦਾ ਇੱਕ ਤਰ੍ਹਾਂ ਨਾਲ ਜਾਂ ਈਵਨ ਕਹਿ ਦਿਓ ਲੈਂਗੁਏਜਿਸ ਦਾ ਵੀ ਉਹਨੂੰ ਕਿਤੇ ਨਾ ਕਿਤੇ ਕਾਇਮ ਰੱਖਿਆ ਜਾਣਾ ਚਾਹੀਦਾ ਵੀ ਜਿਹੜੇ ਫਿਰਕੂ ਲੋਕ ਨੇ ਜਿਹੜੇ ਵੰਡੀਆਂ ਪਾਉਣ ਆਏ ਨੇ ਇੱਥੇ ਜਿਹੜੇ ਇੱਕ ਤਰ੍ਹਾਂ ਨਾਲ ਭਾਰਤੀ ਸੋਸਾਇਟੀ ਨੂੰ ਤੋੜਨ ਆਏ ਨੇ ਵੀ ਉਹਨਾਂ ਨੂੰ ਵੋਟ ਨਾ ਪਾਈ ਜਾਵੇ, ਉਹਦੇ ਰਿਐਕਸ਼ਨ ਵੀ ਆਏ ਨੇ ਉਹਦੇ ਖਿਲਾਫ਼ ਜਿਹੜੀਆਂ ਹਿੰਦੂ ਜਥੇਬੰਦੀਆਂ ਬੋਲੀਆਂ, ਇੱਕ ਕਰਨੀ ਸੈਨਾ ਹੈਗੀ ਆ ਕੋਈ ਪਤਾ ਨਹੀਂ ਕਿਹੜੀ ਹੈਗੀ ਆ, ਉਹਨੇ ਜਿੱਦਾਂ ਕਿਹਾ ਵੀ ਇਹਦਾ ਸਿਰ ਵੱਢਿਆ ਜਾਣਾ ਚਾਹੀਦਾ ਹੈਗਾ, ਜਾਣੀ ਇਸ ਤਰ੍ਹਾਂ ਦੇ ਰਿਐਕਸ਼ਨ ਵੀ ਆਉਣ ਲੱਗ ਗਏ ਨੇ। ਪਰ ਕਿਉਂਕਿ ਉਹ ਜਾਵੇਦ ਅਖਤਰ ਨੇ ਜਿਸ ਤਰ੍ਹਾਂ ਵੱਡੀ ਸਭਾ ਕੀਤੀ ਹੈਗੀ ਆ ਅਤੇ ਸਾਨੂੰ ਲੱਗਦਾ ਵੀ ਜਿਹੜੀਆਂ ਫਾਸ਼ਿਸਟ ਫੋਰਸ ਆ ਉਹਦੇ ਖਿਲਾਫ਼ ਕਿਤੇ ਨਾ ਕਿਤੇ ਇੰਡੀਅਨ ਸੁਸਾਇਟੀ 'ਚੋਂ ਜਿਹੜੀਆਂ ਐਂਟੀਬੋਡੀਜ਼ ਆ ਉਹ ਰਿਐਕਟ ਕਰ ਰਹੀਆਂ ਨੇ ਅਤੇ ਇੱਕ ਵੱਡੀ ਵੇਵ ਬਣ ਸਕਦੀ ਹੈ ਜੇ ਸ਼ੁਰੂਆਤ ਕੀਤੀ ਜਾਵੇ ਤਾਂ। ਬਿਲਕੁਲ ਜੀ, ਔਰ ਜ਼ਰੂਰ ਜਿਹੜਾ ਹੈ ਫਾਸ਼ਿਸਟ ਫੋਰਸਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਜੇ ਅਜੋਕੇ ਹਾਲਾਤਾਂ ਦੇ ਵਿੱਚ ਕਹੀਏ। ਅਤੇ ਇੱਕ ਜਿਹੜੀ ਹੋਰ ਸੋਸ਼ਲ ਮੀਡੀਆ 'ਤੇ ਵੀ ਆਪਾਂ ਕਾਫੀ ਵੀਡੀਓਜ਼ ਦੇਖੀਆਂ ਹੈਗੀਆਂ ਨੇ, BSF ਦਾ ਇੱਕ ਫੌਜੀ ਜਵਾਨ ਜਿਨ੍ਹਾਂ ਦੀ ਪਿੱਛੇ ਜਿਹੇ ਵੀਡੀਓ ਵਾਇਰਲ ਹੋਈ ਸੀ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਉਹਨਾਂ ਨੇ ਪੇਪਰ ਭਰੇ ਸਨ ਵਾਰਾਣਸੀ ਤੋਂ, ਪਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਪੇਪਰ ਜਿਹੜੇ ਨੇ ਕੈਂਸਲ ਕਰ ਦਿੱਤੇ ਗਏ ਨੇ ਚੋਣ ਕਮਿਸ਼ਨ ਵੱਲੋਂ। ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਇਸ ਦੇ ਵਿੱਚ ਕੁਝ ਖਾਮੀਆਂ ਹੈ ਜਿਸ ਕਰਕੇ ਉਹਨਾਂ ਨੇ ਪੇਪਰ ਕੈਂਸਲ ਕੀਤੇ, ਔਰ ਉਸ ਤੋਂ ਬਾਅਦ ਹੁਣ ਪਤਾ ਇਹ ਲੱਗ ਰਿਹਾ ਹੈ ਕਿ ਉਹਨਾਂ 'ਤੇ ਪਰਚਾ ਵੀ ਜਿਹੜਾ ਹੈ ਉਹ ਦਰਜ ਕਰ ਦਿੱਤਾ ਗਿਆ ਹੈ। ਅਵਤਾਰ ਸਿੰਘ ਜੀ ਕੀ ਹੈ ਸਾਰਾ ਮਾਮਲਾ? ਹਾਂਜੀ, ਟੈਕਨੀਕਲੀ ਤਾਂ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਮਾਜਵਾਦੀ ਪਾਰਟੀ ਨੇ ਉੱਥੋਂ ਖੜਾ ਕੀਤਾ ਸੀਗਾ। ਇੱਕ ਤਾਂ ਵੈਸੇ ਤਾਂ ਹੁਣ ਲੋਕ ਇਹ ਲਾ ਰਹੇ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਕਹਿ ਕੇ ਰੱਦ ਕਰਵਾਉਣ, ਪਰ ਅਸੀਂ ਨਹੀਂ ਸਮਝਦੇ ਵੀ ਇੰਨਾ ਵੱਡਾ ਲੈਵਲ ਦਾ ਆਪਾਂ ਕਹੀਏ ਇੱਦਾਂ ਦੀ ਗੱਲ ਤਾਂ ਹੁੰਦਾ। ਅਸਲ 'ਚ ਉਹ ਹੈਗਾ ਵੀ ਜਿਹੜਾ ਉਹਨਾਂ ਨੇ ਟੈਕਨੀਕਲੀ ਪਾਇਆ ਸੀ ਨਾ, ਮੈਨੂੰ BSF 'ਚੋਂ ਬਰਖਾਸਤ ਕੀਤਾ ਗਿਆ। ਸੋ ਫਿਰ ਜਦੋਂ ਤੁਹਾਡੇ 'ਤੇ ਇਸ ਕਿਸਮ ਦਾ ਕੋਈ ਦੋਸ਼ ਹੁੰਦਾ ਨਾ, ਫਿਰ ਇੱਕ ਤਾਂ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਜਿਹਨੂੰ ਸਜ਼ਾ ਹੋਈ ਹੋਵੇ ਬੰਦਾ ਉਹ ਨਹੀਂ ਕਰ ਸਕਦਾ, ਇਹ ਵੀ ਇੱਕ ਤਰ੍ਹਾਂ ਨਾਲ ਪਨਿਸ਼ਮੈਂਟ ਆ ਜਿਹੜੀ ਲੀਗਲ ਸਜ਼ਾ ਦੇ ਤੌਰ 'ਤੇ ਇਹਨੂੰ ਲਿਆ ਜਾਂਦਾ ਵੀ ਉਹ ਇਲੈਕਸ਼ਨ ਕਮਿਸ਼ਨ ਨੂੰ ਲੱਗਿਆ ਹੋਊਗਾ ਜਾਂ ਜਿਹੜਾ ਬਾਏ ਲਾਅ ਉਹ ਹੋਊਗਾ ਵੀ ਜਿਹਨੂੰ ਜਿਹੜਾ ਬਰਖਾਸਤ ਹੋਇਆ, ਇਟ ਮੀਨਸ ਦੇਰ ਇਜ਼ ਸਮਥਿੰਗ ਰੋਂਗ ਉਹਦੇ ਉਹਦੇ ਕਰੈਕਟਰ ਵਿੱਚ ਆ, ਉਹਦੀ ਲਾਈਫ 'ਚ ਜਿਸ ਤਰ੍ਹਾਂ ਹੈਗਾ ਉਹਦੇ ਕਰਕੇ ਰੱਦ ਹੋਏ ਨੇ। ਅਤੇ ਹੁਣ
ਵੀ ਪੋਲੀਟੀਕਲੀ ਮੋਟੀਵੇਟਡ ਆ। ਉਹ ਯੋਗੀ ਆਦਿੱਤਿਆਨਾਥ ਉੱਥੇ ਉਹ ਨੇ ਚੀਫ ਮਿਨਿਸਟਰ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਵਫ਼ਾਦਾਰੀ ਦਿਖਾਉਣ ਲਈ ਜਾਂ ਛੋਟੇ ਅਫਸਰਾਂ ਨੇ ਆਪਣੀ ਵਫ਼ਾਦਾਰੀ ਯੋਗੀ ਆਦਿੱਤਿਆਨਾਥ ਨੂੰ ਦਿਖਾਉਣ ਲਈ ਵੀ ਅਸੀਂ ਤੇਰੇ ਵਫ਼ਾਦਾਰ ਹੈਗੇ ਹਾਂ। ਉਹ ਤੇ ਹੁਣ ਕੇਸ ਦਰਜ ਕਰ ਲਿਆ ਵੀ ਜਦੋਂ ਤੂੰ ਪੇਪਰ ਭਰਨ ਆਇਆ ਇੱਥੇ ਬਹੁਤ ਲੋਕਾਂ ਦੀ ਭੀੜ ਸੀ ਤੇ ਦੰਗਾ ਹੋ ਸਕਦਾ ਸੀ। ਜਾਣੀ ਅਸੀਂ ਸਮਝਦੇ ਹਾਂ ਵੀ ਇਹ ਤਾਂ ਬਿਲਕੁਲ ਖਤਮ, ਉਹ ਐਵੇਂ ਆ ਹੁਣ ਕਿੰਨੇ ਕਿੰਨੇ ਲੋਕ ਜਿੱਦਾਂ ਹੁਣ ਮੋਦੀ ਜਦੋਂ ਨੋਮੀਨੇਸ਼ਨ ਭਰਨ ਆਏ ਨੇ ਤਾਂ ਮੇਰੇ ਖਿਆਲ ਕਿੰਨੇ ਲੋਕ ਸੀ, ਹਜ਼ਾਰਾਂ ਲੱਖਾਂ ਲੋਕ ਸੀਗੇ। ਜੋ ਇਹ ਕਹੀਏ ਵੀ ਦੰਗਾ ਹੋ ਸਕਦਾ ਉਹ ਗੱਲ ਨਹੀਂ ਹੈਗੀ, ਜਿਹੜੇ ਪੇਪਰ ਆ ਟੈਕਨੀਕਲੀ ਉਹ ਟੈਕਨੀਕਲੀ ਆਸਪੈਕਟਸ ਤੇ ਹੀ ਰੱਦ ਹੋਏ ਨੇ, ਪਰ ਅਸੀਂ ਕੇਸ ਆ ਜਿਹੜਾ ਪਿਆ ਅਸੀਂ ਸਮਝਦੇ ਹਾਂ ਵੀ ਉਹ ਪੋਲੀਟੀਕਲੀ ਮੋਟੀਵੇਟਡ ਆ, ਉਹ ਨਹੀਂ ਪੈਣਾ ਚਾਹੀਦਾ। ਬਿਲਕੁਲ ਜੀ, ਜਯਾ ਬੱਚਨ ਨੇ ਬਿਆਨ ਦਿੱਤਾ ਹੈਗਾ ਕਿ ਜਿਨ੍ਹਾਂ ਨੇ ਦੇਸ਼ ਨੂੰ ਪ੍ਰੋਟੈਕਟ ਕਰਨਾ ਸੀ ਉਹੀ ਦੇਸ਼ ਨੂੰ ਜਿਹੜਾ ਹੈ ਉਸਦਾ ਸੱਤਿਆਨਾਸ਼ ਕਰ ਰਹੇ ਨੇ। ਕਿਸ ਤਰੀਕੇ ਨਾਲ ਤੁਸੀਂ ਜਯਾ ਬੱਚਨ ਦੇ ਇਸ ਬਿਆਨ ਨੂੰ ਲੈਂਦੇ ਹੋ? ਹਾਂਜੀ, ਉਹ ਸਮਾਜਵਾਦੀ ਪਾਰਟੀ ਵੱਲੋਂ ਜਿਸ ਤਰ੍ਹਾਂ ਮੈਂਬਰ ਆਫ ਪਾਰਲੀਮੈਂਟ ਨੇ ਅਤੇ ਹੁਣ ਦੁਬਾਰਾ ਵੀ ਮੇਰੇ ਖਿਆਲ ਉਹ ਚੋਣ ਲੜ ਰਹੇ ਨੇ ਜੀ, ਅਤੇ ਅਸਲ 'ਚ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਦਾ ਸਮਾਜਵਾਦੀ ਪਾਰਟੀ ਦੀ ਪੋਲੀਟੀਕਲ ਲਾਈਨ ਆ ਜਾਂ ਉਹਨਾਂ ਦੀ ਆਪਣੀ ਅੰਦਰਲੀ ਆਵਾਜ਼ ਵੀ ਹੈਗੀ ਆ ਵੀ ਜਿਸ ਕਿਸਮ ਦਾ ਫਿਰਕੂ ਮਾਹੌਲ ਦੇਸ਼ ਵਿੱਚ ਪਿਛਲੇ 5 ਸਾਲ ਤੋਂ ਬਣਿਆ, ਜਿਸ ਤਰ੍ਹਾਂ ਮਾਈਨੋਰਟੀਜ਼ ਦੇ ਖਿਲਾਫ਼ ਜਾਂ ਗਰੀਬ ਜਾਂ ਟ੍ਰਾਈਬਲਸ ਦੇ ਖਿਲਾਫ਼ ਜੀ, ਜਿਹੜੇ ਆਦਿਵਾਸੀ ਨੇ ਉਹਨਾਂ ਦੇ ਖਿਲਾਫ਼ ਜਿਸ ਕਿਸਮ ਦੀ ਇੱਕ ਦਿਸ ਦੀ ਅਤੇ ਅਣ ਦਿਸ ਦੀ ਜੰਗ ਆ, ਉਹਦੇ 'ਚ ਹਥਿਆਰਾਂ ਦੀ ਜੰਗ ਵੀ ਆ ਅਤੇ ਸਾਈਕੋਲੋਜੀਕਲ ਵਾਰਫੇਅਰ ਵੀ ਆ, ਉਹ ਦੋਵੇਂ ਕਿਸਮ ਦੀਆਂ ਲੜੀਆਂ ਜਾ ਰਹੀਆਂ ਅਤੇ ਉਹਦੇ 'ਚੋਂ ਬਹੁਤ ਸਾਰੇ ਜਿਹੜੇ ਡਿਸਪਲੇਸਮੈਂਟ ਹੋ ਰਹੀ ਆ ਟ੍ਰਾਈਬਲਸ ਦੀ ਜੀ ਜੀ ਜੀ, ਝਾਰਖੰਡ 'ਚ, ਛੱਤੀਸਗੜ੍ਹ 'ਚ ਆ ਉਹਨਾਂ ਇਲਾਕਿਆਂ 'ਚ ਜਿਹੜੇ ਟ੍ਰਾਈਬਲਸ ਨੇ ਸੋ ਕਾਲਡ ਮਾਡਰਨਾਈਜੇਸ਼ਨ ਦੇ ਨਾਂ 'ਤੇ ਉਹਨਾਂ ਨੂੰ ਜੰਗਲਾਂ 'ਚੋਂ ਬਾਹਰ ਭਜਾਇਆ ਜਾ ਰਿਹਾ। ਈਵਨ ਹਾਈ ਕੋਰਟ ਤੱਕ ਕੇਸ ਗਿਆ ਹੁਣ ਪਿਛਲੇ ਦਿਨ ਇਹ ਆਇਆ ਅਤੇ ਹਾਈ ਕੋਰਟ 'ਚ ਸਰਕਾਰ ਨੇ ਇਹ ਕਿਹਾ ਵੀ ਇਹ ਇੱਥੇ ਰਹਿ ਰਹੇ ਨੇ ਪਰ ਕਾਨੂੰਨੀ ਤੌਰ 'ਤੇ ਇਹਨਾਂ ਕੋਲ ਕੋਈ ਰਜਿਸਟਰੀਆਂ ਨਹੀਂ ਹੈਗੀਆਂ ਇਸ ਜੰਗਲ 'ਚ ਰਹਿਣ ਦੀਆਂ। ਉਹ ਸਾਰਾ ਹੁਣ ਟੈਕਨੀਕਲੀ ਡਿਫਾਈਨ ਹੋ ਰਿਹਾ, ਜਿਹੜੇ ਲੋਕ ਸੰਕੜੇ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਜਿਹਨਾਂ ਦਾ ਜੀਵਨ ਦਾ ਢੰਗ ਉਹਨਾਂ ਪੱਤਿਆਂ ਨਾਲ, ਉਹਨਾਂ ਜਾਨਵਰਾਂ ਨਾਲ ਅਤੇ ਉਹਨਾਂ ਦਰਖਤਾਂ ਨਾਲ ਉਹ ਹੋਇਆ ਹੋਇਆ। ਵੈਸੇ ਤਾਂ ਹੁੰਦਾ ਵੀ ਮਾਡਰਨ ਸੋਸਾਇਟੀਜ਼ ਵਿੱਚ ਇਹਨਾਂ 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 ਟ੍ਰਾਈਬਲਸ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਵੀ ਉਹ ਪ੍ਰੋਟੈਕਟ ਰਹਿਣ ਤਾਂ ਕਿ ਉਹਨਾਂ ਦਾ ਜੀਵਨ ਜਿਹੜਾ ਜੀਵਨ ਜਾਂਚ ਹੈ ਉਹ ਪ੍ਰਜ਼ਰਵ ਕਰਕੇ ਰੱਖੀ ਜਾਵੇ। ਪਰ ਸਾਡਾ ਇਹ ਹੈਗਾ ਵੀ ਜਿਹੜੇ ਪੋਲੀਟੀਸ਼ੀਅਨਸ ਆ ਉਹ ਵੱਡੇ ਬਿਜ਼ਨਸਮੈਨਾਂ ਦੇ ਕਰਿੰਦੇ ਨੇ ਜਾਂ ਉਹਨਾਂ ਦੇ ਜਾਂ ਉੱਥੇ ਕੋਈ ਫੈਕਟਰੀਆਂ ਲਾਉਣਾ ਚਾਹੁੰਦੇ ਨੇ, ਹਾਂ ਫਿਰ ਉਹਨਾਂ ਦੇ ਉਹ ਬਿਜ਼ਨਸ ਇੰਟਰਸਟ ਨੂੰ ਕਿਉਂਕਿ ਉਹ ਪ੍ਰਵੇਲ ਕਰਦੇ ਨੇ ਉਹਨੂੰ ਪ੍ਰੋਟੈਕਟ ਕਰਦੇ ਨੇ, ਇਸ ਕਰਕੇ ਹੁਣ ਉਹ ਜੰਗਲਾਂ ਦਾ ਨਾਸ ਕਰਕੇ ਉੱਥੇ ਜਿਹੜੇ ਰਿਸੋਰਸਿਸ ਆ ਨੈਚੁਰਲ ਰਿਸੋਰਸਿਸ ਉਹਨੂੰ ਵੱਡੇ ਅਮੀਰ ਲੋਕ ਪਲੰਡਰ ਕਰਨਾ ਚਾਹੁੰਦੇ ਨੇ ਅਤੇ ਉਹ ਲਗਾਤਾਰ ਪਲੰਡਰਿੰਗ ਉਹਦੇ ਕਰਕੇ ਜਿਹੜਾ ਹੈ ਇਹਨਾਂ ਨੂੰ ਡਿਸਪਲੇਸ ਕੀਤਾ ਜਾ ਰਿਹਾ। ਸੋ ਇਸ ਕਿਸਮ ਦਾ ਜਿਹੜਾ ਟ੍ਰੈਂਡ ਹੈ ਉਹਦੇ ਖਿਲਾਫ਼ ਜਯਾ ਬੱਚਨ ਨੇ ਕਿਹਾ ਵੀ ਜਿਨ੍ਹਾਂ ਨੇ ਪ੍ਰੋਟੈਕਟ ਕਰਨਾ ਸੀ ਮੁਲਕ ਨੂੰ ਉਹੀ ਦੇਸ਼ ਦੀ ਤਬਾਹੀ ਦਾ ਜਾਂ ਸੱਤਿਆਨਾਸ਼ ਦਾ ਇਸ ਤਰ੍ਹਾਂ ਦਾ ਲੈ ਕੇ ਆ ਰਹੇ। ਅਸੀਂ ਸਮਝਦੇ ਹਾਂ ਵੀ ਇਹ ਜਵੇਦ ਅਖਤਰ ਤੋਂ ਬਾਅਦ ਇਹ ਸੈਕਿੰਡ ਆਵਾਜ਼ ਆ। ਇਸ ਤਰ੍ਹਾਂ ਜਿਹੜੀ ਸੋਸਾਇਟੀ ਦੀਆਂ ਹਾਇਰ ਸੀਟਸ 'ਤੇ ਬੈਠੇ ਨੇ ਲੋਕ ਜਦੋਂ ਕੋਈ ਇਸ ਤਰ੍ਹਾਂ ਦੀ ਮੂਵ ਲੈ ਕੇ ਆਉਣਗੇ ਤਾਂ ਅਸੀਂ ਸਮਝਦੇ ਹਾਂ ਵੀ ਇੰਡੀਅਨ ਸੋਸਾਇਟੀ ਇਹਨਾਂ ਦਾ ਸਾਥ ਦਊਗੀ। ਇਹ ਸਾਰਾ ਫਾਸ਼ਿਸਟ ਫੋਰਸਾਂ ਦਾ ਜਿਹੜਾ ਜਿਹੜਾ ਵਧਿਆ ਹੋਇਆ ਨਾ ਉਹ ਤਾਂ ਹੀ ਆ ਵੀ ਜਿਹੜੀਆਂ ਲਿਬਰਲ ਵੋਇਸਿਸ ਆ ਉਹ ਹਾਲ ਦੀ ਘੜੀ ਸ਼ਾਂਤ ਪਈਆਂ ਨੇ। ਬਿਲਕੁਲ, ਲਿਬਰਲ ਵੋਇਸਿਸ ਸਾਹਮਣੇ ਆਉਣਗੀਆਂ ਤਾਂ ਉਹਨਾਂ ਦਾ ਵੀ ਇੱਕ ਗੱਲ। ਬਿਲਕੁਲ, ਔਰ ਇਸ ਦੇ ਨਾਲ ਨਾਲ ਸਾਊਥ ਦੇ ਵੀ ਤੇ ਬਾਲੀਵੁੱਡ ਦੇ ਵੀ ਕਾਫੀ ਅਦਾਕਾਰ ਜਿਹੜੇ ਹੈਗੇ ਨੇ, ਪ੍ਰਕਾਸ਼ ਰਾਜ ਉਹ ਵੀ ਇਸੇ ਮੁਹਿੰਮ ਦੇ ਵਿੱਚ ਨੇ, ਔਰ ਕਮਲ ਹਸਨ ਵੀ ਮੇਰਾ ਖਿਆਲ ਉਹ ਵੀ ਇਸੇ ਸਾਰਿਆਂ ਨੇ ਚੱਕਿਆ ਹੈਗਾ। ਪਰ ਹਾਲ ਦੀ ਘੜੀ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਮੇਨ ਮੀਡੀਆ ਹੈਗਾ ਉਹ ਮੈਨੀਪੂਲੇਟਡ ਆ ਕਿਸੇ ਨਾ ਕਿਸੇ ਢੰਗ ਨਾਲ, ਉਹਨੂੰ ਜਾਂ ਤਾਂ ਵੱਡੇ ਉਹਨਾਂ ਲੋਕਾਂ ਨੇ ਖਰੀਦ ਲਿਆ ਹੋਇਆ ਜਿਹੜੇ ਰਿਸੋਰਸਿਸ ਨੂੰ ਪਲੰਡਰ ਕਰ ਰਹੇ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਹੀ ਇਹ ਗੱਲ ਕੀਤੀ ਸਭ ਤੋਂ ਪਹਿਲਾਂ ਮੀਡੀਆ ਖਰੀਦਿਆ ਜਾਵੇ। ਸੋ ਵੱਡੇ ਟੀਵੀ ਚੈਨਲ ਬਹੁਤ ਸਾਰੇ ਆ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹ ਖਰੀਦ ਲਿਆ ਹੋਇਆ ਅਤੇ ਉਹਦੇ 'ਚੋਂ ਫੋਨ ਉਹ ਤੋਂ ਬਾਅਦ ਫਿਰ ਉਹ ਸਾਰਾ ਹੀ ਲੈ ਕੇ ਆ ਰਹੇ ਨੇ। ਉਹਦੇ 'ਚ ਹੁਣ ਵੀ ਮੇਨ ਮੀਡੀਆ ਫਿਰ ਉਸ ਜਿਹੜੀ ਲਿਬਰਲ ਵੋਇਸਿਸ ਆ ਉਹਦੀ ਕਵਰੇਜ ਉਸ ਤਰ੍ਹਾਂ ਨਹੀਂ ਦਿੰਦਾ। ਠੀਕ 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 ਅਤੇ ਵੀ ਉਹ ਸੋਸ਼ਲ ਮੀਡੀਆ ਰਾਹੀਂ ਆਵਾਜ਼ਾਂ ਉੱਠ ਰਹੀਆਂ ਨੇ, ਉਹ ਤਾਂ ਸੋਸ਼ਲ ਮੀਡੀਆ ਵੀ ਪਾਵਰਫੁਲ ਤਾਂ ਹੋ ਰਿਹਾ ਪਰ ਇੰਨਾ ਜ਼ਿਆਦਾ ਪਾਵਰਫੁਲ ਨਹੀਂ, ਮੇਨਸਟ੍ਰੀਮ ਮੀਡੀਆ ਦਾ ਜਿਹੜਾ ਇਨਫਲੂਐਂਸ ਆ ਹਾਲੇ ਵੀ ਹੈਗਾ। ਬਿਲਕੁਲ ਜੀ, ਅਤੇ ਹੁਣ ਵੇਲਾ ਹੋ ਗਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਨਿਊਜ਼ ਪੁਆਇੰਟ ਤੁਹਾਡੇ ਸਾਹਮਣੇ ਜਾਰੀ ਰਹੇਗਾ। ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।
ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਆਪ ਜੀ ਦਾ ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਿਊਜ਼ ਪੁਆਇੰਟ। ਹੁਣ ਆਪਾਂ ਚੱਲਦੇ ਹਾਂ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਵੀ ਜਿਹੜਾ 13 ਦੀਆਂ 13 ਸੀਟਾਂ ਦੇ ਜਿਹੜਾ ਹੈ ਚੋਣ ਜਿਹੜਾ ਹੈ ਹੁਣ ਕਹੀਏ ਕਿ ਭਖਦੀ ਜਾ ਰਹੀ ਹੈ, ਜਿਹੜਾ ਮਾਹੌਲ ਹੈ ਕਾਫੀ ਗਰਮ ਹੁੰਦਾ ਜਾ ਰਿਹਾ ਹੈ। ਅਤੇ ਅਵਤਾਰ ਸਿੰਘ ਜੀ, ਕੀ ਕਹੋਗੇ ਜੇ ਆਪਾਂ ਓਵਰਆਲ ਸਿਚੁਏਸ਼ਨ ਪੰਜਾਬ ਦੀ ਗੱਲਬਾਤ ਕਰੀਏ? ਕਾਂਗਰਸ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਕੀ ਉਹਨਾਂ ਨੂੰ ਕੋਈ ਬੈਨੀਫਿਟ ਮਿਲੇਗਾ ਜਾਂ ਕਿੰਨੀਆਂ ਸੀਟਾਂ ਤੁਸੀਂ ਪ੍ਰੋਡਿਕਟ ਕਰਦੇ ਹੋ? ਬੈਨੀਫਿਟ ਵਾਲੀ ਤਾਂ ਆਪਾਂ ਇਹ ਸਕਦੇ ਹਾਂ ਬਿਨਾਂ ਸ਼ੱਕ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਜੀ, ਅਤੇ ਉਹ ਇੱਕ ਤਰ੍ਹਾਂ ਨਾਲ ਜੇਤੂ ਸਥਿਤੀ ਵਿੱਚ ਆ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਜੀ। ਅਤੇ ਜਿੱਥੋਂ ਤੱਕ ਮੈਂ ਪੰਜਾਬ ਨੂੰ ਇਸ ਵੇਲੇ ਦੇਖ ਰਿਹਾ ਉਹਦੇ 'ਚ ਮੈਨੂੰ ਲੱਗਦਾ ਵੀ 11 ਸੀਟਾਂ ਕਾਂਗਰਸ ਲੈ ਕੇ ਜਾ ਸਕਦੀ, 11 ਸੀਟਾਂ ਸਪਸ਼ਟ ਕਾਂਗਰਸ ਕੋਲ ਪਈਆਂ ਨੇ। 2 ਸੀਟਾਂ ਵਾਲੇ ਹਾਲੇ ਭੁਲੇਖੇ ਨੇ, ਇੱਕ ਲੁਧਿਆਣੇ ਵਾਲੀ ਬਾਰੇ ਜੀ ਅਤੇ ਇੱਕ ਫਿਰੋਜ਼ਪੁਰ ਵਾਲੀ ਬਾਰੇ, ਪਰ ਬਠਿੰਡਾ ਚੈਲੰਜਿੰਗ ਆ, ਬਠਿੰਡਾ ਚੈਲੰਜਿੰਗ ਆ। ਹਾਂ, ਅਤੇ ਫਿਰੋਜ਼ਪੁਰ ਵੀ ਕਾਫੀ ਚੈਲੰਜਿੰਗ ਹੋ ਰਿਹਾ, ਪਰ ਤੇ ਇਹ ਹੈਗਾ ਵੀ 11 ਦਾ ਫਿਰ ਵੀ ਸਾਨੂੰ ਮੈਨੂੰ ਅਨੁਮਾਨ ਲੱਗ ਰਿਹਾ 11 ਨਹੀਂ ਹੋਊਗੇ ਤਾਂ 10 ਹੋ ਜੂਗੀਆਂ। ਫਿਰ ਜੇ 3 ਚੈਲੰਜਿੰਗ ਆ ਰਹੀਆਂ ਉਹਨਾਂ 3 ਚੈਲੰਜਿੰਗ ਵਿੱਚੋਂ ਕਾਂਗਰਸ ਵੀ ਜਿੱਤ ਸਕਦੀ ਆ, ਫਿਰ ਉਹ 11 ਹੋ ਜਾਣਗੀਆਂ ਜੀ ਜੀ। ਉਹਨਾਂ 3 ਬਾਰੇ ਥੋੜੀ ਜਿਹੀ ਬੇਭਰੋਸਗੀ ਆ ਕਿਉਂਕਿ ਉੱਥੇ ਟਫ ਫਾਈਟ ਹੋ ਰਹੀ ਆ ਜੀ ਜੀ ਜੀ। ਬਾਕੀ ਮੇਰਾ 11-2 ਦਾ ਮੈਨੂੰ ਲੱਗਦਾ ਵੀ 11 ਕਾਂਗਰਸ, ਤੁਸੀਂ ਮਤਲਬ 11-2 ਦਾ ਜਿਹੜਾ ਸੋਚਦੇ ਹੈਗੇ ਆ ਵੀ ਮੈਨੂੰ ਇਸ ਤਰੀਕੇ ਇਸ ਤਰ੍ਹਾਂ ਲੱਗ ਰਿਹਾ। ਅਤੇ ਜੇ ਆਪਾਂ ਗੱਲਬਾਤ ਕਰੀਏ ਕਿ ਖਡੂਰ ਸਭਾ ਸੀਟ ਦੀ, ਕਿਉਂਕਿ ਹਰੇਕ ਪ੍ਰੋਗਰਾਮ ਦੇ ਵਿੱਚ ਪੰਥਕ ਸੀਟ ਹੋਣ ਦੇ ਨਾਤੇ ਅਤੇ ਜਾਂ ਉੱਥੋਂ ਜੋ ਸਤਿਕਾਰਯੋਗ ਬੀਬੀ ਖਾਲੜਾ ਜੀ ਖੜ੍ਹੇ ਹੈਗੇ ਨੇ ਉਹਦੇ ਨਾਤੇ ਜਿਹੜਾ ਹੈ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਉਹੀ ਸੀਟ ਤੋਂ ਸ਼ੁਰੂ ਕਰਦੇ ਹਾਂ, ਉਹਦੇ ਬਾਰੇ ਕੀ ਤੁਸੀਂ ਕੀ ਕੁਛ ਚੇਂਜਿਸ ਆਏ ਹੈਗੇ ਆ ਜਾਂ ਕਿਸ ਤਰ੍ਹਾਂ? ਨਹੀਂ, ਗਰਾਊਂਡ ਤਾਂ ਜਿਹੜੀ ਰਿਪੋਰਟ ਇਹ ਹੈਗੀ ਆ ਵੀ ਬੀਬੀ ਖਾਲੜਾ 2 ਨੰਬਰ 'ਤੇ ਆ ਜੀ ਜੀ ਜੀ, ਅਤੇ ਪਹਿਲੇ ਨੰਬਰ 'ਤੇ ਕਾਂਗਰਸ ਦੇ ਜਸਵੀਰ ਸਿੰਘ ਡਿੰਪਾ ਹੈਗੇ ਆ। ਇੱਕ ਤਾਂ ਉਹਨਾਂ ਦੇ 9-9 MLA ਆ ਜਿਹੜੇ ਉਹ ਕਾਂਗਰਸੀ ਉਹ ਕਾਂਗਰਸ ਦੇ, ਹਾਲਾਂਕਿ ਉਹਦੇ 'ਚੋਂ ਕੁਛ ਪੰਥਕ ਧਿਰਾਂ ਦਾ ਇਹ ਆ ਰਿਹਾ ਵੀ ਜਿਸ ਤਰ੍ਹਾਂ ਹਰਮਿੰਦਰ ਸਿੰਘ ਗਿੱਲ ਆ ਉਹ ਪੱਟੀ ਤੋਂ MLA ਆ, ਬਿਲਕੁਲ ਹੈ ਨਾ, ਉਹਨੂੰ ਆਪਾਂ ਹੁਣ ਕਿਸੇ ਤਰ੍ਹਾਂ ਕਾਂਗਰਸ ਹੀ ਨਹੀਂ ਕਹਿ ਸਕਦੇ, ਬੇਸ਼ੱਕ ਉਹ ਕਾਂਗਰਸ ਦਾ ਹੈਗਾ ਹੈ ਨਾ, ਵੀ ਇਹ ਇੱਕ ਟ੍ਰੈਂਡ ਆ ਜਿਹੜਾ ਸੋਫਟ ਕਾਰਨਰ ਆ ਬੀਬੀ ਖਾਲੜਾ ਦਾ। ਦੂਜਾ ਰਮਨਜੀਤ ਸਿੰਘ ਸਿੱਕੀ ਆ, ਉਹ ਵੀ MLA ਆ ਉਸ ਇਲਾਕੇ ਤੋਂ ਹੈ ਨਾ ਜੀ ਜੀ। ਅਤੇ ਮੇਰਾ ਖਿਆਲ ਕਦੀ ਵੀ ਕੋਈ ਅਕਾਲੀ MLA ਜਾਂ MP ਅੱਜ ਤੱਕ ਪੂਰੇ ਇਤਿਹਾਸ 'ਚ ਅਸੀਂ ਨਹੀਂ ਦੇਖਿਆ ਜਿਹਨੇ ਸੀਟ ਛੱਡੀ ਹੋਵੇ 40 ਦਿਨ ਜਾ ਕੇ ਦਰਬਾਰ ਸਾਹਿਬ 'ਚ ਸੇਵਾ ਕਰਦਾ ਹੋਵੇ। ਜਨਵਰੀ ਮਹੀਨਾ ਅਤੇ ਫਰਵਰੀ ਦਾ ਪਹਿਲਾ ਹਫ਼ਤਾ ਉਹ ਲਗਾਤਾਰ ਭਾਂਡਿਆਂ ਦੀ ਸੇਵਾ ਕਰਦਾ ਹੈ ਨਾ। ਅੱਛਾ ਜੀ, ਹਰ ਸਾਲ, ਅਤੇ ਇੱਕ ਤਰ੍ਹਾਂ ਨਾਲ ਦਰਦਮੰਦ ਸਿੱਖ ਆ ਹੈ ਨਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਉਹਨੇ ਸੀਟ ਵੀ ਛੱਡੀ ਸੀ ਜੀ। ਹੁਣ ਇਹੋ ਜਿਹੇ ਬੰਦਿਆਂ ਦਾ ਜਿਹੜਾ ਬੇਸ਼ੱਕ ਉਹ ਕਾਂਗਰਸ ਵੱਲੋਂ ਬਣੇ ਹੋਏ ਨੇ ਪਰ ਹੁਣ ਉਹ ਕੀ ਕਰਦੇ ਨੇ, ਇਹ ਖਾਮੋਸ਼ ਆ ਸਾਰਾ ਕੁਛ ਜੀ ਜੀ। ਜੇ ਆਪਾਂ ਇਹ ਹੁਣ ਇਸ ਖਾਮੋਸ਼ੀ ਦਾ ਜਿਹੜਾ ਉਹ ਆ ਉਹ ਫਲ ਬੀਬੀ ਖਾਲੜਾ ਨੂੰ ਮਿਲਦਾ ਜਾਂ ਨਹੀਂ ਮਿਲਦਾ, ਬਾਕੀ ਉਹ ਪੰਥਕ ਧਿਰਾਂ ਕਿਸ ਕਿਸਮ ਦੀ ਆਵਾਜ਼ ਉਠਾਉਂਦੀਆਂ। ਹੁਣ ਦੇਖੋ ਵੀ 12 ਲੱਖ ਵੋਟ ਆ ਜੀ ਖੰਡੂਰ ਸਾਹਿਬ ਇਲਾਕੇ 'ਚ, ਆਮ ਤੌਰ 'ਤੇ 7 ਤੋਂ 8 ਜਾਂ 9 ਤੱਕ ਪੋਲ ਹੋਇਆ ਕਰਦੀ ਆ ਜੀ, ਬਾਕੀ ਆ ਵੀ ਕੋਈ ਬਾਹਰ ਗਿਆ ਕੋਈ ਨਹੀਂ ਪਾਉਂਦਾ ਜਾਂ ਕਿਸ ਤਰ੍ਹਾਂ। ਹੁਣ ਉਹਦੇ 'ਚੋਂ ਜਿਹੜਾ 3.5 ਜਾਂ 4 ਲੱਖ ਵੋਟ ਲੈ ਕੇ ਜਾਊਗਾ ਉਹ ਜੇਤੂ ਹੋਊਗਾ, ਬਾਕੀ ਦੋਹਾਂ ਵਿੱਚ ਵੰਡੀ ਜਾਣੀ ਅੱਧੀ ਅੱਧੀ ਵੋਟ ਜੀ। ਹੁਣ ਹਾਲੇ ਜੇ ਆਪਾਂ ਇਹ ਕਹੀਏ ਵੀ ਬੀਬੀ ਖਾਲੜਾ ਦੀ ਜਿਹੜੀ ਚੋਣ ਮੁਹਿੰਮ ਆ ਉਹ ਇਸ ਪੱਧਰ 'ਤੇ ਨਹੀਂ ਹੈਗੀ ਵੀ ਉਹ 4-4.5 ਜਾਂ 4 ਲੱਖ ਵੋਟ ਲੈ ਕੇ ਜਾਣਗੇ, 3.5 ਜਾਂ 4 ਤਾਂ ਉਹਨੂੰ ਜਿਹਦੇ ਹਰ ਬੂਥ 'ਤੇ ਬੂਥ ਲੱਗੂਗਾ ਹੈ ਨਾ। ਹੁਣ ਇਹਨਾਂ ਦੇ ਤਾਂ ਬਹੁਤ ਥਾਵਾਂ 'ਤੇ ਬੂਥ ਨਹੀਂ ਲੱਗਣੇ, ਬੂਥ ਲੱਗਣੇ ਆ ਕਾਂਗਰਸ ਦੇ ਜਾਂ ਅਕਾਲੀ ਦਲ ਦੇ, ਪਰ ਅਕਾਲੀ ਦਲ ਨੂੰ ਨੁਕਸਾਨ ਹੋ ਰਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਾਂ ਹੋਰ ਜਿਹੜਾ ਜਿਹੜਾ ਅਕਾਲੀ ਦਲ 'ਚ ਟੁੱਟ ਭੱਜ ਹੋਈ ਆ। ਸੋ ਬੀਬੀ ਖਾਲੜਾ ਦੀ ਦੌੜ ਇਸ ਵੇਲੇ ਅੱਜ ਦੇ ਦਿਨ 2 ਜਾਂ 3 ਨੰਬਰ ਲਈ ਆ ਵੀ ਹੁਣ ਬੀਬੀ ਖਾਲੜਾ ਕਿਹਦੀਆਂ ਵੋਟਾਂ ਜ਼ਿਆਦਾ ਭਾਂਦੇ ਆ, ਕਾਂਗਰਸ ਦੀਆਂ ਜਾਂ ਅਕਾਲੀ ਦਲ ਦੀਆਂ, ਉਹਦੇ 'ਚ ਸਾਰਾ ਡਿਪੈਂਡ ਕਰਦਾ ਦੂਜਾ ਨੰਬਰ ਆਉਂਦਾ ਜਾਂ ਤੀਜਾ ਆਉਂਦਾ। ਤੇ ਅਕਾਲੀ ਦਲ ਆ ਜਿਹੜਾ ਇਸ ਵੇਲੇ ਪੂਰੇ ਪੰਜਾਬ 'ਚ 2 ਨੰਬਰ ਦੀ ਲੜਾਈ ਲੜ ਰਿਹਾ ਵੀ ਜੇ ਅਸੀਂ 2 ਨੰਬਰ 'ਤੇ ਆ ਗਏ ਤੇ ਅਗਲਾ ਤਾਂ ਵਿਧਾਨ ਸਭਾ ਲਈ ਸਾਡੇ ਲਈ ਖੜਨਾ ਜਿਹੜਾ ਇਹ ਹੋ ਜਾਊਗਾ। ਸੋ ਖੰਡੂਰ ਸਾਹਿਬ ਦਾ ਇਹ ਹੈਗਾ ਵੀ 1 ਤੇ ਬੀਬੀ ਖਾਲੜਾ, ਸੋਰੀ ਜਸਵੀਰ ਸਿੰਘ ਡਿੰਪਾ, 2 ਤੇ ਬੀਬੀ ਖਾਲੜਾ, ਤੇ 2 ਜਾਂ 3 ਦਾ ਹੁਣ ਜਿੱਦਾਂ ਮਤਲਬ ਕਾਫੀ ਸਾਰੇ ਫੈਕਟਰ ਨੇ, ਜਿਹੜੀ ਉਹ ਸਾਇਲੈਂਟ ਵੋਟ ਵਾਲਾ ਜਿਹੜਾ ਫੈਕਟਰ ਹੈ ਉਹ ਕਿੰਨਾ ਕੰਮ ਕਰਦਾ, ਕੀ ਉਹ ਕਾਫੀ ਹੈਰਾਨੀਜਨਕ ਕੰਮ ਕਰੇਗਾ ਜਾਂ ਨਹੀਂ ਕਰੇਗਾ। ਹੈਰਾਨੀਜਨਕ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ, ਪਰ ਅਸੀਂ ਐਵੇਂ ਵੀ ਭੁਲੇਖੇ 'ਚ ਨਾ ਰਹੀਏ ਵੀ ਸੋਸ਼ਲ ਮੀਡੀਆ 'ਤੇ ਜੋ ਆ ਰਿਹਾ ਉਹਨੂੰ ਅਸੀਂ ਨਹੀਂ ਮੰਨਦੇ, ਗਰਾਊਂਡ ਰਿਐਲਿਟੀ ਆ ਜਿਹੜੀ। ਤੇ ਅਵਤਾਰ ਸਿੰਘ ਜੀ, ਪੰਥਕ ਧਿਰਾਂ ਲਓ ਵੀ ਖੁੱਲ੍ਹ ਕੇ ਜਿਹੜੀ ਸਪੋਰਟ ਹੈ ਉਹ ਨਹੀਂ ਕੀਤੀ ਜਾ ਰਹੀ, ਜਾਂ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਉਹਨਾਂ ਦਾ ਐਲਾਨ ਹੋਇਆ ਸੀ ਅਤੇ ਜਿੰਨੀਆਂ ਵੀ ਪੰਥਕ ਧਿਰਾਂ ਉਹ ਉੱਥੇ ਜਾ ਕੇ ਗਰਾਊਂਡ 'ਤੇ ਬਹਿ ਜਾਂਦੀਆਂ ਵੀ, ਜਾਂ ਤਾਂ ਉੱਥੇ ਜਿੱਦਾਂ ਬਰਗਾੜੀ ਦੇ ਵਿੱਚ ਮੋਰਚਾ ਲੱਗਾ ਸੀ ਉੱਥੇ ਗਰਾਊਂਡ 'ਤੇ ਜਾਂਦੀਆਂ, ਖਡੂਰ ਸਾਹਿਬ ਜਾ ਕੇ ਪ੍ਰਚਾਰ ਕਰਦੀਆਂ, ਪਰ ਇੱਦਾਂ ਦਾ ਕੁਛ ਦੇਖਣ ਨੂੰ ਨਹੀਂ ਆ ਰਿਹਾ। ਹੁਣ ਉਹਨਾਂ ਦੀਆਂ ਆਪਣੀਆਂ
ਪੋਲੀਟੀਕਲ ਕੰਪਲਸ਼ਨਸ ਨੇ ਵੀ ਉਹ ਕਿਸ ਤਰ੍ਹਾਂ ਨਾਲ ਜਿਹੜਾ ਬਾਹਰੋਂ ਭੇਖ ਆ ਉਹ ਕੁਛ ਹੋਰ ਆ ਅੰਦਰੋਂ ਉਹ ਕੁਛ ਹੋਰ ਹੁਣ ਦਲ ਖਾਲਸਾ ਦਾ ਆਇਆ ਕਿ ਅਸੀਂ ਚੋਣਾਂ ਦਾ ਬਾਈਕਾਟ ਕਰਦੇ ਹੈਗੇ ਹਾਂਜੀ ਹਾਂਜੀ ਪਰ ਉਹ ਸਪੋਰਟ ਵੀ ਨਹੀਂ ਕਰ ਰਹੇ ਹਾਂਜੀ ਹਾਂਜੀ ਉਹੀ ਗੱਲ ਇਸ ਤਰੀਕੇ ਇਸੇ ਤਰ੍ਹਾਂ ਵੀ ਉਹ ਇੱਕ ਤਰ੍ਹਾਂ ਨਾਲ ਭਾਈ ਮੋਹਨ ਸਿੰਘ ਵਾਲੀ ਧਿਰ ਜਿਹੜੀ ਆ ਧਿਆਨ ਸਿੰਘ ਮੰਡ ਵਾਲੀ ਧਿਰ ਜੀ ਜੀ ਜਾਂ ਈਵਨ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੀ ਚਾਹੀਦਾ ਸੀ ਉਹਨਾਂ ਦੀ ਧਿਰ ਆ ਜਿਸ ਤਰ੍ਹਾਂ ਹੈਗੀ ਆ ਪੰਥਕ ਧਿਰਾਂ ਵੀ ਉਹ ਉਸ ਤਰ੍ਹਾਂ ਖੁੱਲ੍ਹ ਕੇ ਡਟ ਕੇ ਮੈਦਾਨ 'ਚ ਨਹੀਂ ਹੈਗੀਆਂ ਸੋ ਇਹ ਨੈਗੇਟਿਵ ਇਫੈਕਟ ਆ ਜਿਹੜਾ ਉਹਨਾਂ ਨੂੰ ਪੈ ਰਿਹਾ ਹੈਗਾ ਸੋ ਇਹ ਦੇਖੋ ਵੀ ਹੁਣ ਉਹ ਕਿਸ ਤਰ੍ਹਾਂ ਦੀ ਜੰਗ ਆ ਜਿਹੜੀ ਜਿੱਤਦੇ ਆ ਨਹੀਂ ਜਿੱਤਦੇ ਇਹ ਤਾਂ 23 ਤਰੀਕ ਨੂੰ ਹੀ ਪਤਾ ਲੱਗੂਗਾ ਬਿਲਕੁਲ ਜੀ ਕਾਫੀ ਇੰਟਰਸਟਿੰਗ ਰਹੇਗਾ ਤੇ ਇਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਖਡੂਰ ਸਾਹਿਬ ਤੋਂ ਬਾਅਦ ਅੰਮ੍ਰਿਤਸਰ ਬੀਜੇਪੀ ਨੇ ਜਿਹੜਾ ਹੈ ਮਿਸਟਰ ਪੁਰੀ ਨੂੰ ਜਿਹੜਾ ਆਪਣਾ ਉਮੀਦਵਾਰ ਹੈ ਉਹਨਾਂ ਨੇ ਲਿਆ ਕੇ ਰਾਜ ਸਭਾ ਦੇ ਉਹ ਮੈਂਬਰ ਨੇ ਉਹਨਾਂ ਨੇ ਲਿਆ ਕੇ ਉਹਨਾਂ ਨੂੰ ਉੱਥੇ ਖੜਾ ਕੀਤਾ ਹੈ ਕੀ ਕਹੋਗੇ ਅਵਤਾਰ ਸਿੰਘ ਜੀ ਅੰਮ੍ਰਿਤਸਰ ਦੀ ਸੀਟ ਬਾਰੇ ਨਹੀਂ ਨਹੀਂ ਉਹ ਉਹਨਾਂ ਦਾ ਹਰਦੀਪ ਸਿੰਘ ਪੁਰੀ ਦਾ ਐਡਾ ਕੋਈ ਉਹ ਨਹੀਂ ਸਾਰੀ ਉਮਰ ਕਦੀ ਅੰਮ੍ਰਿਤਸਰ ਵੜੇ ਨਹੀਂ ਕੋਈ ਜਾਣਦਾ ਨਹੀਂ ਉਹਨਾਂ ਨੂੰ ਜੀ ਤੇ ਉਹਦੇ ਚੋਂ ਦੂਜਾ ਜਿਹੜੇ ਗੁਰਜੀਤ ਸਿੰਘ ਔਜਲਾ ਨੇ ਉਹ ਲਗਾਤਾਰ ਪੁਰਾਣੇ ਕਾਂਗਰਸੀ ਵਰਕਰ ਨੇ ਲਗਾਤਾਰ ਉਹ ਵਿਚਰੇ ਨੇ ਇਲਾਕੇ 'ਚ ਕਾਂਗਰਸ ਦੇ ਪੁਰਾਣੇ ਹਮਾਇਤੀ ਨੇ ਤੇ ਉਹਨਾਂ ਦੀ ਆਪਣੀ ਸੇਵ ਵੀ ਹੈ ਤੇ ਪਾਰਟੀ ਦੀ ਸੇਵ ਵੀ ਹੈ ਇਹ ਸੀਟ ਤਾਂ ਅਸੀਂ ਬਿਨਾਂ ਕਿਸੇ ਸ਼ੱਕ ਤੋਂ ਕਾਂਗਰਸ ਦੀ ਸੀਟ ਆ ਜਾਣੀ ਵਿਰੋਧ ਵਿੱਚ ਕੁਛ ਵੀ ਮਤਲਬ ਕਿ ਹਰਦੀਪ ਸਿੰਘ ਪੁਰੀ ਤਾਂ ਬਹੁਤ ਬੁਰੀ ਤਰ੍ਹਾਂ ਹਾਰ ਸਕਦੇ ਆ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਾਂਗਰਸ ਹੀ ਸੀਟ ਲੈ ਕੇ ਜਾਊਗੀ ਬਿਲਕੁਲ ਜੀ ਤੇ ਇਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਗੁਰਦਾਸਪੁਰ ਦੀ ਸੀਟ ਦੀ ਇੱਕ ਪਾਸੇ ਬੀਜੇਪੀ ਜਿਹੜੀ ਹੈ ਉਹਨਾਂ ਵੱਲੋਂ ਇਹ ਵੀ ਆਇਆ ਹੈਗਾ ਕਿ ਨਰਿੰਦਰ ਮੋਦੀ ਤੋਂ ਬਾਅਦ ਜਿਹੜੀ ਗੁਰਦਾਸਪੁਰ ਵਾਲੀ ਸੀਟ ਹੈ ਉਸ 'ਤੇ ਅਸੀਂ ਵੱਡੇ ਪੱਧਰ 'ਤੇ ਜਿੱਤਾਂਗੇ ਕਿਉਂਕਿ ਉਹਨਾਂ ਨੇ ਜਿਹੜੇ ਫਿਲਮ ਸਟਾਰ ਹੈਗੇ ਨੇ ਸੰਨੀ ਦਿਓਲ ਨੂੰ ਉੱਥੋਂ ਖੜਾ ਕੀਤਾ ਹੈ ਪਰ ਦੂਜੇ ਬੰਨੇ ਜਿਹੜੇ ਉੱਥੋਂ ਦੇ ਲੋਕਲ ਨੇ ਜਿਹੜੇ ਸਿਟਿੰਗ MP ਨੇ ਸੁਨੀਲ ਜਾਖੜ ਉਹਨਾਂ ਨੂੰ ਵੀ ਜਿਹੜਾ ਹੈ ਨਕਾਰਿਆ ਨਹੀਂ ਜਾ ਸਕਦਾ ਤੁਸੀਂ ਕਿਸ ਪਰਸਪੈਕਟਿਵ ਨਾਲ ਲੈਂਦੇ ਹੈਗੇ ਇਸ ਨੂੰ ਹਾਂਜੀ ਆਪਾਂ ਇਹ ਦੇਖ ਰਹੇ ਹਾਂ ਵੀ ਬੀਜੇਪੀ ਨੇ ਕਾਫੀ ਵੱਡਾ ਪੱਤਾ ਖੇਡਿਆ ਹਾਲਾਂਕਿ ਪੱਤਾ ਤਾਂ ਹੁਣ ਗੁਰਦਾਸ ਉਹਦਾ ਵਿਨੋਦ ਖੰਨੇ ਵਾਲਾ ਵੀ ਇਸ ਤਰ੍ਹਾਂ ਦਾ ਹੀ ਸੀ ਵਿਨੋਦ ਖੰਨਾ ਆਪਾਂ ਜ਼ਿਕਰ ਕਰਕੇ ਆਏ ਹਾਂ ਵੀ 20 ਸਾਲਾਂ 'ਚ ਕਦੀ ਵੜਿਆ ਹੀ ਨਹੀਂ ਪਰ ਫਿਰ ਵੀ ਉਹ ਜਿੱਤਦਾ ਰਿਹਾ ਹਾਂਜੀ ਜਿੱਤਦਾ ਰਿਹਾ ਤੇ ਫਿਰ ਇਹਦੇ ਚਾਂਸਸ ਤੁਹਾਨੂੰ ਕਿੱਦਾਂ ਲੱਗਦੇ ਨੇ ਇਹਦੇ 'ਚ ਹੁਣ ਹੈਗਾ ਵੀ ਹੁਣ ਉਹ ਪੁਰਾਣਿਆਂ ਨਾਲੋਂ ਸਥਿਤੀ ਚੇਂਜ ਹੋ ਰਹੀ ਜਿਹੜੀ ਨਵੀਂ ਜਨਰੇਸ਼ਨ ਸਵਾਲ ਕਰਨ ਲੱਗ ਗਈ ਨਾ ਜੀ ਇਹਦਾ ਜਿਹੜਾ ਇਫੈਕਟ ਹੈ ਤੇ ਦੂਜਾ ਇਹ ਹੈਗਾ ਵੀ ਜਿਸ ਤਰ੍ਹਾਂ ਦੀਆਂ ਆਉਂਦੇ ਹੀ ਉਹਨੇ ਜੰਗ ਦੀਆਂ ਗੱਲਾਂ ਕਰੀਆਂ ਨੇ ਮੈਂ ਬਾਰਡਰ ਫਿਲਮ 'ਚ ਆਹ ਕਰਤਾ ਸੀ ਮੈਂ ਉਹ ਨਲਕਾ ਚੱਕ ਕੇ ਆਪਣੀ ਰੈਲੀ ਕਰ ਰਿਹਾ ਹਾਂ ਨਾ ਤੇ ਉਹ ਉੱਥੋਂ ਦੇ ਲੋਕਾਂ ਦਾ ਇੰਗਲਿਸ਼ ਟ੍ਰਿਬਿਊਨ ਨੇ ਉੱਥੇ ਖਬਰ ਲਾਈ ਹੈ ਨਾ ਜੀ ਜੀ ਕਹਿੰਦਾ ਉਹ ਲੋਕ ਕਹਿੰਦੇ ਵੀ ਜੰਗ ਕਹਿੰਦਾ ਟੈਲੀਵਿਜ਼ਨ ਚੈਨਲਾਂ ਨੇ ਤਾਂ ਸਾਨੂੰ ਮਰਵਾ ਦਿੱਤਾ ਸੀ ਜੰਗ ਦਾ ਅਸਲੀ ਸਵਾਦ ਤਾਂ ਉਹਨਾਂ ਲੋਕਾਂ ਨੂੰ ਪਤਾ ਨਾ ਜਿਨ੍ਹਾਂ ਨੇ ਡਿਸਪਲੇਸ ਹੋਣਾ ਜਿਨ੍ਹਾਂ ਦੇ ਬੱਚੇ ਮਰਨੇ ਆ ਜੀ 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 ਯਾਨੀ ਉਹ ਤਾਂ ਬਿਲਕੁਲ ਵੀ ਜੰਗ ਨਹੀਂ ਚਾਹੁੰਦੇ ਤੇ ਜੇ ਤੁਸੀਂ ਉੱਥੇ ਜੰਗ ਦੀਆਂ ਗੱਲਾਂ ਕਰਦੇ ਹੋ ਕਹਿੰਦੇ ਵੀ ਇਕਨੋਮੀ ਦੀ ਜਾਂ ਉਹਦੇ ਉਹ ਗਰਾਊਂਡ ਰਿਐਲਿਟੀਜ਼ ਤੋਂ ਟੁੱਟਿਆ ਹੋਇਆ ਜੀ ਇੱਕ ਤਰ੍ਹਾਂ ਹੁਣ ਕਹੀਏ ਵੀ ਫੋਕੇ ਨਾਰਿਆਂ ਵਾਲਾ ਜਿਹੜਾ ਲੀਡਰ ਹੈ ਉਹਨੂੰ ਪੰਜਾਬ ਦੇ ਲੋਕ ਇਹ ਇਹ ਹੁਣ ਪਰਖ ਹੋ ਗਈ ਪੰਜਾਬ ਦੇ ਲੋਕਾਂ ਦੀ ਪਰ ਉਹਦੇ ਚੋਂ ਇਹ ਲੱਗਦਾ ਵੀ ਪਿਛਲੀ ਜ਼ਿਮਨੀ ਚੋਣ ਚ ਜਿਹੜਾ ਫਰਕ ਰਿਹਾ ਉਹ ਕਾਫੀ ਸੀ 1.5-2 ਲੱਖ ਦਾ ਫਰਕ ਸੀਗਾ ਸੁਨੀਲ ਜਾਖੜ ਦਾ ਤੇ ਬੀਜੇਪੀ ਦੇ ਉਮੀਦਵਾਰ ਦਾ ਸੋ ਦੂਜਾ ਇਹ ਹੈਗਾ ਵੀ ਸੁਨੀਲ ਜਾਖੜ ਨੂੰ ਇਹ ਹੈਗਾ ਵੀ ਇੱਕ ਤਾਂ 2 ਸਾਲਾਂ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਲੋਕਲ ਨੇ ਆਊਟਸਾਈਡਰ ਨੇ ਹੈਗੇ ਸੰਨੀ ਦਿਓਲ ਦਾ ਇਹ ਹੈਗਾ ਵੀ ਇਹਦਾ ਇਹਦਾ ਜਿਹੜਾ ਪਿਓ ਆ ਧਰਮਿੰਦਰ ਉਹ ਬੀਕਾਨੇਰ ਤੋਂ ਮੈਂਬਰ ਆਫ ਪਾਰਲੀਮੈਂਟ ਬਣ ਗਿਆ 4.5 ਸਾਲਾਂ ਬਾਅਦ ਲੋਕਾਂ ਨੇ ਪਿੰਡਾਂ 'ਚ ਪੋਸਟਰ ਛਪਵਾ ਕੇ ਲਾਏ ਵੀ ਸਾਡਾ MP ਗੁੰਮ ਹੈਗਾ ਪਿਛਲੇ 4 ਸਾਲਾਂ ਤੋਂ ਜੇ ਕਿਸੇ ਨੂੰ ਲੱਭੇ ਤਾਂ ਥਾਣੇ 'ਚ ਰਿਪੋਰਟ ਕਰ ਦਿਓ ਉਹ ਤਾਂ ਵੜਦੇ ਨੀ ਉਹ ਅਗਲਾ ਬੰਬੇ ਤੋਂ 2000 ਕਿਲੋਮੀਟਰ ਤੋਂ ਗੁਰਦਾਸਪੁਰ ਕਾਹਦੇ ਲਈ ਆਊਗਾ ਇਹ ਤਾਂ ਸਾਰਾ ਹੈਗਾ ਜਿਹੜੇ ਫਿਲਮੀ ਲੋਕ ਇੱਥੇ ਆਉਂਦੇ ਆ ਨਾ ਉਹਨਾਂ ਦਾ ਫਿਲਮਾਂ 'ਚੋਂ ਕੈਰੀਅਰ ਖਤਮ ਹੋ ਗਿਆ ਹੁੰਦਾ ਨਹੀਂ ਜਿਹਦੀਆਂ ਫਿਲਮਾਂ ਚੱਲਦੀਆਂ ਨੇ ਉਹਨੂੰ ਪੋਲੀਟਿਕਸ ਦਾ ਤਾਂ ਟਾਈਮ ਹੀ ਨਹੀਂ ਹੈਗਾ ਉਹਦਾ ਤਾਂ ਸ਼ਕੈਜੂਲ ਹੀ ਇੰਨਾ ਬਿਜ਼ੀ ਹੁੰਦਾ ਵੀ ਇੱਕ ਫਿਲਮ ਤੋਂ ਬਾਅਦ ਦੂਜੀ ਫਿਰ ਨਾਟਕ ਜਾਂ ਕੁਛ ਹੋਰ ਹੈਗੇ ਸੋ ਇਹ ਜਿਹੜੇ ਜਿਹੜੇ ਫਿਲਮਾਂ 'ਚੋਂ ਖਤਮ ਹੋ ਗਏ ਆ ਬੰਦੇ ਉਹ ਫਿਰ ਐਂ ਵੀ ਚੱਲ ਤਨਖਾਹ ਮਿਲਦੀ ਰਹੇ ਹੋਰ ਭੱਤੇ ਮਿਲਦੇ ਰਹਿਣ ਬਦਮਾਸ਼ੀ ਕਾਇਮ ਰਹੇ ਨਾ ਕਿਸੇ ਨੇ ਆਉਣਾ ਨਾ ਜਾਣਾ ਤੇ ਜੇ ਆਪਾਂ ਬੀਜੇਪੀ ਦੀ ਗੱਲਬਾਤ ਕਰੀਏ ਤੇ ਬੀਜੇਪੀ ਨੇ ਉਹਨਾਂ ਨੂੰ ਉੱਥੇ ਮਹਾਰਾਸ਼ਟਰ ਜਾਂ ਬੰਬਈ 'ਚ ਕਿਉਂ ਨਹੀਂ ਟਿਕਟ ਦਿੱਤੀ ਉੱਥੇ ਉਹ ਲੋਕਲ ਸੀ ਉਹ ਲੋਕ ਬਿਲਕੁਲ ਬਿਲਕੁਲ ਉੱਥੇ ਇਹੀ ਚਾਹੀਦਾ ਵੀ ਲੋਕਲ ਕੈਂਡੀਡੇਟ ਚਾਹੀਦਾ ਜਾਂ ਉਹਨਾਂ ਨੂੰ ਇਹ ਪਤਾ ਹੋਊਗਾ ਵੀ ਗੁਰਦਾਸਪੁਰ ਵਾਲਿਆਂ ਨੇ ਅੱਗੇ ਵਿਨੋਦ ਖੰਨਾ ਨੂੰ ਜਿਤਾਉਂਦੇ ਰਹੇ ਤੇ ਇਹਨੂੰ ਵੀ ਡੈਫੀਨਿਟਲੀ ਜਿਤਾ ਦੇਣਗੇ ਹਾਂ ਉਹ ਹੈਗਾ ਪਰ ਦੂਜੇ ਪਾਸੇ ਸੁਨੀਲ ਜਾਖੜ ਆ ਜਿਹੜੇ ਪੁਰਾਣੇ ਖਿਲਾੜੀ ਹੈਗੇ ਆ ਉਹ ਹਿੰਦੂ ਮੁਹਾਵਰੇ 'ਚ ਵੀ ਗੱਲ ਕਰ ਸਕਦੇ ਨੇ ਤੇ ਸਿੱਖ ਮੁਹਾਵਰੇ 'ਚ ਵੀ ਗੱਲ ਕਰ ਸਕਦੇ ਨੇ ਉਹਨਾਂ ਨੂੰ ਹਿੰਦੂਆਂ ਦੀ ਰੱਗ ਵੀ ਪਤਾ ਤੇ ਸਿੱਖਾਂ ਦੀ ਰੱਗ ਵੀ ਪਤਾ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਸਾਲ ਜਦੋਂ ਸੁਖਬੀਰ ਬਾਦਲ ਉਹਨਾਂ 'ਤੇ ਦੋਸ਼ ਲੱਗੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਉਹ ਬਕਾਇਦਾ ਇੱਕ ਸਿੱਖੀ ਦੇ ਜਜ਼ਬੇ ਨਾਲ ਬੋਲੇ ਵੀ ਸੁਖਬੀਰ ਬਾਦਲ ਇਨਸ਼ਾਂ ਪ੍ਰਕਾਸ਼ ਬਾਦਲ ਇਨਸਾਂ ਹੈ ਜਿਹੜੇ ਉਹ ਸਿਰਸੇ ਵਾਲੇ ਦੇ ਨਾਂ ਸੀ ਨਾ ਉਹ ਲੈ ਕੇ ਜਿਸ ਤਰ੍ਹਾਂ ਔਰ ਪੂਰੀ ਤਰ੍ਹਾਂ ਐਂ ਲੱਗਦਾ ਸੀ ਜਿੱਦਾਂ ਮਤਲਬ ਗੁਰਬਾਣੀ ਦੇ ਗਿਆਤਾ ਹੁੰਦਾ ਬੰਦਾ ਉਹ ਸਿੱਖ ਮੁਹਾਵਰੇ ਦਾ ਵੀ ਉਹਨੂੰ ਪਤਾ ਵੀ ਸਿੱਖਾਂ ਨੂੰ ਕਿਸ ਗੱਲੋਂ ਕਾਇਲ ਕਰਨਾ ਤੇ ਹਿੰਦੂਆਂ ਨੂੰ ਕਿਸ ਗੱਲੋਂ ਕਾਇਲ ਕਰਨਾ ਉਹਨੂੰ ਇਹ ਵੀ ਟ੍ਰੈਂਡ ਆ ਸੋ ਉਹ
ਸੰਨੀ ਦਿਓਲ ਚ ਉਹ ਤਾਂ ਜਸਟ ਆਪਣਾ ਇੱਕ ਤਰ੍ਹਾਂ ਨਾਲ ਉਹ ਫਿਲਮੀ ਸਟਾਈਲ ਚ ਹਲੇ ਵੀ ਉਹ ਹਵਾ ਚ ਹੀ ਵਿਚਰ ਰਿਹਾ ਜੀ 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 ਉਹਨੂੰ ਗਰਾਊਂਡ ਰਿਐਲਿਟੀ ਦਾ ਉਹ ਡਾਇਲੋਗ ਜੇ ਬੋਲੀ ਜਾਂਦਾ ਲੋਕ ਕਹਿੰਦੇ ਵੀ ਕੋਈ ਲੋਕਲ ਗੱਲ ਕਰ ਸੋ ਇਸ ਵੇਲੇ ਐਜ ਹੈਗੀ ਆ ਸੁਨੀਲ ਜਾਖੜ ਦੀ ਹਾਂ ਚੈਲੰਜਿੰਗ ਹੈਗੀ ਆ ਮਤਲਬ ਉਹ ਅੰਮ੍ਰਿਤਸਰ ਹਾਲ ਅੰਮ੍ਰਿਤਸਰ ਵਾਲਾ ਹਾਲ ਨਹੀਂ ਅੰਮ੍ਰਿਤਸਰ ਵਾਲਾ ਹਾਲ ਨਹੀਂ ਹੈਗਾ ਚੈਲੰਜ ਦਊਗਾ ਪੂਰਾ ਪਰ ਐਜ ਹਲੇ ਹੈਗੀ ਆ ਸੁਨੀਲ ਜਾਖੜ ਦੀ ਉਹਦੇ ਚੋਂ ਜੇ ਇਹ ਬੰਦੇ ਲੈ ਕੇ ਆ ਰਹੇ ਨੇ ਤੇ ਜਿਸ ਦਿਨ ਨਵਜੋਤ ਸਿੱਧੂ ਨੇ ਉੱਥੇ ਗੇੜਾ ਮਾਰਤਿਆ ਉਹ ਜਿਹੜਾ ਹਵਾ ਦਾ ਰੁੱਖ ਹੈ ਜੀ ਜੀ ਉਹ ਤਬਦੀਲ ਹੋ ਸਕਦਾ ਸੋ ਹਾਲ ਦੀ ਘੜੀ ਗੁਰਦਾਸਪੁਰ ਚੋਂ ਸੁਨੀਲ ਜਾਖੜ ਥੋੜਾ ਅੱਗੇ ਚੱਲ ਰਹੇ ਨੇ ਬਿਲਕੁਲ ਜੀ ਔਰ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਇੰਟਰਸਟਿੰਗ ਸੀਟ ਜੇ ਆਪਾਂ ਫਿਰੋਜ਼ਪੁਰ ਦੀ ਗੱਲ ਕਰੀਏ ਫਿਰੋਜ਼ਪੁਰ ਦੇ ਵਿੱਚ 2014 ਜੋ ਪਿਛਲੀਆਂ ਇਲੈਕਸ਼ਨ ਸਨ ਉੱਥੋਂ ਦੇ ਜਿਹੜੇ ਇਸ ਟਾਈਮ ਸਿਟਿੰਗ ਐਮ ਪੀ ਸ਼ੇਰ ਸਿੰਘ ਘੁਬਾਇਆ ਉਹਨਾਂ ਨੂੰ 487,000 ਵੋਟਾਂ ਉਦੋਂ ਪਈਆਂ ਸਨ ਅਤੇ ਸੁਨੀਲ ਜਾਖੜ ਉਹਨਾਂ ਦੇ ਅਗੇਂਸਟ ਖੜ੍ਹੇ ਸਨ ਉਹਨਾਂ ਨੂੰ 456,000 ਵੋਟਾਂ ਪਈਆਂ ਸਨ ਅਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੀ 1,13,000 ਵੋਟਾਂ ਜਿਹੜੀਆਂ 2014 ਦੇ ਵਿੱਚ ਪਈਆਂ ਸਨ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੇਵ ਸੀ ਅਤੇ ਜੇ ਆਪਾਂ ਹੁਣ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਉਹੀ ਨੇ ਪਰ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਹੈ ਬਦਲ ਲਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਮੂਵ ਹੋ ਕੇ ਉਹ ਕਾਂਗਰਸ ਦੇ ਵਿੱਚ ਚਲੇ ਗਏ ਨੇ ਅਤੇ ਉਸ ਜਗ੍ਹਾ ਤੋਂ ਹੁਣ ਦੇਖਦੇ ਹਾਂ ਕਿ ਉਹ ਆਪਣਾ ਇਫੈਕਟ ਪਾ ਸਕਣਗੇ ਜਾਂ ਨਹੀਂ ਕੀ ਕਹੋਗੇ ਅਵਤਾਰ ਸਿੰਘ ਜੀ ਇਹਦੇ ਬਾਰੇ ਹੁਣ ਤੁਸੀਂ ਦੇਖੋ ਵੀ ਜਿਹੜਾ ਅਕਾਲੀ ਦਲ ਦਾ ਅਤੇ ਕਾਂਗਰਸ ਦਾ ਵੋਟਾਂ ਦਾ ਫਰਕ ਹੈ ਮੇਰੇ ਖਿਆਲ 30-35,000 ਦਾ ਪਰ ਉਹ 1,13,000 ਜਿਹੜੀ ਉਹ ਇਹਦੇ ਚ ਐਡ ਹੋਣੀ ਜਿਹੜੀ 1,13,000 ਆਮ ਆਦਮੀ ਪਾਰਟੀ ਨੂੰ ਪਈ ਆ ਉਹ ਵੋਟ ਕਿੱਧਰ ਜਾਂਦੀ ਹੈ ਉਹੀ ਜਿੱਤੂਗਾ ਟ੍ਰੈਂਡ ਸੈੱਟ ਕਰਨਾ ਇੱਕ ਤਾਂ ਇਹ ਹੈਗਾ ਜੀ ਦੂਜਾ ਹੈਗਾ ਵੀ ਜਿਹੜੀ ਜਿਹੜੀ ਫਿਰੋਜ਼ਪੁਰ ਵਾਲਾ ਪੂਰਾ ਇਲਾਕਾ ਹੈਗਾ ਨਾ ਉਹਦੇ ਚ ਘੱਟੋ ਘੱਟ 70% ਜਿਹੜੀ ਹੈਗੀ ਆ ਉਹ ਰਾਜ ਸਿੱਖ ਵੱਸਦੇ ਨੇ ਜੀ ਵੀ ਉਹਨਾਂ ਦੀ ਜਿਹੜੇ ਸ਼ੇਰ ਸਿੰਘ ਘੁਬਾਇਆ ਉਹ ਰਾਜ ਸਿੱਖ ਬਰਾਦਰੀ ਚੋਂ ਨੇ ਹਨਾ ਹੁਣ ਉਹ ਐਗਜੈਕਟਲੀ ਰਾਜ ਸਿੱਖ ਬਰਾਦਰੀ ਸਾਰੀ ਇੰਟੈਕਟ ਮਤਲਬ ਇੱਕ ਤਰ੍ਹਾਂ ਦੇ ਲੋਕਲ ਹੈਗੇ ਆ ਉਥੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਉਹ ਕਾਸਟਿਜ਼ਮ ਦੇ ਆਧਾਰ ਤੇ ਵੋਟ ਪੈਂਦੀ ਹੈ ਇੱਕ ਤਾਂ ਫੈਕਟਰ ਇਹ ਹੈਗਾ ਦੂਜਾ ਹੈਗਾ ਵੀ ਗਰੀਬੀ ਦੇ ਪੱਖੋਂ ਉਹ ਇਲਾਕਾ ਹਾਲੇ ਵੀ ਦਲਿਤ ਗਰੀਬ ਤੇ ਪਛੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਮਨੀ ਐਂਡ ਮਸਲ ਪਾਵਰ ਨਾਲ ਇਨਫਲੂਐਂਸ ਕੀਤਾ ਜਾ ਸਕਦਾ ਤੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਪਰਿਵਾਰ ਆਪਣਾ ਦਾ ਖੇਡ ਰਿਹਾ ਜੀ ਆਪਣੇ ਸਰਵਾਈਵਲ ਦਾ ਪੋਲੀਟੀਕਲ ਸਰਵਾਈਵਲ ਦਾ ਤੇ ਅਸੀਂ ਸਮਝਦੇ ਹਾਂ ਵੀ ਉਹਦੇ ਚੋਂ 200-400-500 crore ਰੁਪਈਆ ਇੱਕ ਸੀਟ ਤੇ ਲਾ ਦੇਣਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਇਸ ਪੱਧਰ ਤੇ ਜਿਹੜਾ ਹੈਗਾ ਮਤਲਬ ਤੁਸੀਂ ਕਹਿ ਰਹੇ ਕਿ ਵੋਟਾਂ ਉੱਥੇ ਖਰੀਦੀਆਂ ਜਾ ਸਕਦੀਆਂ ਉੱਥੇ ਵੋਟਾਂ ਖਰੀਦੀਆਂ ਜਾ ਸਕਦੀਆਂ ਉਹ ਵੱਡੀ ਪੱਧਰ ਤੇ ਵੋਟਾਂ ਖਰੀਦੀਆਂ ਜਾਣਗੀਆਂ ਸੋ ਉਹ ਜਿਹੜੀ ਖਰੀਦੋ ਫਰੋਖਤ ਆ ਹੁਣ ਜਿਹੜੇ ਬੰਦੇ ਗਰੀਬੀ 'ਚ ਰਹਿ ਰਹੇ ਨੇ ਕਰਜ਼ੇ ਹੇਠ ਨੇ ਜੇ 10-10-20,000 ਰੁਪਈਆ ਵੀ ਪ੍ਰਤੀ ਘਰ ਜਾਂਦਾ ਹੈਗਾ ਤੇ ਉਹਨਾਂ ਲਈ ਤਾਂ ਇਹ ਬਹੁਤ ਵੱਡੀ ਰਕਮ ਹੈਗੀ ਆ ਬਿਲਕੁਲ ਔਰ ਕਾਫੀ ਇੰਟਰਸਟਿੰਗ ਰਹੇਗਾ ਕਿ ਉਹ ਲੋਕ ਵਿਕਦੇ ਹੈਗੇ ਆ ਜਾਂ ਨਹੀਂ ਉਹ ਵਿਕਦੇ ਆ ਜਾਂ ਪੰਥਕ ਜਜ਼ਬੇ 'ਚ ਵੈਸੇ ਪੰਥਕ ਧਿਰਾਂ ਨੇ ਜਿਹੜੀਆਂ ਉਹ ਲਗਾਤਾਰ ਦੋ ਇਲਾਕਿਆਂ 'ਚ ਫਿਰੋਜ਼ਪੁਰ ਤੇ ਬਠਿੰਡੇ 'ਚ ਉਹਨਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੋਈ ਆ ਵੀ ਪਰਚੇ 'ਚ ਪਾ ਕੇ ਵੰਡ ਰਹੇ ਨੇ ਤੇ ਹੁਣ ਕਹਿੰਦੇ ਵੀ ਅਸੀਂ ਲਗਾਤਾਰ ਮਾਰਚ ਕੱਢ ਰਹੇ ਹਾਂ ਵੀ ਬਾਦਲ ਭਜਾਓ ਪੰਜਾਬ ਬਚਾਓ ਇਹਨਾਂ ਦੋਹਾਂ ਇਲਾਕਿਆਂ 'ਚ ਉਹਨਾਂ ਨੇ ਮਾਰਚ ਕੱਢਣੇ ਆ ਉਹ ਜਿਹੜਾ ਸਿੱਖੀ ਦੇ ਦਰਦ ਵਾਲਾ ਇਹਨਾਂ ਦੋਨਾਂ ਇਲਾਕਿਆਂ 'ਚ ਜੇ ਆਪਾਂ ਕਹੀਏ ਕਿ ਅਕਾਲੀ ਦਲ ਜਿੱਤ ਸਕਦਾ ਜੀ ਹਾਂ ਇਹਨਾਂ 'ਚ ਦੋਹਾਂ 'ਚ ਜਿੱਤ ਸਕਦਾ ਤਾਂ ਹੀ ਉਹਨਾਂ ਨੇ ਜਿਹੜੀ ਸੀਟ ਆ ਈਵਨ ਸੁਖਬੀਰ ਸਿੰਘ ਨੇ ਵੀ ਤਾਂ ਹੀ ਸੀਟ ਇਹ ਕੱਢੀ ਆ ਨਹੀਂ ਉਹ ਬਠਿੰਡੇ ਤੋਂ ਖੜ ਸਕਦੇ ਸੀ ਜੀ ਜੀ ਬਠਿੰਡਾ ਕਿਉਂਕਿ ਵੱਧ ਚੈਲੰਜਿੰਗ ਆ ਹਾਲ ਦੀ ਘੜੀ ਤੇ ਜਿਹੜਾ ਫਿਰੋਜ਼ਪੁਰ ਸੀ ਉਹ ਘੱਟ ਚੈਲੰਜਿੰਗ ਆ ਤੇ ਉੱਥੇ ਉਹਨਾਂ ਨੂੰ ਜਿੱਤਣਾ ਸੌਖਾ ਹੈਗਾ ਬਿਲਕੁਲ ਜੀ ਔਰ ਜ਼ਰੂਰ ਅਕਾਲੀ ਦਲ ਦੇ ਲਈ ਵੀ ਆਪਣੇ ਸਰਵਾਈਵਲ ਦੇ ਲਈ ਜਿਹੜੀ ਅਕਾਲੀ ਦਲ ਬਾਦਲ ਦੇ ਲਈ ਉਹ ਇਹ ਸੀਟ ਜਿਹੜੀ ਜਿੱਤਣੀ ਹੈ ਬਹੁਤ ਜ਼ਰੂਰੀ ਹੈ ਅਤੇ ਜ਼ਰੂਰ ਆਪਾਂ ਦੇਖਾਂਗੇ ਕਿ ਇਸ ਦੇ ਵਿੱਚ ਇੰਟਰਸਟਿੰਗ ਫੈਕਟਰ ਆਉਂਦਾ ਕਿ ਉਹ ਜਿੱਤ ਸਕਦੇ ਜਾਂ ਨਹੀਂ ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਲੁਧਿਆਣਾ ਸੀਟ ਦੀ ਲੁਧਿਆਣਾ ਦੀ ਸੀਟ ਪਿਛਲੀ ਵਾਰ ਕਾਫੀ ਜ਼ਿਆਦਾ ਇੰਟਰਸਟਿੰਗ ਸੀ ਜੇ ਆਪਾਂ ਕਹੀਏ ਕਿ ਉਸ ਟਾਈਮ ਰਵਨੀਤ ਸਿੰਘ ਬਿੱਟੂ ਜੋ ਕਿ ਕਾਂਗਰਸ ਵੱਲੋਂ ਖੜ੍ਹੇ ਸਨ ਉਹਨਾਂ ਨੂੰ 3 lakh ਜਿਹੜੀਆਂ ਵੋਟਸ ਪਈਆਂ ਸੀ ਅਤੇ ਹਰਵਿੰਦਰ ਸਿੰਘ ਫੂਲਕਾ ਉਹਨਾਂ ਨੂੰ 2,60,000 ਆਮ ਆਦਮੀ ਪਾਰਟੀ ਦੀ ਵੇਵ ਸੀ ਉਦੋਂ ਪਈਆਂ ਸਨ ਅਤੇ ਮਨਪ੍ਰੀਤ ਸਿੰਘ ਇਆਲੀ ਉਹਨਾਂ ਨੂੰ 2,56,000 ਵੋਟਾਂ ਪਈਆਂ ਸੀ ਅਤੇ ਉਸ ਟਾਈਮ 'ਤੇ ਵੀ ਸਿਮਰਜੀਤ ਸਿੰਘ ਬੈਂਸ ਨੂੰ 2,10,000 ਵੋਟਸ ਪਈਆਂ ਸੀ ਅਤੇ ਜੇ ਆਪਾਂ ਅਜੋਕੇ ਹਾਲਾਤਾਂ ਦੀ ਗੱਲਬਾਤ ਕਰੀਏ ਤਾਂ ਹਰਵਿੰਦਰ ਸਿੰਘ ਫੂਲਕਾ ਵਾਲੀ ਜਿਹੜੀ ਵੋਟ ਹੈਗੀ ਆਮ ਆਦਮੀ ਪਾਰਟੀ ਦੀ ਵੇਵ ਬਿਲਕੁਲ ਖਤਮ ਆ ਕੋਈ ਉਹਨਾਂ ਦਾ ਸਟਰੋਂਗ ਉੱਥੇ ਕੈਂਡੀਡੇਟ ਹੈ ਨਹੀਂ ਅਤੇ ਉਹ 2,60,000 ਵੋਟ ਕਿੱਧਰਲੇ ਬੰਨੇ ਡਾਇਵਰਟ ਹੁੰਦੀ ਆ ਉਹੀ ਬੰਦਾ ਜਿੱਤੂਗਾ ਮਤਲਬ ਪਹਿਲਾਂ 4-4 ਮੁਕਾਬਲਾ ਸੀ ਹੁਣ 3-3 ਹੋਇਆ ਤੇ ਕਾਂਗਰਸ ਦਾ ਇਹ ਹੈਗਾ ਵੀ 3 lakh ਵੋਟ ਤਾਂ ਉਹਨਾਂ ਨੂੰ ਪਈ ਹੈਗੀ ਆ ਹਾਂਜੀ ਇੰਗਲਿਸ਼ ਟ੍ਰਿਬਿਊਨ ਦੀ ਰਿਪੋਰਟ ਹੈਗੀ ਆ ਬਈ ਜਿਹੜਾ ਲੁਧਿਆਣੇ ਦਾ ਹਿੰਦੂ ਆ ਉਹ ਮੋਦੀ ਵੇਵ ਤੋਂ ਪ੍ਰਭਾਵਿਤ ਆ ਮਤਲਬ ਉਹ ਵੋਟ ਅਕਾਲੀ ਦਲ ਨੂੰ ਪੈਣੀ ਆ ਉਹ ਵੋਟ ਅਕਾਲੀ ਦਲ ਨੂੰ ਪੈ ਸਕਦੀ ਆ ਉਹ ਵੋਟ ਕਿੰਨੀ ਪੈਂਦੀ ਆ ਇਹ ਡਿਪੈਂਡ ਕਰਦਾ ਵੀ ਉਹ ਆਪਣੀ ਐਫੀਲੀਏਸ਼ਨ ਜਿਹੜੀ ਲਗਾਤਾਰ ਆ ਕਾਂਗਰਸ ਨਾਲ ਜਿਹੜੇ ਕਾਂਗਰਸ ਦੇ ਵਰਕਰ ਵੀ ਨੇ ਉਹ ਆਇਆ ਰੱਖਦੇ ਨੇ ਜਾਂ ਉਹ ਇੱਕ ਤਰ੍ਹਾਂ ਨਾਲ ਮੋਦੀ ਨੂੰ ਜਿਤਾਉਣ ਦੇ ਲਈ ਇਹ ਕਰਦੇ ਨੇ ਪਰ 19 ਕ ਵੋਟ ਤਾਂ ਅਵਤਾਰ ਸਿੰਘ ਜੀ ਟੁੱਟਣੀ ਵੀ ਹੈਗੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਇਹ ਫੈਕਟਰ ਹੈਗਾ ਵੀ ਹੁਣ ਜੇ 60 ਵੋਟਾਂ
ਹਿੰਦੂਆਂ ਦੀਆਂ ਕਾਂਗਰਸ ਨੂੰ ਪੈਂਦੀਆਂ ਨੇ ਤੇ 40 ਸਿੱਖਾਂ ਦੀਆਂ ਟੁੱਟਦੀਆਂ ਨੇ, ਉਹ ਜਿਹੜਾ ਫੈਕਟਰ ਆ ਵੀ ਕਿੰਨੀਆਂ ਇੱਧਰੋਂ ਉੱਧਰ ਹੁੰਦੀਆਂ ਨੇ, ਕਿੰਨੀਆਂ ਉੱਧਰੋਂ ਉੱਧਰ ਜਾਂਦੀਆਂ, ਇੱਕ ਤਾਂ ਇਹ ਫੈਕਟਰ ਅਫੈਕਟ ਕਰੂਗਾ, ਦੂਜਾ ਫੂਲਕਾ ਸਾਹਿਬ ਵਾਲੀ ਜਿਹੜੀ ਵੋਟ ਆ ਉਹ ਕਾਫੀ 2,60,000 ਵੋਟ ਆ ਜਿਹੜੀ, ਹੈ ਨਾ, ਵੀ ਉਹ ਕਿੱਧਰ ਜਾਂਦੀ ਹੈਗੀ। ਹੁਣ ਜੇ 2,60,000 ਤੇ 2,10,000 ਤੁਸੀਂ ਬਹਿਸ ਵਾਲੀ ਮਿਲਾਈਏ ਪਿਛੜੀਆਂ ਵਾਲੀ, ਹੈ ਨਾ, ਤੇ 4,70,000 ਵੋਟ ਬਣਦੀ ਆ। ਆਏ ਨੀ ਆਪਾਂ ਕਹਿੰਦੇ ਵੀ ਸਾਰੀ ਫੂਲਕੇ ਵਾਲੀ ਬਹਿਸ ਨੂੰ ਪੈ ਰਹੀ ਆ, ਜੇ ਅੱਧੀ ਵੀ ਪੈਂਦੀ ਆ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਚੈਲੰਜਿੰਗ ਫੈਕਟਰ ਹੋ ਸਕਦਾ। ਤੇ ਮੈਨੂੰ ਪੂਰੇ ਪੰਜਾਬ ਚੋਂ ਸਭ ਤੋਂ ਵੋਲਾਟਾਈਲ ਸੀਟ ਲੁਧਿਆਣਾ ਲੱਗ ਰਹੀ ਆ, ਜਿਹਦੇ ਚੋਂ ਸਿਮਰਨਜੀਤ ਸਿੰਘ ਬੈਂਸ ਆ ਇੱਕ ਚੈਲੰਜਿੰਗ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆ ਰਿਹਾ, ਜਿਹੜਾ 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 ਇੱਕ ਤਰ੍ਹਾਂ ਨਾਲ ਗੈਰ ਦੋਵੇਂ ਰਵਾਇਤੀ ਪਾਰਟੀਆਂ ਚੋਂ, ਤਾਂ ਆਹੀ ਮੈਂ ਕਹਿ ਰਿਹਾ ਵੀ 11-2 ਦਾ ਜਿਹੜਾ ਮੁਕਾਬਲਾ ਹੈ ਉਹ 2 ਚੋਂ ਮੈਂ ਲੁਧਿਆਣੇ ਵਾਲੀ ਸੀਟ ਨੂੰ ਰੱਖ। ਤੇ ਸਿਮਰਜੀਤ ਸਿੰਘ ਬੈਂਸ ਦੀ ਗੱਲਬਾਤ ਕਰੀਏ ਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋ ਰਹਿੰਦੇ ਹੈਗੇ ਨੇ, ਤੇ ਉਹਨਾਂ ਵੱਲੋਂ ਜਿੱਦਾਂ ਕਾਫੀ ਸਾਰੇ ਜਿੱਦਾਂ ਹਸਪੀਟਲਸ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਕਹਿੰਦੇ ਵੀ ਜਿਹੜਾ ਉਹਨਾਂ ਨੇ ਦਫ਼ਤਰ ਖੋਲਿਆ ਹੈ ਲੁਧਿਆਣੇ, ਜੀ ਜੀ ਬਿਲਕੁਲ, ਉੱਥੇ ਜਸਟ ਲੁਧਿਆਣੇ ਤੋਂ ਹੀ ਨਹੀਂ ਈਵਨ ਫਿਰੋਜ਼ਪੁਰ ਬਠਿੰਡੇ ਤੋਂ ਲੋਕ ਵੀ ਆ ਕੇ ਕੰਮ ਕਰਾਉਂਦੇ, ਸਾਡਾ ਆਹ ਕੰਮ ਰੁਕਿਆ ਹੋਇਆ, ਬਕਾਇਦਾ ਅਫਸਰ ਸ਼ਾਹੀ ਨੂੰ ਸਾਰਾ ਉਹਨਾਂ ਨੇ ਕਾਲ ਸੈਂਟਰ 'ਚ ਬੰਦੇ ਰੱਖੇ ਹੋਏ ਨੇ, ਉਹ ਸਾਰੀਆਂ ਲੈਟਰਸ ਡਰਾਫਟ ਕਰਕੇ ਵੱਖ ਵੱਖ ਮਹਿਕਿਆਂ ਨੂੰ ਪਾ ਕੇ ਉਹਨਾਂ ਨੂੰ ਜਿੱਦਾਂ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਹੈਗਾ। ਸੋ ਇਹ ਲੁਧਿਆਣੇ ਵਾਲੀ ਸੀਟ ਆ ਜਿਹੜੀ ਬਹੁਤ ਇੰਟਰਸਟਿੰਗ ਆ, ਉਹਦੇ 'ਚੋਂ ਹੁਣ ਉਹਦੇ 'ਚ ਵੱਡਾ ਫੈਕਟਰ ਇੱਕ ਤਾਂ ਫੈਕਟ ਕਰੂਗਾ ਵੀ ਜਿਹੜਾ ਲੁਧਿਆਣੇ ਦਾ ਹਿੰਦੂ ਆ ਉਹ ਕਿੱਧਰ ਜਾਂਦਾ, ਉਹ ਕਿੱਧਰ ਜਾਂਦਾ, ਤੇ ਜਿਹੜੀ ਸਾਰੇ ਪਿੰਡਾਂ ਦੀ ਸਿੱਖ ਵੋਟ ਆ ਐਂਟੀ ਅਕਾਲੀ ਦਲ ਉਹ ਕਿੱਧਰ ਜਾਂਦੀ ਹੈਗੀ, ਉਹ ਫੈਕਟਰ ਅਫੈਕਟ ਕਰੂਗੀ। ਪਰ ਉਹਦਾ ਹੈਗਾ ਵੀ ਅਫੈਕਟ ਹੋਣੇ ਆ, ਇਹ ਦੋਵੇਂ ਪਾਸਿਓਂ ਟ੍ਰੈਂਡ ਟੁੱਟਣੇ ਆ, ਪਰ ਕਿੰਨੇ ਮਾਤਰਾ ਵਿੱਚ ਟੁੱਟਦੇ ਆ ਇਹ ਡਿਪੈਂਡ ਕਰਦਾ। ਉਹਦੇ 'ਚੋਂ ਫਿਰ ਆ ਰਵਨੀਤ ਸਿੰਘ ਬਿੱਟੂ ਜਾਂ ਸਿਮਰਨਜੀਤ ਸਿੰਘ ਬੈਂਸ ਦੀ ਜਿੱਤ ਹਾਰ ਦਾ ਫੈਸਲਾ ਇਸ ਉਸ ਟ੍ਰੈਂਡ ਨੇ ਕਰਨਾ ਹੈ। ਬਿਲਕੁਲ ਜੀ, ਔਰ ਕਾਫੀ ਇੰਟਰਸਟਿੰਗ ਰਹੇਗਾ ਜਿਹੜਾ ਲੁਧਿਆਣੇ ਦਾ ਕੀ ਫੈਕਟਰ ਹੈਗਾ। ਬਾਕੀ ਜਿਹੜੀ ਗਰਾਊਂਡ ਰਿਐਲਿਟੀ ਹੈਗੀ ਆ ਉਹ ਵੀ ਸਮੇਂ-ਸਮੇਂ ਦੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਪਰ ਬਾਕੀ ਜਿਹੜੇ ਨਤੀਜੇ ਆਉਣੇ ਨੇ ਉਹਨਾਂ ਤੋਂ ਹੀ ਜਿਹੜਾ ਸਾਰਾ ਕੁਝ ਪਤਾ ਲੱਗਣਾ ਹੈ ਕਿ ਕਿਹੜੀ ਸੀਟ ਕੌਣ ਜਿੱਤਦਾ ਹੈਗਾ। ਅਤੇ ਲੁਧਿਆਣੇ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਕਿ ਬਠਿੰਡਾ ਦੀ ਸੀਟ 'ਤੇ ਕਾਫੀ ਚੈਲੇਂਜਿੰਗ ਮੁਕਾਬਲਾ ਸੀ ਪਿਛਲੀ ਵਾਰ, ਸਿਰਫ 19,000 ਵੋਟਾਂ ਦੇ ਨਾਲ ਉੱਥੋਂ ਮਨਪ੍ਰੀਤ ਸਿੰਘ ਬਾਦਲ ਜੋ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਉਹ ਉੱਥੋਂ ਹਾਰੇ ਸਨ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਦੇ ਕੋਲੋਂ। ਅਤੇ ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਬਠਿੰਡੇ ਵਾਲੀ ਸੀਟ ਤੋਂ? ਪਿਛਲੀ ਵਾਰ ਹਰਸਿਮਰਤ ਕੌਰ ਬਾਦਲ ਨੂੰ 5,14,000 ਵੋਟ ਪਈ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ 4,95,000 ਵੋਟ। ਇਹ ਵੀ ਉਦੋਂ ਪਈ ਆ ਹਰਸਿਮਰਤ ਕੌਰ ਬਾਦਲ ਨੂੰ ਜਦੋਂ ਪੂਰੀ ਮੋਦੀ ਦੀ ਵੇਵ ਦੀ ਸੀ, ਅਕਾਲੀ ਦਲ ਦੀ ਵੇਵ ਸੀ, ਹੈ ਨਾ, ਅਕਾਲੀ ਦਲ ਦੀ ਸਰਕਾਰ ਸੀ, ਮੋਦੀ ਦੀ ਵੇਵ ਸੀ, ਫਿਰ 5,00,000 ਵੋਟ ਪੈਂਦੀ ਆ ਤੇ ਕਾਂਗਰਸ ਨੂੰ ਉਸ ਵੇਲੇ ਵੀ 19,000 ਵੋਟਾਂ ਦਾ ਸਿਰਫ ਗੈਪ ਰਹਿੰਦਾ। ਮਤਲਬ ਕਾਂਗਰਸ ਦੀ ਉਦੋਂ ਵੇਵ ਵੀ ਹੈ ਨਹੀਂ, ਹੈ ਨਾ, ਬਿਨਾਂ ਵੇਵ ਤੋਂ 4,00,000 ਸਮਥਿੰਗ ਜਿਹੜੀ ਤੁਸੀਂ ਦੱਸੀ ਆ, ਤੇ 87,000 ਵੋਟ ਜੱਸੀ ਜਸਰਾਜ ਨੂੰ ਪੈਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ। ਆਮ ਆਦਮੀ ਪਾਰਟੀ ਦੀ ਪੂਰੀ ਵੇਵ ਸੀ, ਪੂਰੀ ਵੇਵ ਸੀ ਜਿੱਦਾਂ, ਤੇ ਜੇ ਉਹ ਵੇਵ ਨਾ ਹੁੰਦੀ ਤੇ ਮਨਪ੍ਰੀਤ ਬਾਦਲ ਦੇ ਜਿੱਤਿਆ ਪਿਆ ਸੀ, ਹੈ ਨਾ। ਸੋ ਇਹ ਜਿਹੜਾ ਟ੍ਰੈਂਡ ਹੈਗਾ ਹੁਣ ਇਹਦੇ 'ਚੋਂ ਉਹੀ ਆ ਵੀ ਅਕਾਲੀ ਦਲ ਨੂੰ ਕਿੰਨਾ ਖੋਰਾ ਲੱਗਦਾ, ਈਵਨ ਜਿਹੜੀ ਕਾਂਗਰਸ ਦੀ ਜਿਹੜੀ ਇੱਕ ਤਾਂ 87,000 ਵੋਟ ਆ ਉਹ ਕਿੱਧਰ ਜਾਣੀ ਆ ਜੀ, ਔਰ ਜਾਂ ਉਹਦੇ ਵਿੱਚ ਐਡ ਹੁੰਦੀ ਹੈ, ਕਿਉਂਕਿ ਜੇ ਆਪਾਂ ਇਸ ਟਾਈਮ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਉੱਥੋਂ ਆਪ ਖੜੇ ਹੈਗੇ, ਕੀ ਉਹ ਕੁਛ ਫਰਕ ਪਾਉਣਗੇ? ਹਾਂਜੀ ਹਾਂ, ਜਿੱਦਾਂ ਬਠਿੰਡਾ ਇਸ ਕਰਕੇ ਵੀ ਸਿੱਖੀ ਦਾ ਜਿਹੜਾ ਜਜ਼ਬੇ ਵਾਲਾ ਆਪਾਂ ਇਲਾਕਾ ਕਹਿ ਸਕਦੇ ਹਾਂ, ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਵਾਲਾ ਅਤੇ ਅਕਾਲੀ ਦਲ ਦੀ ਜਿਹੜੀ ਐਂਟੀ ਕੰਪੈਂਸੀ ਅਕਾਲੀ ਦਲ ਪ੍ਰਤੀ ਆ, ਉਹਦਾ ਜਿਹੜਾ ਫੈਕਟਰ ਆ ਉਹ ਸੁਖਪਾਲ ਸਿੰਘ ਖਹਿਰਾ ਕਿੰਨੀ ਵੋਟ ਲੈ ਕੇ ਜਾਂਦੇ ਆ, ਹੁਣ ਉਹ ਜਿਹੜੀ ਸੁਖਪਾਲ ਸਿੰਘ ਖਹਿਰਾ ਵੋਟ ਖਿੱਚਣਗੇ ਉਹ ਕਿਤੇ ਨਾ ਕਿਤੇ ਬੀਬੀ ਹਰਸਿਮਰਤ ਕੌਰ ਲਈ ਵੀ ਪੋਜ਼ਿਟਿਵ ਹੋ ਸਕਦੀ ਆ, ਕਾਂਗਰਸ ਲਈ ਵੀ ਹੋ ਸਕਦੀ, ਦੋਹਾਂ ਲਈ ਪੋਜ਼ਿਟਿਵ ਜਾਂ ਨੈਗੇਟਿਵ ਹੋ ਸਕਦੀ ਆ ਵੀ ਉਹ ਕਿੰਨਾ ਗੈਪ ਲੈ ਕੇ ਜਾਂਦੇ ਨੇ, ਤੇ ਉਹ ਜਿੱਤਣ ਦੀ ਸਥਿਤੀ ਵਿੱਚ ਤਾਂ ਨਹੀਂ ਹੈਗੇ ਸੁਖਪਾਲ ਸਿੰਘ, ਪਰ ਇਹਨਾਂ ਦੋਹਾਂ ਦੀ ਜਿੱਤ ਹਾਰ ਦਾ ਫੈਸਲਾ ਉਹ ਕਰਨਗੇ ਜਿੱਦਾਂ ਪਿਛਲੀ ਵਾਰ ਜੱਸੀ ਜਸਰਾਜ ਨੇ ਜਿਹੜਾ ਕੀਤਾ ਸੀਗਾ। ਹਾਂ ਬਿਲਕੁਲ ਜੀ, ਔਰ ਜੇ ਆਪਾਂ ਬਠਿੰਡਾ ਦੀ ਗੱਲਬਾਤ ਕਰੀਏ ਤੇ ਵੱਡੇ ਬਾਦਲ ਸਾਹਿਬ ਉੱਥੇ ਆਪ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਅਫਸੋਸ ਕਰ ਰਹੇ ਨੇ, ਮਿਲ ਰਹੇ ਨੇ ਲੋਕਾਂ ਨੂੰ, ਤਕਰੀਬਨ ਕਾਫੀ ਸਾਰੇ ਜਿਹੜੇ ਘਰ ਨੇ ਉਹ ਕਵਰ ਕਰ ਰਹੇ ਨੇ, ਕੀ ਕਹੋਗੇ ਅਵਤਾਰ ਸਿੰਘ ਜੀ? ਉਹਨਾਂ ਨੇ ਆਪ ਜਿੱਦਾਂ ਇੱਕ ਚੋਣ ਮੁਹਿੰਮ ਸ਼ੁਰੂ ਕੀਤੀ। ਹਾਂਜੀ ਹਾਂਜੀ, ਕਿਉਂਕਿ ਉਹਨਾਂ ਲਈ ਵੀ ਵੱਡੇ ਬਾਦਲ ਲਈ ਵੀ ਕਾਫੀ ਵੱਡਾ ਚੈਲੰਜ ਹੈਗਾ, ਜਿਹੜੀ ਪਾਰਟੀ ਤੇ ਉਹਨਾਂ ਨੇ ਰਾਜ ਕਰਿਆ ਇੱਕ ਤਰ੍ਹਾਂ ਨਾਲ ਅਥੋਰੀਟੇਰੀਅਨ ਰਾਜ ਕਰਿਆ ਵੀ ਕਿਸੇ ਵੀ ਡੈਮੋਕ੍ਰੇਟਿਕ ਵੋਇਸ ਨੂੰ, ਇਨਰ ਪਾਰਟੀ ਡੈਮੋਕ੍ਰੇਸੀ ਨੂੰ ਖਤਮ ਕਰਿਆ ਤੇ ਸੈਕੰਡ ਲੈਵਲ ਦੀ ਲੀਡਰਸ਼ਿਪ ਨੂੰ ਖਤਮ ਕਰਿਆ ਤੇ ਸਿੱਖੀ ਤੇ ਟਕਸਾਲੀ ਸਿੱਖ ਸਿਧਾਂਤ ਨੂੰ ਅਕਾਲੀ ਦਲ ਚੋਂ ਖਤਮ ਕਰਿਆ। ਸੋ ਉਹਨਾਂ ਨੇ ਜਿਹੜੇ ਆਪਣੇ ਆਪ ਨੂੰ ਐਕਸਪਰਟ ਸਮਝਦੇ ਸੀ ਚੋਣਾਂ ਜਿੱਤਣ ਦੇ, ਔਰ ਜਿਹਨਾਂ ਨੇ ਚੋਣਾਂ ਜਿੱਤਣ ਨੂੰ ਹੀ ਆਪਣਾ ਧਰਮ ਬਣਾ ਕੇ ਰੱਖਿਆ, ਸਾਰੇ ਬਾਕੀ ਧਰਮ ਦੀਆਂ ਗੱਲਾਂ ਪਾਸੇ ਰੱਖ ਕੇ ਉਹਨਾਂ ਲਈ ਬਠਿੰਡਾ ਤੇ ਫਿਰੋਜ਼ਪੁਰ ਆ ਜਿਹੜੇ
ਦੁਬਾਰਾ ਅਕਾਲੀ ਦਲ ਦੇ ਸਰਵਾਈਵਲ ਦੀ ਲੜਾਈ ਹੈ ਜਿਹੜੀ ਉਹ ਲੜ ਰਿਹਾ। ਹਾਲਾਂਕਿ ਅਸੀਂ ਸਮਝਦੇ ਹਾਂ ਵੀ ਇੰਨੀ ਖਤਰਨਾਕ ਸਥਿਤੀ ਵਿੱਚ ਨਹੀਂ ਅਕਾਲੀ ਦਲ ਪਹੁੰਚਿਆ, ਵੋਟ ਪਾਊਗੀ ਪਰ ਜੇ ਹਾਰ ਗਏ ਤਾਂ ਉਹਨਾਂ ਲਈ ਫਿਰ ਟੁੱਟ ਭੱਜ ਆ ਜਿਹੜੀ ਸ਼ੁਰੂ ਹੋ ਜਾਣੀ ਹੈ। ਮਤਲਬ ਜੇ ਕੋਈ ਵੀ ਸੀਟ ਨਾ ਮਿਲੇ, ਹਾਂ ਜੇ ਦੋਹਾਂ ਚੋਂ ਈਵਨ ਜੇ ਸੁਖਬੀਰ ਸਿੰਘ ਬਾਦਲ ਹਾਰ ਜਾਂਦੇ ਆ ਤਾਂ ਪਾਰਟੀ 'ਚ ਟੁੱਟ ਭੱਜ ਸ਼ੁਰੂ ਹੋ ਸਕਦੀ ਹੈ। ਈਵਨ ਬੀਬੀ ਹਰਸਿਮਰਤ ਕੌਰ ਦੇ ਹਾਰਨ ਨਾਲ ਟੁੱਟ ਭੱਜ ਨਹੀਂ ਸ਼ੁਰੂ ਹੋਊਗੀ, ਪਰ ਜੇ ਸੁਖਬੀਰ ਸਿੰਘ ਹਾਰ ਜਾਂਦੇ ਆ ਤਾਂ ਉਹਦੇ ਵਿੱਚ ਪਾਰਟੀ 'ਚ ਜਿਹੜੀ ਪਾਰਟੀ ਬਾਜੀ ਆ ਉਹ ਖੜੀ ਹੋ ਜਾਊਗੀ, ਫਿਰ ਪੰਥਕ ਜਜ਼ਬੇ ਵਾਲੇ ਲੋਕਾਂ ਦਾ ਜਿਹੜਾ ਗੜ ਹੈ ਉਹ ਅੱਗੇ ਆ ਸਕਦਾ ਹੈਗਾ। ਬਿਲਕੁਲ ਜੀ, ਔਰ ਦੇਖਾਂਗੇ ਕਿਉਂਕਿ ਬਠਿੰਡੇ ਵਾਲੀ ਸੀਟ ਵੀ ਕਾਫੀ ਇੰਟਰਸਟਿੰਗ ਰਹੂਗੀ ਕਿ ਇੱਥੇ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੇ ਆ ਜਾਂ ਨਹੀਂ। ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਸੰਗਰੂਰ ਦੀ। ਸੰਗਰੂਰ ਤੋਂ ਜੇ ਆਪਾਂ 2014 ਦੀਆਂ ਇਲੈਕਸ਼ਨਸ ਗੱਲ ਕਰੀਏ ਜਦੋਂ ਆਮ ਆਦਮੀ ਪਾਰਟੀ ਦੀ ਪੂਰੀ ਵੇਵ ਸੀ ਤਾਂ ਭਗਵੰਤ ਮਾਨ ਨੂੰ ਉੱਥੋਂ 533,000 ਵੋਟਾਂ ਪਈਆਂ ਸੀ, ਸੁਖਦੇਵ ਸਿੰਘ ਢੀਂਡਸਾ ਹੁਣਾਂ ਨੂੰ ਉੱਥੋਂ 3,21,000 ਵੋਟਾਂ ਪਈਆਂ ਸੀ, ਅਤੇ ਵਿਜੇ ਸਿੰਗਲਾ ਜੋ ਕਿ ਕਾਂਗਰਸ ਵੱਲੋਂ ਸੀ ਉਹਨਾਂ ਨੂੰ 1,81,000 ਵੋਟਾਂ ਜਿਹੜੀਆਂ ਉਸ ਟਾਈਮ 'ਤੇ ਪਈਆਂ ਸੀ। ਜੇ ਆਪਾਂ ਅਜੋਕੇ ਹਾਲਾਤਾਂ ਦੀ ਗੱਲਬਾਤ ਕਰੀਏ ਤਾਂ ਸੁਖਦੇਵ ਸਿੰਘ ਢੀਂਡਸਾ ਹੁਣਾਂ ਦੇ ਮੁੰਡੇ ਜਿਹੜੇ ਨੇ ਪਰਮਿੰਦਰ ਸਿੰਘ ਢੀਂਡਸਾ ਉਹ ਉੱਥੋਂ ਖੜ੍ਹੇ ਹੈਗੇ ਨੇ, ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ ਖੜ੍ਹੇ ਨੇ ਜਿਨ੍ਹਾਂ ਦਾ ਕਾਫੀ ਆਧਾਰ ਹੈਗਾ, ਅਤੇ ਭਗਵੰਤ ਮਾਨ ਆਲਰੇਡੀ ਉੱਥੋਂ ਦੇ ਜਿਹੜੇ ਸਿਟਿੰਗ MP ਨੇ। ਕੀ ਕਹੋਗੇ ਅਵਤਾਰ ਸਿੰਘ ਜੀ? ਹੁਣ ਜਿਹੜੀ ਭਗਵੰਤ ਮਾਨ ਉਹਨਾਂ ਨੂੰ 500,000 ਵੋਟ ਪਈ ਆ ਉਹ ਇੱਕ ਵੇਵ 'ਚੋਂ ਪੈ ਗਈ ਸੀ, ਉਹ ਇੰਨੀ ਤਾਂ ਨਹੀਂ ਹੁਣ ਪੈਂਦੀ, ਹੁਣ ਇੰਨੀ ਨਹੀਂ ਪੈਂਦੀ, ਘੱਟੋ ਘੱਟ 50% ਕੱਟ ਲੱਗੂਗਾ। ਅਤੇ ਆਪਾਂ ਇਹ ਨਹੀਂ ਕਹਿੰਦੇ ਵੀ ਭਗਵੰਤ ਮਾਨ ਦਾ ਬਹੁਤ ਜ਼ਿਆਦਾ ਗ੍ਰਾਫ ਡਿੱਗ ਗਿਆ ਹੋਇਆ, ਘੱਟੋ ਘੱਟ 2.5 ਲੱਖ ਵੋਟ ਤਾਂ ਸਾਡੀ ਸਮਝ ਅਨੁਸਾਰ ਵੀ ਉਹਨਾਂ ਨੂੰ ਪਊਗੀ। ਜਿਹੜੀ ਉਹ ਬਾਕੀ 2.5 ਲੱਖ ਹੈਗੀ ਆ ਉਹ ਕਿੱਦਾਂ ਡਾਈਵਰਟ ਹੁੰਦੀ ਆ ਜੀ? ਉਹ ਆਇਆ ਕਾਂਗਰਸ ਉਹਨੂੰ ਗ੍ਰੈਬ ਕਰਦੀ ਆ, ਸਰਕਾਰ ਦਾ ਫਾਇਦਾ ਲੈਂਦੀ ਆ, ਜਾਂ ਫਿਰ ਉਹ ਅਕਾਲੀ ਦਲ ਨੂੰ ਜਾਂਦੀ ਆ। ਤੇ ਮੇਨ ਫਾਈਟ ਆ ਜਿਹੜੀ ਇਸ ਵੇਲੇ ਤੇ ਉਹ ਤ੍ਰਿਕੋਣੀ ਬਣੀ ਹੋਈ ਆ ਜੀ ਜੀ, ਵੀ ਤ੍ਰਿਕੋਣੀ ਫਾਈਟ ਚੋਂ ਥੋੜਾ ਜਿਹਾ ਅਪਰ ਹੈਂਡ ਹੈਗਾ ਕੇਵਲ ਸਿੰਘ ਢਿੱਲੋਂ ਦਾ, ਕਿਉਂਕਿ ਉਹਨਾਂ ਦੀ ਸਰਕਾਰ ਹੈ, ਲੋਕਲ ਹੈ, ਸਰਕਾਰ ਹੈ ਤੇ ਵੇਵ ਹੈ ਜੀ ਜੀ, ਪੰਜਾਬ ਵਿੱਚ ਕਾਂਗਰਸ ਦੀ ਵੇਵ ਆ ਆਪਾਂ ਕਹਿ ਸਕਦੇ ਹਾਂ। ਅਕਾਲੀ ਦਲ ਥੋੜਾ ਜਿਹਾ ਬੈਕ ਫੁੱਟ ਤੇ ਹੈਗਾ। ਹੁਣ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕੰਧਾੜੇ ਚੜ ਕੇ ਨਹੀਂ ਜਿੱਤਣਗੇ, ਉਹ ਆਪਣੇ ਨਿੱਜੀ ਰਸੂਖ ਕਰਕੇ ਜਿੱਤ ਸਕਦੇ ਆ ਜੀ ਜੀ, ਵੀ ਜੇ ਜਿੱਤੇ ਤਾਂ ਜੀ ਕੀ ਉਹਨਾਂ ਨੇ ਕੰਮ ਕਰਾਇਆ ਕੀ ਇਲਾਕੇ ਦੇ ਵਿੱਚ ਵਿਚਰੇ ਹੈਗੇ ਜੀ, ਉਹ ਲੋਕ ਹੁਣ ਜਿਹੜਾ ਫਤਵਾ ਦੇਣਗੇ, ਕਿਉਂਕਿ ਆਪਾਂ ਤਾਂ ਅਨੁਮਾਨ ਲਾ ਸਕਦੇ ਆ ਪੁਰਾਣੀਆਂ ਫਿਗਰਸ ਤੋਂ ਤੇ ਨਵੀਆਂ ਫਿਗਰਸ ਤੋਂ ਜੀ ਜੀ, ਤੇ ਨਵੇਂ ਜਿਹੜੇ ਹਾਲਾਤ ਆ ਉਹਦੇ 'ਚੋਂ ਆਪਾਂ ਸਪਸ਼ਟ ਕਹਿ ਰਹੇ ਹਾਂ ਵੀ 2.5 ਲੱਖ ਵੋਟ ਕੱਟੀ ਜਾਣੀ ਆ ਭਗਵੰਤ ਮਾਨ ਦੀ, ਉਹ 2.5 ਲੱਖ ਇਹ ਸਾਡਾ ਅਨੁਮਾਨ ਹੈ। ਜੇ ਉਹਨਾਂ ਨੂੰ 3 ਲੱਖ ਪੈ ਗਈ, 3.5 ਲੱਖ ਪੈ ਗਈ ਤਾਂ ਉਹ ਜਿੱਤ ਸਕਦੇ ਆ, ਜੇ ਹਾਲੇ ਵੀ ਪੈ ਗਏ, ਕਿਉਂਕਿ ਕਾਂਗਰਸ ਨੂੰ 1,80,000 ਹੀ ਪਈ ਹੋਈ ਆ, ਕਾਂਗਰਸ ਨੂੰ 2.5-3 ਲੱਖ ਤਾਂ ਪੈਣੀਆਂ ਹੀ ਪੈਣੀਆਂ, 2.5-3 ਲੱਖ ਪੈ ਜਾਣੀਆਂ। ਇਹ ਹੁਣ ਹੈਗਾ ਵੀ ਟ੍ਰਾਇੰਗੂਲਰ ਮੁਕਾਬਲੇ 'ਚ ਬਹੁਤ ਥੋੜੀਆਂ ਵੋਟਾਂ 'ਤੇ ਜਿਹੜਾ ਫੈਸਲਾ ਹੋਣਾ, ਅਤੇ ਕੋਈ ਵੀ ਹੱਥ ਮਾਰ ਸਕਦਾ, ਫਿਰ ਵੀ ਕਾਂਗਰਸ ਦਾ ਸਰਕਾਰ ਹੋਣ ਦੇ ਨਾਤੇ ਜਿਹੜਾ ਅਪਰ ਹੈਂਡ ਆ ਉਹ ਕਿਤੇ ਨਾ ਕਿਤੇ ਕਰਦਾ, ਕਿਉਂਕਿ MLA ਸਾਰੇ ਵਰਕ ਕਰ ਰਹੇ ਨੇ ਉੱਥੇ ਜੀ, ਅਤੇ ਜਿਸ ਕਿਸਮ ਦਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਰ੍ਹਾਂ ਨਾਲ ਧਮਕੀ ਨੁਮਾ ਲਹਿਜੇ 'ਚ ਕਿਹਾ ਵੀ ਵੋਟਾਂ ਕੱਟੀ ਸੀਟਾਂ ਕੱਟੀਆਂ ਜਾਣਗੀਆਂ ਅਤੇ ਉਹਦੇ 'ਚੋਂ ਸਾਰੇ ਆ ਜਿਹੜਾ ਆਪਣਾ ਕੰਮ ਕਰਨਗੇ, ਸੋ ਉਹ ਇਫੈਕਟ ਆ ਜਿਹੜਾ ਕਾਫੀ ਹੁੰਦਾ ਦਿਖਾਈ ਦੇ ਰਿਹਾ। ਬਿਲਕੁਲ ਜੀ, ਔਰ ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਅਜੇ ਵੀ ਜੇ ਆਪਾਂ ਕਹੀਏ ਕਿ 2 ਵੀਕਾਂ ਦਾ ਸਮਾਂ ਜਿਹੜਾ ਹੈ ਤਕਰੀਬਨ, ਕਿਉਂਕਿ 19 ਮਈ ਨੂੰ ਜਿਹੜੇ ਇਲੈਕਸ਼ਨ ਹੋਣੇ ਨੇ ਅਤੇ ਅਜੇ ਹੋਰ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ ਨੇ, ਕੀ ਘਟਨਾਵਾਂ ਹੁੰਦੀਆਂ ਨੇ, ਕਿਸ ਤਰੀਕੇ ਦਾ ਚੋਣ ਪ੍ਰਚਾਰ ਹੁੰਦਾ ਹੈ, ਇਹ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਤੈਅ ਕਰੇਗਾ ਕਿ ਸੀਟਾਂ ਕਿੱਧਰ ਨੂੰ ਜਾਣੀਆਂ ਨੇ। ਅਤੇ ਹੁਣ ਆਪਾਂ ਅਖੀਰ 'ਤੇ ਗੱਲਬਾਤ ਕਰਦੇ ਹਾਂ ਫਤਿਹਗੜ੍ਹ ਸਾਹਿਬ ਵਾਲੀ ਸੀਟ 'ਤੇ, ਜੇ ਆਪਾਂ 2014 ਦੀ ਗੱਲਬਾਤ ਕਰੀਏ, ਹਰਿੰਦਰ ਸਿੰਘ ਖਾਲਸਾ ਉੱਥੋਂ ਮੈਂਬਰ ਆਫ ਪਾਰਲੀਮੈਂਟ ਬਣੇ ਸਨ, ਉਹ ਅਜੇ ਵੀ ਨੇ। 3,67,000 ਵੋਟਾਂ ਜਿਹੜੀਆਂ ਨੇ ਹਰਿੰਦਰ ਸਿੰਘ ਖਾਲਸਾ ਨੂੰ ਪਈਆਂ ਸੀ, ਅਤੇ ਸਾਧੂ ਸਿੰਘ ਹੁਣਾਂ ਨੂੰ 3,13,000 ਜੋ ਕਿ ਕਾਂਗਰਸ ਵੱਲੋਂ ਸੀ, ਅਤੇ ਕੁਲਵੰਤ ਸਿੰਘ ਹੁਣਾਂ ਨੂੰ 3,12,000 ਵੋਟਾਂ ਜਿਹੜੀਆਂ ਨੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਵੀ ਪਈਆਂ ਸਨ। ਅਵਤਾਰ ਸਿੰਘ ਜੀ, ਵੇਵ ਖਤਮ ਹੋ ਚੁੱਕੀ ਹੈ, 3,67,000 ਚੋਂ 67,000 ਜਿਹੜੀਆਂ ਉਹ ਰਹਿਣਗੀਆਂ ਮੇਰੇ ਖਿਆਲ, ਬਾਕੀ 3 ਲੱਖ ਡਿਵਾਈਡ ਹੋਣੀਆਂ, 3 ਲੱਖ ਡਿਵਾਈਡ ਹੋਣਗੀਆਂ, ਕਿਉਂਕਿ ਤੁਸੀਂ ਦੇਖੋ 3 ਦਾ ਮਾਰਜਨ ਬਹੁਤ ਥੋੜਾ ਥੋੜਾ ਜੀ, 3,67,000 ਆ ਉਹ 13 ਤੇ ਉਹ 10 ਤੇ ਆ ਕੇ ਨਾ, ਇਹਦਾ ਮਤਲਬ ਅਕਾਲੀ ਦਲ ਦੀ ਔਰ ਕਾਂਗਰਸ ਦੀ ਵੋਟ ਹਲੇ ਵੀ ਪੱਕੀ ਪਈ ਆ ਜੀ। ਔਰ PDA ਵੱਲੋਂ ਜਿਹੜੇ ਕੈਂਡੀਡੇਟ ਖੜੇ ਨੇ ਸਵਿੰਦਰ ਸਿੰਘ ਗਿਆਸਪੁਰਾ, ਹਾਂ ਇਹ ਸੀਗਾ ਵੀ ਹੁਣ ਆਮ ਆਦਮੀ ਪਾਰਟੀ ਵਰਗੀ ਵੇਵ ਨੀ ਵੀ ਲੋਕਾਂ ਨੇ ਬਿਨਾਂ ਦੇਖਿਓ ਹਰਿੰਦਰ ਸਿੰਘ ਖਾਲਸਾ ਨੂੰ MP ਜਿਹੜੇ ਕਦੀ ਉੱਥੇ ਵੜੇ ਵੀ ਨਹੀਂ, ਜਿਹੜੇ ਵੜੇ ਵੀ ਨਹੀਂ ਔਰ ਜਿਹੜੇ ਬਾਅਦ ਚ ਵੀ ਨਹੀਂ ਵੜੇ, ਇਹ ਵੀ ਵੱਡੀ ਗੱਲ ਹੈ। ਔਰ ਹੁਣ ਉਹ ਪਾਰਟੀ ਛੱਡ ਕੇ ਬੀਜੇਪੀ ਜਾ ਚੁੱਕੇ ਨੇ, ਪਰ ਹੁਣ ਮਨਵਿੰਦਰ ਸਿੰਘ ਗਿਆਸਪੁਰਾ ਦਾ ਇੱਕ ਜਿਹੜਾ ਨਾਲ ਸਿੱਖ ਦਰਦ ਨਾਲ ਉਹਨਾਂ ਦਾ ਜੁੜਿਆ ਹੋਂਦ ਚਿੱਲੜ ਕਾਂਡ ਵਾਲਾ, ਉਹ ਕਿੰਨਾ ਕੁ ਅਪੀਲ ਕਰਦਾ, ਇਹ ਉਹਦੇ 'ਚ ਸਾਨੂੰ ਲੱਗਦਾ ਵੀ ਇਸ ਲੈਵਲ ਦੀ ਅਪੀਲ ਨਹੀਂ ਹੈਗੀ, ਪਰ 67,000 ਵਾਲੀ ਤਾਂ ਕਰ ਹੀ ਸਕਦੇ, ਘੱਟੋ ਘੱਟ ਨਹੀਂ 1 ਲੱਖ ਵੋਟ ਤੱਕ ਹੋ ਸਕਦੀ ਆ ਵੀ, ਕਿਉਂਕਿ ਫਤਿਹਗੜ੍ਹ ਸਾਹਿਬ ਥੋੜਾ ਗੁਰਸਿੱਖ ਮਾਈਂਡਡ ਇਲਾਕਾ ਹੈਗਾ ਜੀ, ਕਿਉਂਕਿ ਉਹਨਾਂ ਤੋਂ ਪ੍ਰਚਾਰ ਨਹੀਂ ਹੋ ਰਿਹਾ, ਉਹਨਾਂ ਦੀ ਵੱਡੀ ਉਹ ਹੈਗੀ
ਗੁਰਸਿੱਖੀ ਵਾਲਾ ਇਲਾਕਾ ਹੈਗਾ ਸਾਰਾ ਵੀ ਬੜੇ ਦਰਦ ਵਾਲੇ ਸਿੱਖ ਨੇ ਪਰ ਜੇ ਪ੍ਰਚਾਰ ਨਾ ਹੋਇਆ ਹੁਣ ਉਹ ਹੁਣ ਉਹ 5 ਸਾਲ ਪਹਿਲਾਂ ਵਾਲੀ ਨਹੀਂ ਗੱਲ ਹੈਗੀ ਜੀ 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 ਵੀ ਹੁਣ ਕਿਉਂਕਿ ਦੋਹਾਂ ਪਾਰਟੀਆਂ ਦਾ ਬਹੁਤ ਥੋੜਾ ਥੋੜਾ ਮਾਰਜਨ ਅਕਾਲੀ ਦਲ ਤੇ ਕਾਂਗਰਸ ਦਾ ਉਹ 3 ਲੱਖ ਵੋਟ ਆ ਜਿਹੜੀ ਡਾਈਵਰਟ ਹੋਣੀ ਆ ਉਹ ਕਿੱਧਰ ਡਾਈਵਰਟ ਹੋਣੀ ਆ ਔਰ ਕਿੰਨੀ ਮਾਤਰਾ ਵਿੱਚ ਡਾਈਵਰਟ ਅਸੀਂ ਸਮਝਦੇ ਹਾਂ ਵੀ ਜਿੱਤ ਹਾਰ ਦਾ ਫੈਸਲਾ ਐਤਕੀ ਵੀ ਬਹੁਤ ਥੋੜੀਆਂ ਵੋਟਾਂ ਤੇ ਹੋਊਗਾ ਅੱਛਾ ਜੀ ਹਾਂ ਵੀ ਉਹ 1 ਨੇ ਜੇ 3.5 ਲੈ ਲਈਆਂ ਦੂਜਾ 3,20,000 ਮਤਲਬ ਕਿ ਇਸ ਲੈਵਲ ਦਾ ਹੋ ਕਿੰਨਾ ਇਨਫਰਾਸਟ੍ਰਕਚਰ ਉਹਨਾਂ ਕੋਲ ਹੈਗਾ ਕਿ ਉਹ ਬੂਥ ਵੀ ਲਾ ਸਕਦੇ ਨੇ ਜਾਂ ਨਹੀਂ ਲਾ ਸਕਦੇ ਨੇ ਹਾਂ ਕਈ ਵਾਰ ਹੁੰਦਾ ਬੂਥ ਲੱਗਣ ਤੋਂ ਬਿਨਾਂ ਸਾਇਲੈਂਟ ਵੋਟ ਵੀ ਆ ਜਿਹੜੀ ਉਹ ਪੈ ਜਾਂਦੀ ਆ ਜਿਸ ਤਰ੍ਹਾਂ ਪਿਛਲੀ ਵਾਰੀ ਹਰਿੰਦਰ ਸਿੰਘ ਖਾਲਸੇ ਨੂੰ ਪਈ ਆ ਸੋ ਆਪਾਂ ਤਾਂ ਜਸਟ ਡਾਈਸੈਕਟ ਕਰ ਰਹੇ ਹਾਂ ਵੀ ਹਾਲਾਤ ਕੀ ਨੇ ਬਾਕੀ ਤਾਂ 23 ਤਰੀਕ ਨੂੰ ਜਿਹੜਾ ਸਾਹਮਣੇ ਆਊਗਾ ਬਿਲਕੁਲ ਜੀ ਔਰ ਬਾਕੀ ਦੇਖਦੇ ਹਾਂ ਹੁਣ ਕਿ ਪੰਜਾਬ ਦੇ ਵਿੱਚ ਹੋਰ ਸੀਟਾਂ ਦੀ ਜਿਹੜੀ ਕੈਲਕੂਲੇਸ਼ਨਸ ਹੈ ਉਹ ਅਗਲੇ ਵੀਕ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਵੇਲਾ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਸਾਡਾ ਸਟੂਡੀਓ ਦਾ ਨੰਬਰ ਹੈ 0121-55-51-001 ਅਤੇ ਅਖੀਰ ਦੇ ਉੱਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ